अपना पंजाब टीवी वेख रहे समूह दर्शकों का सच दी उड़ान दे विच स्वागत है जी। और मेरे नाल खबर बने डॉक्टर सुखदेव सिंह जी बैठे हुए ने, जिहड़ा असीं कुछ समय तो दो वीक पहलों असीं प्रोग्राम शुरू किया सच दी उड़ान। अज साडा इह तीजा एपीसोड है। किसी ना किसी कारण करके सानू थोड़ी जी ट्रबल आ रही है अजे लाइव शो करन वास्ते। सो हौली हौली आपां इहदे विच ज्यों ज्यों समा बीतेगा ठीक हुंदा, पर अहीं रिकॉर्डिंग जिहड़ी अज तुहाडे तक फिर पहुँचा रहे हैं। सो डॉक्टर साहब तुहाडा स्वागत है तुहाडे अपने ही प्रोग्राम सच दी उड़ान दे विच। प्रदेशी साहब, बहुत आनंद आया पिछले दो एपीसोड्स दे विच, और खास करके सब तो पहला तो आपां गुरु फतेह सांझी करते हाँ। वाहिगुरु जी का खालसा, वाहिगुरु जी की फतेह। और ਜਿੱਥੋਂ ਆਪਾਂ ਪਿਛਲੀ ਵਾਰੀ ਛੱਡਿਆ ਸੀ ਉੱਥੋਂ ਹੀ ਆਪਾਂ ਸ਼ੁਰੂ ਕਰਦੇ ਹਾਂ, ਬਿਲਕੁਲ, ਕਿਉਂਕਿ ਉਸ ਲੜੀ ਨੂੰ ਜੋੜਨਾ ਜ਼ਰੂਰੀ ਹੁੰਦਾ ਵਾ, ਕਿਉਂਕਿ ਜਿਹੜਾ ਵੀ ਪ੍ਰੋਗਰਾਮ ਕੋਈ ਵੀ ਹੈ, ਜੇ ਲੜੀ ਟੁੱਟ ਗਈ ਤਾਂ ਫਿਰ ਗੱਲ ਨਹੀਂ ਬਣਦੀ। ਕਿਉਂਕਿ ਸਾਡਾ ਮਕਸਦ ਹੈ ਜਿਹੜਾ ਅਸੀਂ ਗੁਰਬਾਣੀ ਦਾ ਇੱਕ ਅਤੇ ਸਾਇੰਸ ਦਾ ਸੁਮੇਲ ਲੈ ਕੇ ਤੁਰੇ ਹਾਂ, ਇੱਕ ਜੀਵਨ ਜਾਚ ਜਿਹੜੀ ਇਨਸਾਨ ਜਿੱਥੇ ਅੱਜ ਇਨਸਾਨ ਭੁੱਲਦਾ ਜਾ ਰਿਹਾ, ਮਤਲਬ ਆਪਣਾ ਜੋ ਉਹ ਖਜ਼ਾਨਾ ਜਿਹੜਾ ਸਾਨੂੰ ਘਰ ਬੈਠਿਆਂ ਮਿਲਿਆ ਅਸੀਂ ਉਹ ਤੋਂ ਦੂਰ ਹੁੰਦੇ ਜਾ ਰਹੇ ਹਾਂ, ਔਰ ਦੂਸਰਾ ਜਿਹੜਾ ਬਾਹਰੀ ਉੱਧਰ ਅਸੀਂ ਦੌੜ ਰਹੇ ਹਾਂ। ਸੋ ਇਸ ਵਾਸਤੇ ਇਹਨਾਂ ਚੀਜ਼ਾਂ ਦਾ ਸਾਇੰਸ ਅਤੇ ਧਰਮ ਦਾ ਜਾਂ ਗੁਰਬਾਣੀ ਦਾ ਜਿਹੜਾ ਸੁਮੇਲ ਆ ਉਹਦੇ ਸੰਬੰਧ ਦੇ ਵਿੱਚ ਸਾਨੂੰ ਡਾਕਟਰ ਸਾਹਿਬ ਮਿਲੇ ਨੇ ਜੀ। ਸਾਡੀ ਖੁਸ਼ਕਿਸਮਤੀ ਆ ਵੀ ਸਾਨੂੰ ਇਹੋ ਜਿਹੇ ਵਿਦਵਾਨ ਮਿਲੇ ਨੇ ਜਿਹੜੇ ਦੋਨਾਂ ਚੀਜ਼ਾਂ ਦਾ ਸੁਮੇਲ ਕਰਕੇ ਅਤੇ ਸਾਨੂੰ ਇਹ ਸਾਰਾ ਕੁਝ ਦੱਸਣਗੇ ਜੀਵਨ ਜਾਂਚ ਬਾਰੇ। ਡਾਕਟਰ ਸਾਹਿਬ, ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਜਿਸ ਤਰ੍ਹਾਂ ਹੁਣੇ ਗੱਲ ਕੀਤੀ ਆਪਾਂ ਪਿਛਲੀ ਲੜੀ ਨੂੰ ਜੋੜਦੇ, ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਸੀ ਪਿਛਲੀ ਵਾਰੀ ਰਾਮ ਕਾਲ ਦੀ, ਹੈ ਨਾ? ਬਿਲਕੁਲ ਜੀ। ਅਤੇ ਉੱਥੋਂ ਆਪਾਂ ਅੱਗੇ ਸ਼ੁਰੂ ਕਰਦੇ ਹਾਂ ਵੀ ਅੱਗੇ ਤੁਸੀਂ ਦੱਸੋ ਵੀ ਕਿਸ ਤਰੀਕੇ ਦੇ ਨਾਲ ਉਹਨੂੰ ਤੁਸੀਂ ਲੜੀ ਅੱਗੇ ਜੋੜ ਕੇ ਤਾਂ ਆਪਾਂ ਅੱਗੇ ਚੱਲੀਏ। ਹਾਂਜੀ, ਮੈਂ ਪਰਦੇਸੀ ਸਾਹਿਬ ਦੇ ਵਿੱਚ ਥੋੜ੍ਹਾ ਜਿਹਾ ਰਿਪੀਟ ਕਰ ਦਿੰਦਾ, ਦੁਬਾਰਾ ਕਹਿ ਦਿੰਦਾ ਕਿ ਪਿਛਲੀ ਵਾਰੀ ਅਸੀਂ ਇਹ ਵੇਖਿਆ ਕਿ ਜਿਹੜੇ ਬੁਨਿਆਦੀ ਅੰਗ ਹਨ ਰਾਮਕਾਰ ਦੇ, ਜਿਨ੍ਹਾਂ ਨੂੰ ਕਿ ਮਾਡਰਨ ਸਾਇੰਸ ਦੇ ਅੰਦਰ ਇਮਿਊਨ ਸਿਸਟਮ ਕਿਹਾ ਗਿਆ ਹੈ, ਉਹ ਸਾਡੇ ਸਰੀਰ ਦੇ ਵਿੱਚ ਬਹੁਤ ਸਾਰੀਆਂ ਗਿਲਟੀਆਂ ਦੀ ਸ਼ਕਲ 'ਚ ਫੈਲੇ ਹੋਏ ਨੇ ਥਰੂ ਆਊਟ ਦੀ ਬਾਡੀ। ਔਰ ਉਹ ਗਿਲਟੀਆਂ ਜਿਹੜੀਆਂ ਹੈ ਉਹ ਇੱਕ ਕਿਸਮ ਦੀਆਂ ਕਹਿ ਲਓ ਵੈਸਲਸ ਰਾਹੀਂ, ਨਾੜੀਆਂ ਦੇ ਰਾਹੀਂ ਆਪਸ ਵਿੱਚ ਕਨੈਕਟਡ ਹਨ। ਔਰ ਇਸ ਤੋਂ ਇਲਾਵਾ ਇਹਨਾਂ ਦੇ ਅੰਦਰ ਜੋ ਚੱਲਣ ਵਾਲੀ ਚੀਜ਼ ਹੈ ਉਹ ਇੱਕ ਤਾਂ ਫਲੂਡ ਹੈ ਜਿਹਨੂੰ ਲਿੰਫ ਕਹਿੰਦੇ ਆ ਜੀ, ਔਰ ਦੂਸਰੇ ਚਿੱਟੇ ਸੈਲਸ ਨੇ ਜਿਹੜੇ ਕਈ ਕਿਸਮ ਦੇ ਨੇ। ਔਰ ਇਸ ਤੋਂ ਇਲਾਵਾ ਜਿਹੜੀ ਆਪਾਂ ਇਹ ਵੀ ਡਿਸਕਸ ਕੀਤਾ ਆਪਣੇ ਸਰੋਤਿਆਂ ਨਾਲ ਪਿਛਲੀ ਵਾਰੀ ਆਪਣੀ ਸੰਗਤ ਦੇ ਨਾਲ ਕਿ ਇਹ ਜਿਹੜੇ ਸੈੱਲ ਨੇ ਇਹ ਬਣਦੇ ਕਿੱਥੇ ਨੇ, ਉਹਦੇ ਵਿੱਚ ਜਿਹੜਾ ਸਭ ਤੋਂ ਪ੍ਰਧਾਨ ਅੰਗ ਆਪਾਂ ਦੱਸਿਆ ਉਹ ਬੋਨ ਮੈਰੋ ਦੱਸਿਆ। ਹਾਂਜੀ, ਕਿ ਜਿੰਨੀਆਂ ਹੱਡੀਆਂ ਸਾਡੀਆਂ ਉਹਦੇ ਅੰਦਰ ਬੋਨ ਮੈਰੋ ਆ, ਔਰ ਬੋਨ ਮੈਰੋ ਦਾ ਵੀ ਜੇ ਆਪਾਂ ਬਣਤਰ ਵੇਖੀਏ ਤਾਂ ਬੜੀ ਪੋਲੀ ਜਿਹੀ ਬਣਤਰ ਹੈ, ਉਹ ਸੌਫਟ ਜਿਹੀ ਮੱਖਣ ਵਰਗੀ ਸਮਝ ਲਓ, ਮਿਝ ਵਰਗੀ ਸਮਝ ਲਓ। ਔਰ ਉਸ ਤੋਂ ਉਪਰੰਤ ਦੂਸਰਾ ਜਿਹੜਾ ਪ੍ਰਧਾਨ ਅੰਗ ਆ ਜਿਹੜਾ ਕਿ ਇਹਨਾਂ ਸੈੱਲਾਂ ਨੂੰ ਬਣਾਉਣ ਦੇ ਵਿੱਚ ਮਦਦ ਕਰਦਾ ਹੈ, ਜਿਹੜਾ ਪ੍ਰੋਡਿਊਸ ਕਰਦਾ ਹੈ, ਔਰ ਉਸਦਾ ਨਾਂ ਥਾਈਮਸ ਹੈ। ਔਰ ਮੈਂ ਦੱਸਿਆ ਸੀ ਕਿ ਥਾਈਮਸ ਥਾਈਮ ਪਲਾਂਟ ਹੈ, ਇੱਕ ਪੌਦਾ ਹੈ ਜਿਹਦੇ ਪੱਤਿਆਂ ਦੀ ਸ਼ਕਲ ਇਸ ਅੰਗ ਵਰਗੀ ਹੈ, ਉਹਦੇ ਨਾਂ ਦੇ ਉੱਤੇ ਇਹਦਾ ਨਾਂ ਰੱਖਿਆ ਗਿਆ। ਠੀਕ ਹੈ ਜੀ। ਸੋ ਬੁਨਿਆਦੀ ਦੋ ਅੰਗ ਨੇ ਜੀ ਜਿਹੜੇ ਵਾਈਟ ਸੈੱਲਸ ਨੂੰ ਪ੍ਰੋਡਿਊਸ ਕਰਦੇ ਆ। ਪ੍ਰਦੇਸ਼ੀ ਸਾਹਿਬ, ਇਹ ਸੈੱਲਸ ਪ੍ਰੋਡਿਊਸ ਹੋ ਕੇ ਬੋਨ ਮੈਰੋ ਦੇ ਵਿੱਚ ਅਤੇ ਥਾਈਮਸ ਦੇ ਵਿੱਚ ਪ੍ਰੋਡਿਊਸ ਹੋ ਕੇ ਇਹਨਾਂ ਨੂੰ ਅਸੀਂ ਪ੍ਰਾਇਮਰੀ ਅੰਗ ਵੀ ਕਹਿੰਦੇ, ਬੁਨਿਆਦੀ ਅੰਗ ਵੀ ਕਹਿ ਦਿੰਦੇ ਇਹਨ ਬੋਨ ਮੈਰੋ ਨੂੰ, ਅਤੇ ਜਿਹੜੀ ਦੂਸਰੀ ਆਪਾਂ ਥਾਈਮਸ ਦਾ ਨਾਂ ਲਿਆ। ਉਸ ਤੋਂ ਬਾਅਦ ਇਹ ਸਰੀਰ ਦੇ ਵਿੱਚ ਚੱਕਰ ਕੱਟਦੇ ਆ ਲਿੰਫ ਦੇ ਰਾਹੀਂ, ਔਰ ਲਿੰਫ ਨੋਡਸ ਦੇ ਵਿੱਚ ਜਾ ਕੇ ਬੈਠਦੇ ਆ, ਔਰ ਉੱਥੋਂ ਫਿਰ ਵਾਪਸ ਆਉਂਦੇ ਆ। ਇਸ ਤਰ੍ਹਾਂ ਸਾਰੇ ਦੇ ਸਾਰੇ ਚੱਕਰ ਲਾਉਂਦੇ ਰਹਿੰਦੇ ਸਰੀਰ 'ਚ, ਔਰ ਇਹ ਰਾਮਕਾਰ ਦਾ ਸਰੂਪ ਜਿਹੜਾ ਹੈ ਸਾਰੇ ਸਰੀਰ 'ਚ ਫੈਲਿਆ ਹੋਇਆ। ਜਿਹੜੀ ਅੱਜ ਪਰਦੇਸੀ ਸਾਹਿਬ ਆਪਾਂ ਗੱਲ ਕਰਨੀ ਚਾਹੁੰਦੇ ਹਾਂ ਭਈ ਰਾਮਕਾਰ ਦਾ ਜਿਹੜਾ ਹੈਗਾ ਮੁੱਢਲਾ ਸਰੂਪ ਜਿਹੜਾ ਕਿੱਥੋਂ ਚਾਲੂ ਹੁੰਦਾ, ਉਹ ਇੱਕ ਬੱਚੇ ਦੇ ਜੀਵਨ ਤੋਂ ਚਾਲੂ ਹੁੰਦਾ। ਮੈਂ ਵੀ ਇਹੋ ਗੱਲ ਕਰਨ ਲੱਗਾ ਸੀ ਵੀ ਜਿਸ ਤਰ੍ਹਾਂ ਸਾਡਾ ਜਿਹੜਾ ਮਨੁੱਖੀ ਜੀਵਨ ਜਿੱਥੋਂ ਸ਼ੁਰੂ ਹੁੰਦਾ ਵਾ ਆਪਾਂ ਉੱਥੋਂ ਗੱਲ ਸ਼ੁਰੂਆਤ ਕਰੀਏ। ਔਰ ਮੈਂ ਆਪਣੇ ਸਰੋਤਿਆਂ ਨੂੰ ਫਿਰ ਬੇਨਤੀ ਕਰਦਾ ਵਾਂ ਕਿਉਂਕਿ ਅਸੀਂ ਫੇਸਬੁੱਕ 'ਤੇ ਵੀ ਇਹਨੂੰ ਪਾਵਾਂਗੇ, ਔਰ ਸਾਨੂੰ ਜ਼ਰੂਰੀ ਕਮੈਂਟਸ ਵੀ ਦਿਆ ਕਰੋ। ਕਾਫੀ ਲੋਕਾਂ ਨੇ ਐਪਰੀਸ਼ੀਏਟ ਕੀਤਾ ਇਸ ਪ੍ਰੋਗਰਾਮ ਨੂੰ, ਔਰ ਕਈਆਂ ਨੇ ਕਿਉਂਕਿ ਨਵੇਕਲਾ ਪ੍ਰੋਗਰਾਮ ਵੀ ਸਾਨੂੰ ਕਈਆਂ ਨੇ ਕਿਹਾ ਵੀ ਇੱਕ ਵਧੀਆ ਉਪਰਾਲਾ ਹੈ, ਔਰ ਸਾਨੂੰ ਤੁਹਾਡੇ ਸੁਝਾਵਾਂ ਦੀ ਵੀ ਲੋੜ ਹੈ, ਸਾਨੂੰ ਤੁਹਾਡੇ ਕਮੈਂਟਸ ਦੀ ਵੀ ਲੋੜ ਹੈ, ਕਿਉਂਕਿ ਜਿੰਨੇ ਸਾਨੂੰ ਸਰੋਤੇ ਜ਼ਿਆਦਾ ਦੇਖਣਗੇ ਅਤੇ ਔਰ ਸਾਡਾ ਵੀ ਥੋੜ੍ਹਾ ਜਿਹਾ ਦਿਲ ਵਧੇਗਾ, ਸਾਨੂੰ ਵੀ ਖੁਸ਼ੀ ਹੋਏਗੀ ਵੀ ਸਾਨੂੰ ਲੋਕ ਵੇਖ ਰਹੇ ਨੇ। ਜਿੱਥੇ ਅਸੀਂ ਹੋਰ ਬਹੁਤ ਕੁਛ ਦੇਖਦੇ ਹਾਂ ਉੱਥੇ ਜੀਵਨ ਜਾਂਚ ਦੀਆਂ ਆਪਣਾ ਗੱਲਾਂ ਕਰਨੀਆਂ, ਅਗਰ ਸਾਡਾ ਜੀਵਨ ਖੁਸ਼ੀਆਂ ਭਰਿਆ ਹੈ, ਸਾਡੇ ਮਨ ਦੇ ਵਿੱਚ ਆਨੰਦ ਹੈ, ਸਾਨੂੰ ਆਪਣੇ ਸਰੀਰ ਬਾਰੇ ਜਾਣਕਾਰੀ ਹੈ, ਸਾਡੇ ਧਰਮ ਬਾਰੇ, ਗੁਰਬਾਣੀ ਬਾਰੇ, ਅਤੇ ਫਿਰ ਮਨ ਹਮੇਸ਼ਾ ਖਿੜਿਆ ਰਹਿੰਦਾ। ਸੋ ਡਾਕਟਰ ਸਾਹਿਬ, ਆਪਾਂ
ਸ਼ੁਰੂਆਤ ਕਰਦੇ ਹਾਂ, ਜਿਹੜਾ ਮਨੁੱਖੀ ਜੀਵਨ ਜਿਸ ਤਰ੍ਹਾਂ ਇਹ ਸ਼ੁਰੂਆਤ ਹੁੰਦੀ ਆ ਉਹਦੇ ਤੋਂ ਆਪਾਂ ਸ਼ੁਰੂ ਕਰਦੇ ਹਾਂ ਜੀ। ਸੋ ਪਰਦੇਸੀ ਸਾਹਿਬ, ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਸ਼ੁਰੂ ਕਰਦੇ ਹਾਂ ਵੀ ਗੁਰਬਾਣੀ ਦੇ ਵਿੱਚ ਜਿਹੜੀ ਮੁੱਢਲੀ ਰਾਮਕਾਰ ਹੈ ਇਹਦੀ ਨਿਸ਼ਾਨਦੇਹੀ ਕਿਸ ਤਰ੍ਹਾਂ ਹੁੰਦੀ ਹੈ ਅਤੇ ਕਿੱਥੋਂ ਜੀਵਨ ਜਿਹੜਾ ਸ਼ੁਰੂ ਹੁੰਦਾ? ਹਾਂਜੀ ਹਾਂਜੀ। ਔਰ ਉਹਦੇ ਵਿੱਚ ਨਾਲ ਦੀ ਨਾਲ ਆਪਾਂ ਸਾਇੰਸ ਦੀ ਵੀ ਗੱਲ ਕਰਾਂਗੇ, ਬਿਲਕੁਲ ਬਿਲਕੁਲ, ਔਰ ਪਹਿਲਾਂ ਗੁਰਬਾਣੀ ਦੀ ਕਰਾਂਗੇ ਔਰ ਫਿਰ ਸਾਇੰਸ ਦੀ ਗੱਲ ਕਰਾਂਗੇ। ਤੋ ਮੈਂ ਆਪ ਜੀ ਨਾਲ ਸਾਂਝਾ ਕਰਦਾ ਹੈ ਸੰਗਤ ਦੇ ਨਾਲ ਵੀ ਕਿ ਸਤਿਗੁਰ ਦੀ ਬਾਣੀ ਪਹਿਲੀ ਗੱਲ ਤਾਂ ਰਾਮਕਾਰ ਬਾਰੇ ਇਸ ਢੰਗ ਦੇ ਨਾਲ ਦੱਸਦੀ ਆ, ਔਰ ਇਹ ਸ਼ਬਦ ਆਮ ਤੌਰ 'ਤੇ ਸੰਗਤ ਨੇ ਸੁਣਿਆ ਹੈ ਕਿ ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਪਾਈ। ਇਹਦਾ ਮਤਲਬ ਵੀ ਕੋਈ ਸਾਡੇ ਸਰੀਰ ਦੇ ਅੰਦਰ ਰਾਮਕਾਰ ਜਿਹੜੀ ਹੈ ਐਗਜ਼ਿਸਟ ਕਰ ਰਹੀ ਹੈ, ਗੁਰਬਾਣੀ ਇਸ ਦੇ ਬਾਰੇ ਦੱਸ ਰਹੀ ਹੈ। ਠੀਕ ਹੈ ਜੀ। ਹੁਣ ਰਹੀ ਗੱਲ ਭਈ ਜੀਵਨ, ਜਿਵੇਂ ਆਪ ਜੀ ਨੇ ਸ਼ੁਰੂ ਦੀ ਗੱਲ ਕੀਤੀ ਆ ਵੀ ਜੀਵਨ ਸ਼ੁਰੂ ਕਿੱਥੋਂ ਹੁੰਦਾ, ਇੱਕ ਬੱਚੇ ਦਾ, ਇੱਕ ਹਿਊਮਨ ਬੇਬੀ ਦਾ ਜਾਂ ਬਾਕੀ ਜੀਵਾਂ ਬਹੁਤ ਸਾਰੇ ਰੀੜ੍ਹਧਾਰੀ ਜਿੰਨੇ ਵੀ ਪਲਾਨਟ ਤੇ ਸਾਡੇ ਇਸ ਧਰਤੀ ਰੀੜ੍ਹਧਾਰੀ ਜੀਵ ਨੇ, ਜਿਹੜੇ ਰੀੜ੍ਹਧਾਰੀ ਜੀਵ ਜਿੰਨੇ ਨੇ ਜਿਨ੍ਹਾਂ ਦੇ ਅੰਦਰ ਇਹ ਬੈਕਬੋਨ ਦਿੱਤੀ ਹੋਈ ਆ, ਉਹਨਾਂ ਤਕਰੀਬਨ ਸਾਰਿਆਂ ਦਾ ਹੀ ਜਿਹੜਾ ਜੀਵਨ ਇਸ ਢੰਗ ਦੇ ਨਾਲ ਗੁਰਬਾਣੀ ਦੱਸਦੀ ਆ ਕਿ ਬਿੰਦ ਰਕਤ ਮਿਲ ਪਿੰਡ ਸਰੀਆ। ਬਿੰਦ ਤੋਂ ਭਾਵ ਆ ਜਿਹੜਾ ਮਾਤਾ ਦਾ ਜਿਹੜਾ ਆਪਣਾ ਮਦਰ ਆ, ਮਾਦਾ ਹੈ ਜਿਹੜਾ, ਹਾਂਜੀ ਹਾਂਜੀ, ਠੀਕ ਹੈ ਜੀ, ਉਹਦੇ ਵਿੱਚ ਰਕਤ ਕਿਹਾ ਗਿਆ। ਠੀਕ ਹੈ ਜੀ। ਅਤੇ ਜਿਹੜਾ ਮੇਲ ਆ ਉਹਦਾ ਸ਼ੁਰੂਆਤ ਜਿਹੜੀ ਆ ਜਿਹਨੂੰ ਆਪਾਂ ਸਪਰਮ ਕਹਿ ਦਿੰਦੇ ਹਾਂ ਉਹਨੂੰ ਮਤਲਬ ਜਿਹੜਾ ਹੈਗਾ ਹੈ ਕਿਹਾ ਗਿਆ ਬਿੰਦ। ਠੀਕ ਹੈ ਜੀ। ਬਿੰਦ ਰਕਤ, ਮੇਲ ਵਾਲੇ ਪਾਸੇ ਤੋਂ ਬਿੰਦ, ਫੀਮੇਲ ਪਾਸੇ ਤੋਂ ਰਕਤ ਜੀ, ਜਾਂ ਕਹਿ ਲਓ ਨਰ ਵਾਲੇ ਪਾਸੇ ਤੋਂ ਬਿੰਦ ਜਾਂ ਸੀਮਨ ਅਤੇ ਮਦਰ ਵਾਲੇ ਪਾਸੇ ਤੋਂ ਰਕਤ। ਬਿੰਦ ਰਕਤ ਮਿਲ ਪਿੰਡ ਸਰੀਆ, ਪੌਣ ਪਾਣੀ ਅਗਨੀ ਮਿਲ ਜੀਆ। ਤੋ ਬਿੰਦ ਅਤੇ ਰਕਤ ਦੋ ਚੀਜ਼ਾਂ ਹੋ ਗਈਆਂ ਜੀ। ਹਾਂਜੀ। ਇਹ ਇੱਕ ਕਿਸਮ ਦੇ ਮਾਡਰਨ ਜ਼ਮਾਨੇ ਦੇ ਵਿੱਚ ਸਾਇੰਸ ਨੂੰ ਨਜ਼ਰ ਆਇਆ ਹੈ ਕਿ ਇਹ ਜਿਹੜਾ ਬਿੰਦ ਹੈ ਇਹ ਸਪਰਮ ਹੈ, ਔਰ ਰਕਤ ਜਿਹੜਾ ਉਹ ਐੱਗ ਹੈ। ਔਰ ਵੇਖ ਲਓ ਉਸ ਜ਼ਮਾਨੇ 'ਚ ਕੋਈ ਮਾਈਕਰੋਸਕੋਪ ਨਹੀਂ ਸੀ, ਪਰ ਸ਼ੁਰੂਆਤ ਜਿਹੜੀ ਆ ਵੇਖੋ ਕਿੰਨੀ ਸਤਿਗੁਰ ਦੀ ਬਾਣੀ ਡੂੰਘਾਈ ਤੱਕ ਗਈ, ਸੂਖਮ ਲੈਵਲ 'ਤੇ ਗਈ ਕਿ ਇਹ ਦੋ ਚੀਜ਼ਾਂ ਮਿਲ ਕੇ, ਦੋ ਸੈੱਲ ਮਿਲ ਕੇ, ਬਿੰਦ ਅਤੇ ਰਕਤ ਮਿਲ ਕੇ ਜੀਵ ਦਾ ਸ਼ੁਰੂਆਤ ਹੋ ਗਿਆ। ਹੋਰ ਸਤਿਗੁਰ ਦੱਸਦੇ ਵੀ ਹੋਰ ਕੀ ਚੀਜ਼ ਵਿੱਚ ਆਈ, ਪੌਣ ਪਾਣੀ ਅਗਨੀ ਮਿਲ ਜੀ ਆ। ਭਈ ਇਹ ਜਿਹੜੇ ਬਿੰਦ ਅਤੇ ਰਕਤ ਸਨ ਇਹ ਪੰਜਾਂ ਤੱਤਾਂ 'ਤੇ ਬਣੇ ਹੋਏ ਸਨ, ਪੌਣ ਪਾਣੀ ਅਗਨੀ ਧਰਤੀ ਆਕਾਸ਼, ਉਹ ਪੰਜ ਜਿਹੜੇ ਤੱਤ ਜਿਨ੍ਹਾਂ ਦਾ ਜ਼ਿਕਰ ਗੁਰਬਾਣੀ ਦੇ ਅੰਦਰ ਕੀਤਾ ਹੈ। ਠੀਕ ਹੈ। ਉਹਨਾਂ ਤੋਂ ਮਿਲ ਕੇ ਅਤੇ ਜਿਹੜੀ ਸਿਰਜਣਾ ਸ਼ੁਰੂ ਹੋ ਗਈ, ਇਹਨਾਂ ਦੋਵਾਂ ਸੈੱਲਾਂ ਤੋਂ ਮਿਲ ਕੇ, ਬਿੰਦ ਅਤੇ ਰਕਤ ਮਿਲ ਕੇ ਇਹ ਚੀਜ਼ ਸ਼ੁਰੂ ਹੋ ਗਈ। ਔਰ ਉਸ ਤੋਂ ਉਪਰੰਤ ਅਗਲੀ ਅਵਸਥਾ ਦੀ ਗੱਲ ਕਰਦੇ ਹਨ ਭਈ ਜੋ ਜੀਵ ਬਣਿਆ ਉਹ ਕਿਸ ਸ਼ਕਲ ਦੇ ਵਿੱਚ ਉੱਥੇ ਪਿਆ ਸੀ, ਔਰ ਉਹਦੀ ਉਹ ਕਿਵੇਂ ਲਟਕਿਆ ਸੀ, ਉਹ ਪੁੱਠਾ ਲਟਕਿਆ ਹੋਇਆ ਸੀ। ਅੱਜ ਕੱਲ੍ਹ ਦੇ ਸਕੈਨਰਸ ਵੀ ਇਹ ਚੀਜ਼ ਦੱਸਦੇ ਨੇ, ਔਰ ਵੇਖੋ ਕਿੰਨਾ ਸੁਮੇਲ ਹੈ ਦੋਵਾਂ ਦੇ ਵਿੱਚ ਭਈ ਜੋ ਅੱਜ ਸਾਨੂੰ ਮਿਲਿਆ ਹੈ ਸਕੈਨਰਸ ਦੇ ਰਾਹੀਂ, ਅਲਟਰਾਸਾਊਂਡਸ ਦੇ ਰਾਹੀਂ, ਮਸ਼ੀਨਾਂ ਦੇ ਰਾਹੀਂ, ਉਹ ਹੀ ਸਤਿਗੁਰ ਨੇ ਦੱਸਿਆ। ਅਗਲੀਆਂ ਪੰਕਤੀਆਂ ਤੋਂ ਉਹ ਬਿਲਕੁਲ ਪ੍ਰਗਟ ਹੁੰਦਾ ਹੈ ਕਿ ਗਰਭ ਕੁੰਡਲ ਮੈਂ ਉਰਦ ਧਿਆਨੀ ਆਪੇ ਜਾਣੇ ਅੰਤਰ ਜਾਮੀ। ਗਰਭ ਕੁੰਡਲ ਜਿਹੜਾ ਮਾਤਾ ਦਾ ਉਧਰ ਸੀ, ਮਾਤਾ ਦਾ ਪੇਟ ਸੀ ਜਿੱਥੇ ਬੱਚਾ ਡਿਵੈਲਪ ਹੋਣਾ ਸ਼ੁਰੂ ਹੋ ਗਿਆ ਬਿੰਦ ਅਤੇ ਰਕਤ ਨੂੰ ਮਿਲ ਕੇ, ਉੱਥੇ ਉਰਦ ਦਾ ਮਤਲਬ ਹੈ ਪੁੱਠਾ ਅਤੇ ਧਿਆਨੀ ਦਾ ਮਤਲਬ ਧਿਆਨ ਦੇ ਵਿੱਚ ਸੀਗਾ। ਮਤਲਬ ਗੁਰੂ ਸਾਹਿਬ ਨੂੰ 500 ਸਾਲ ਜਾਂ ਪਹਿਲਾਂ ਜਿੰਨੇ ਵੀ ਭਗਤ ਹੋਏ ਨੇ, ਜਿਨ੍ਹਾਂ ਨੇ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਆ, ਅਤੇ ਮਤਲਬ ਉਹਨਾਂ ਨੂੰ ਉਹ ਕਿਹੜਾ ਗਿਆਨ ਹੋਏਗਾ ਡਾਕਟਰ ਸਾਹਿਬ ਜਿਹਦੇ ਰਾਹੀਂ ਉਹਨਾਂ ਨੂੰ ਇਹ ਸਾਰਾ ਕੁਛ ਪਹਿਲਾਂ ਹੀ ਪਤਾ ਚੱਲ ਗਿਆ ਹੋਏਗਾ? ਹੁਣ ਤਾਂ ਕਿਉਂਕਿ ਇੱਕ ਸਾਇੰਸ ਆ, ਉਹਨੂੰ ਸਕੈਨਰ ਦੇ ਰਾਹੀਂ ਸਾਰਾ ਕੁਛ, ਉਹਦੀ ਫੋਟੋ ਬਾਹਰ ਆ ਜਾਂਦੀ ਸਾਰਾ ਕੁਛ, ਮਤਲਬ ਉਹ ਕਿਹੜਾ ਗਿਆਨ ਹੋਵੇਗਾ ਜਿਹਦੇ ਰਾਹੀਂ ਉਹਨਾਂ ਨੇ ਸਾਰਾ ਕੁਛ ਪਹਿਲਾਂ ਮਨੁੱਖੀ ਅੰਦਰੂਨੀ ਵੀ ਸਾਰਾ ਸਿਸਟਮ ਦੇਖ ਲਿਆ? ਕਮਾਲ ਦੀ ਚੀਜ਼ ਹੈ ਪਰਦੇਸੀ ਸਾਹਿਬ, ਇਸ ਨੂੰ ਸਤਿਗੁਰਾਂ ਨੇ ਸ਼ਬਦ ਅਤੇ ਸੁਰਤ ਦੇ ਮੇਲ ਰਾਹੀਂ ਦੱਸਿਆ ਹੈ। ਅੱਛਾ ਜੀ। ਕਿ ਜੋ ਇਹਨਾਂ ਸੰਤਾਂ ਮਹਾਂਪੁਰਖਾਂ ਦੀ, ਭਗਤਾਂ ਦੀ, ਗੁਰੂ ਸਾਹਿਬਾਨਾਂ ਦੀ ਜਿਹੜੀ ਸੁਰਤ ਸੀ ਉਹ ਕਰਤਾ ਪੁਰਖ ਦੇ ਨਾਲ ਅਭੇਦ ਸੀ, ਮਤਲਬ ਇੱਕ ਸੀ। ਜੋ ਪਰਮਾਤਮਾ ਦੀ ਸੋਚ ਸੀ ਉਹੀ ਇਹਨਾਂ ਸਰੀਰਾਂ ਦੀ ਸੋਚ ਸੀ, ਇਹਨਾਂ ਮਹਾਂਪੁਰਖਾਂ ਦੀ ਸੋਚ ਸੀ, ਇਹਨਾਂ ਗੁਰੂ ਸਾਹਿਬਾਨਾਂ ਦੀ ਸੋਚ ਸੀ। ਜਿਵੇਂ ਸਤਿਗੁਰੂ ਦੀ ਬਾਣੀ 'ਚ ਆਉਂਦਾ ਨਾ, ਧਿਆਨ ਧੁਨ ਮਹਿ ਧਿਆਨ ਧਿਆਨ ਮਹਿ ਜਾਣਿਆ ਕਥੀਏ ਅਕਥ ਕਹਾਣੀ। ਕਹਿੰਦੇ ਵੈਸੇ ਤਾਂ ਇਹ ਅਕਥ ਹੈ, ਇਹਨੂੰ ਜਾਣਿਆ ਨਹੀਂ ਜਾ ਸਕਦਾ। ਠੀਕ ਹੈ।
ਪਰ ਜਿਸ ਵੇਲੇ ਉਹਨਾਂ ਦੀ ਸੁਰਤ ਅਕਾਲ ਪੁਰਖ ਦੇ ਨਾਲ ਜੁੜੀ ਕਿਉਂਕਿ ਸਤਿਗੁਰੂ ਨਾਨਕ ਦੇਵ ਜੀ ਬਾਰੇ ਜਾਂ ਇਹ ਜਿੰਨੇ ਵੀ ਭਗਤ ਸਾਹਿਬਾਨ ਜਾਂ ਗੁਰੂ ਸਾਹਿਬਾਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਿਰਾਜਮਾਨ ਨੇ, ਇਹ ਪਰਮਾਤਮਾ ਦੇ ਨਾਲ 24 ਘੰਟੇ 34 ਪਹਿਰੇ ਇਹਨਾਂ ਦਾ ਧਿਆਨ ਸੁਰਤ ਜਿਹੜੀ ਅਕਾਲ ਪੁਰਖ ਨਾਲ ਜੁੜੀ ਇੱਕ ਰੂਪ ਹੀ ਹੋ ਗਿਆ ਕਿ ਪਰਮਾਤਮਾ ਦਾ ਅਤੇ ਉਹਨਾਂ ਦਾ, ਹਾਂਜੀ, ਕਿਉਂਕਿ ਪਰਮਾਤਮਾ ਨੇ ਸਾਰੀ ਰਚਨਾ ਕੀਤੀ ਸੀ। ਹਾਂਜੀ, ਇਹ ਉਸ ਰਚਨਾ ਨੂੰ ਵਿਜੂਅਲਾਈਜ਼ ਕਰ ਰਹੇ ਸਨ, ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਸੀ। ਉਹ ਜਿਸ ਵੇਲੇ ਫਿਰ ਬਾਣੀ ਆਉਂਦੀ ਸੀ ਤਾਂ ਉਸ ਵੇਲੇ ਉਹ ਚੀਜ਼ਾਂ ਜਿਹੜੀਆਂ ਸਨ ਉਹਦੇ ਸਟਰਕਚਰ, ਉਹਦੀ ਬਣਤਰ, ਉਹ ਸਾਰਾ ਕੁਝ ਪ੍ਰਗਟ ਹੋ ਕੇ ਆ ਜਾਂਦਾ ਸੀ, ਜਿਹੜੀ ਕਿ ਮਾਡਰਨ ਸਾਇੰਸ ਤੁਹਾਨੂੰ ਹੂਬ ਹੂ ਉਹ ਚੀਜ਼ ਉਸੇ ਤਰ੍ਹਾਂ ਪਾ ਰਹੀ ਹੈ। ਸੋ ਆਪਾਂ ਦੁਬਾਰਾ ਪੜ੍ਹ ਦਿੰਦੇ ਹਾਂ ਜੀ। ਹਾਂਜੀ, ਬਿੰਦ ਰਕਤ ਮਿਲ ਪਿੰਡ ਸਰੀਆ, ਪੌਣ ਪਾਣੀ ਅਗਨੀ ਮਿਲ ਜੀਆ, ਆਪੇ ਚੋਜ ਕਰੇ ਰੰਗ ਮੈਲੀ, ਹੋਰ ਮਾਇਆ ਮੋਪ ਸਾਰਾ ਹੈ, ਗਰਭ ਕੁੰਡਲ ਮੈਂ ਉਰਦ ਧਿਆਨੀ, ਆਪੇ ਜਾਣੇ ਅੰਤਰ ਜਾਮੀ, ਸਾਸ ਸਾਸ ਸੱਚ ਨਾਮ ਸੰਭਾਲੇ, ਅੰਤਰ ਉਧਰ ਮਜਾਰਾ ਹੈ। ਇਹ ਤਾਂ ਆਪ ਜੀ ਦੇ ਪਹਿਲੇ ਸਵਾਲ ਦਾ ਜਵਾਬ ਗੁਰਬਾਣੀ ਦੇ ਮੁਤਾਬਕ, ਭਾਈ ਬਿੰਦ ਅਤੇ ਰਕਤ ਤੋਂ ਮਿਲ ਕੇ ਇਨਸਾਨ ਦਾ ਜਿਹੜਾ ਸੀ ਮਨੁੱਖੀ ਬੱਚੇ ਦਾ ਉਹ ਸ਼ੁਰੂਆਤ ਹੋਇਆ, ਜੀਵਨ ਦੀ ਸ਼ੁਰੂਆਤ ਹੋਈ। ਔਰ ਨਾਲ ਸਤਿਗੁਰੂ ਦੱਸਦੇ ਨੇ, ਬਾਣੀ ਦੇ ਵਿੱਚ ਹੋਰ ਵੀ ਬੜੇ ਸਾਰੇ ਬਚਨ ਆਉਂਦੇ, ਆਪਾਂ ਸਰੋਤਿਆਂ ਨਾਲ ਸਾਂਝੇ ਕਰਾਂਗੇ। ਭਾਈ ਜਿਹੜੀ ਇਹ ਸ਼ੁਰੂਆਤ ਹੋਈ, ਜਿਹੜਾ ਸਰੀਰ ਬਣਨਾ ਸ਼ੁਰੂ ਹੋਇਆ, ਉਹ ਮਾਤਾ ਦੇ ਗਰਭ ਅੰਦਰ ਪੁੱਠਾ ਲਟਕ ਗਿਆ, ਹਾਂਜੀ, ਉਰਦ ਧਿਆਨੀ, ਔਰ ਧਿਆਨ 'ਚ ਲੱਗ ਗਿਆ। ਔਰ ਗੁਰਬਾਣੀ ਇਹ ਵੀ ਦੱਸਦੀ ਆ ਵੀ ਬੱਚੇ ਨੂੰ ਤਾਂ ਸਮਝ ਨਹੀਂ, ਹੁਣ ਕੋਈ ਸਵਾਲ ਕਰ ਸਕਦਾ ਜੀ ਧਿਆਨ ਕਿਵੇਂ ਲੱਗ ਗਿਆ? ਹਾਂਜੀ, ਉਹਨੂੰ ਤਾਂ ਪਤਾ ਹੀ ਕੁਛ ਨਹੀਂ, ਪਤਾ ਹੀ ਕੁਛ ਨਹੀਂ। ਹਾਂਜੀ, ਇਹ ਸਤਿਗੁਰ ਨੇ ਆਪ ਕਿਰਪਾ ਕੀਤੀ ਨਿਰੰਕਾਰ ਨੇ, ਕਿਉਂਕਿ ਜੋ ਰਚਨਾ ਰਚ ਰਿਹਾ ਸੀ ਉਹਨੂੰ ਪਤਾ ਸੀ ਭਈ ਇਹਨੂੰ ਹੁਣ ਮੈਂ ਬਚਾਉਣਾ ਵੀ ਹੈ। ਹਾਂਜੀ, ਕਿਉਂਕਿ ਅੱਗੇ ਚੱਲ ਕੇ ਆਪਾਂ ਵੇਖਾਂਗੇ ਵੀ ਇੱਥੇ ਜਿਹੜਾ ਐਨਵਾਇਰਨਮੈਂਟ ਆ ਉਧਰ ਦੇ ਵਿੱਚ ਮਾਤਾ ਦੇ ਪੇਟ ਵਿੱਚ, ਇਹ ਬੜਾ ਹੌਸਟਾਈਲ ਆ, ਇਹ ਬੜਾ ਖਤਰਨਾਕ ਹੈ, ਇਹਦੇ 'ਚ ਬਚਣਾ ਬਹੁਤ ਔਖਾ। ਔਰ ਪਰਮਾਤਮਾ ਨੇ ਕੀ ਕੀਤਾ ਵੀ ਆਪਣੀ ਸੱਤਾ ਇਹਨੂੰ ਦੇ ਦਿੱਤੀ, ਆਪਣਾ ਨਾਮ ਬਖਸ਼ ਦਿੱਤਾ, ਔਰ ਨਾਮ ਬਖਸ਼ ਦਿੱਤਾ ਅਤੇ ਉਹਨੂੰ ਧਿਆਨ 'ਚ ਲਾ ਦਿੱਤਾ। ਇਹੋ ਹੀ ਕਾਰਨ ਆ ਕਿ ਜਿਹੜੀ ਲਿਵ ਆ ਇਹਦੀ ਮਹਾਨਤਾ ਸਾਨੂੰ ਸਤਿਗੁਰ ਦੱਸਦੇ ਹਨ, ਕਿਉਂਕਿ ਸੰਤ ਭੁੱਲ ਚੁੱਕਾ ਵੀ ਕੀ ਮਹਾਨਤਾ ਸੀ ਲਿਵ ਦੀ, ਕਿਉਂਕਿ ਅਸੀਂ ਜਿਸ ਵੇਲੇ ਮਾਤਾ ਦੇ ਗਰਭ ਵਿੱਚ ਅਸੀਂ ਡਿਵੈਲਪ ਹੋ ਰਹੇ ਸਾਂ, ਸਾਡਾ ਜੀਵਨ ਸ਼ੁਰੂ ਹੋਇਆ, ਉਸ ਵੇਲੇ ਸਾਨੂੰ ਪਰਮਾਤਮਾ ਨੇ ਆਪ ਹੀ ਬਖਸ਼ਿਸ਼ ਕਰਕੇ ਸਾਡੀ ਲਿਵ ਲਾ ਦਿੱਤੀ। ਔਰ ਉਹ ਲਿਵ ਜਿਸ ਵੇਲੇ ਅਸੀਂ ਬਾਹਰ ਸੰਸਾਰ ਦੇ ਵਿੱਚ ਆਏ ਤਾਂ ਸਾਡੀ ਲਿਵ ਛੁੱਟ ਗਈ, ਮਤਲਬ ਸਾਨੂੰ ਕੋਈ ਜਾਣਕਾਰੀ ਨਹੀਂ ਰਹੀ ਉਹਦੀ, ਕੋਈ ਜਾਣਕਾਰੀ ਕਿੱਥੋਂ ਆਏ ਆ, ਕਿਹੜੀ ਜਗ੍ਹਾ ਸੀ, ਕਿੱਥੇ ਸੀ ਪਹਿਲਾਂ, ਹਾਂਜੀ, ਕੀ ਸਾਡਾ ਜੀਵਨ ਸੀ, ਜਦੋਂ ਅਸੀਂ ਇਸ ਧਰਤੀ ਤੇ ਸਾਹ ਲਿਆ, ਹਾਂਜੀ, ਤੇ ਸਾਡਾ ਪਿਛਲਾ ਸਾਰਾ ਜਿਹੜਾ ਉਹ ਜਾਂਦਾ ਰਿਹਾ, ਬਿਲਕੁਲ। ਸੋ ਬਾਣੀ ਦੇ ਬਹੁਤ ਸਾਰੇ ਸ਼ਬਦ ਦੱਸਦੇ ਆ ਵੀ ਇਹ ਜਿਹੜੀ ਸ਼ੁਰੂਆਤ ਇਸ ਤਰ੍ਹਾਂ ਹੋਈ। ਆਪ ਜੀ ਹੁਣ ਹੋਰ ਵੇਖੋ ਪੰਕਤੀਆਂ, ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰ ਪਾਰਾ। ਵੀ ਉਹਨਾਂ ਦੋਵਾਂ ਸੈੱਲਾਂ ਤੋਂ ਬਿੰਦ ਅਤੇ ਰਕਤ ਦੇ ਜੋੜ ਤੋਂ, ਸੰਯੋਗ ਤੋਂ ਕਿੱਡੀ ਸੁੰਦਰ ਮੂਰਤ ਬਣਾਤੀ, ਵੇਖੋ ਤੁਸੀਂ ਇੱਥੇ ਕਿੱਡੇ ਸੋਹਣੇ ਲੱਗ ਰਹੇ ਜੀ, ਹੈ, ਸ਼ਕਲ ਸ਼ਬਾਤ ਕਿਆ ਬਾਤ ਹੈ, ਕੁਦਰਤ ਦਾ ਦੇਣ ਹੈ ਜੀ, ਸਾਰੀ ਪਰਮਾਤਮਾ ਪਰਮਾਤਮਾ ਦੇਣ ਹੈ। ਫਿਰ ਹੋਰ ਕੀ ਦਿੱਤਾ, ਜੋਤ ਦਾਤ ਜੇਤੀ ਸਭ ਤੇਰੀ, ਉਹਨੇ ਵਿੱਚ ਜੋਤ ਜਿੰਦ ਪਾਈ ਸਾਡੇ ਅੰਦਰ, ਹਾਂਜੀ, ਦਾਤਾਂ ਦਿੱਤੀਆਂ, ਔਰ ਅੰਦਰ ਬੈਠਿਆਂ ਨੂੰ ਦਾਤਾਂ ਦਿੱਤੀਆਂ, ਉਹਨਾਂ ਦਾਤਾਂ ਦਾ ਆਪਾਂ ਜ਼ਿਕਰ ਵੀ ਕਰਾਂਗੇ ਵੀ ਕੀ ਪ੍ਰਾਪਤ ਸੀ। ਔਰ ਸਭ ਤੋਂ ਵੱਡੀ ਦਾਤ ਦਿੱਤੀ ਕਿ ਇਸ ਬੱਚੇ ਨੂੰ ਰਾਮ ਕਾਰ ਦੇ ਦਿੱਤੀ ਜਿਹਦੇ ਨਾਲ ਉਹਦਾ ਬਚਾਅ ਹੋਵੇ, ਜਿਹਦਾ ਆਪਾਂ ਮੁੱਢਲਾ ਸਰੂਪ ਗਰਭ ਦੇ ਵਿੱਚ ਜਿਹੜਾ ਮਤਲਬ ਜਿਹੜੀ ਪ੍ਰੋਟੈਕਸ਼ਨ ਜਿਹੜੀ ਸੀ ਉਹ ਪੂਰੀ ਦੇ ਉਹਨੂੰ ਰਾਮ ਕਾਰ ਕਿਹਾ ਗਿਆ, ਉਹਨੂੰ ਰਾਮ ਕਾਰ ਗਿਆ, ਮੁੱਢਲੀ ਰਾਮ ਕਾਰ ਕਹਿ ਲਓ, ਮੁੱਢਲੀ ਰਾਮ ਕਾਰ ਦਾ ਮੁੱਢਲਾ ਸਰੂਪ। ਵੈਸੇ ਤਾਂ ਰਾਮ ਕਾਰ ਸਾਡੇ ਸਾਰੇ ਸਰੀਰ 'ਚ ਲੇਟਰ ਆਉਣ ਆਪਾਂ ਵੇਖਾਂਗੇ ਵੀ ਫੈਲੀ। ਤੁਸੀਂ ਤਾਂ ਚਲੋ ਇਹਦੇ ਵਿੱਚ ਇਹ ਗੁਰਬਾਣੀ ਪੜ੍ਹੀ ਸੀ, ਹੈ ਨਾ, ਹਾਂਜੀ, ਅਤੇ ਤੁਸੀਂ ਉਹ ਗੁਰਬਾਣੀ ਨੂੰ ਜਿਉਂ ਜਿਉਂ ਦੇਖਿਆ ਇੱਥੇ ਤੁਸੀਂ ਸਟੱਡੀ ਕੀਤੀ ਅਤੇ ਤੁਹਾਨੂੰ ਲੱਗਿਆ ਹੈ ਕਿ ਬਾਕੀ ਜਿਹੜੇ ਹੋਰ ਵੀ ਕਈ ਵਿਦਵਾਨ ਨੇ ਜਾਂ ਜਿਹੜੇ ਸਾਇੰਟਿਸਟ ਨੇ, ਕੀ ਗੱਲ ਉਹ ਵੀ ਇਹੋ ਗੱਲ ਕਰਦੇ ਆ ਕਿ ਜਾਂ ਉਹ ਉਹਨਾਂ ਦਾ ਕੋਈ ਸਾਇੰਟੀਫਿਕ ਵੇ ਨਾਲ ਕੋਈ ਵੱਖਰਾ ਐਂਗਲ ਹੈਗਾ, ਉਹ ਇਹਨੂੰ ਕੀ ਕਹਿੰਦੇ ਨੇ? ਦੇਖੋ ਜੀ, ਇਹ ਪ੍ਰਭੂ ਦੀ ਕਿਰਪਾ ਹੈ ਕਿ ਪਰਮਾਤਮਾ ਜਦੋਂ ਆਪਣੇ ਸੀਕਰਟਸ ਨੂੰ, ਆਪਣੀਆਂ ਕਹਿ ਲਓ ਗੁੱਝੀਆਂ ਭੇਦਾਂ ਨੂੰ ਦੱਸਣਾ ਚਾਹੁੰਦਾ ਹੈ, ਅਤੇ ਉਹ ਪਰਮਾਤਮਾ ਕਿਸੇ ਦੇ ਵੀ ਮਨ ਦੇ ਵਿੱਚ ਵਰਤ ਸਕਦਾ ਹੈ। ਮੈਂ ਤਾਂ ਇਹ ਕਹੂੰਗਾ ਵੀ ਜਿਹੜੇ ਸਾਇੰਟਿਸਟ ਨੇ, ਜਿਨ੍ਹਾਂ ਨੇ ਮਹਾਨ ਰਿਸਰਚ ਕੀਤੀ ਆ, ਜਿਨ੍ਹਾਂ ਨੇ ਕੁਛ ਪ੍ਰਿੰਸੀਪਲਸ ਦਿੱਤੇ ਆ, ਉਹ
ਉਹ ਜਿਹੜੇ ਸੰਤ ਆ ਉਹਨਾਂ ਦੀ ਵੀ ਲਿਵ ਤਕਰੀਬਨ ਸੰਤਾਂ ਵਾਂਗ ਹੀ ਆ। ਠੀਕ ਹੈ। ਮੈਂ ਤਾਂ ਕਈ ਵਾਰੀ ਇਹ ਵੀ ਕਹਿ ਦਿੰਦਾ ਵੀ ਜਿੰਨੇ ਨੋਬਲ ਲੋਰੀਏਟਸ ਹਨ ਉਹ ਬਿਰਤੀ ਕਰਕੇ ਲਿਵ ਕਰਕੇ ਉਹ ਸੰਤ ਹੀ ਨੇ, ਸੇਂਟ ਔਰ ਸਾਇੰਟਿਸਟ। ਠੀਕ ਹੈ, ਦੋਵਾਂ ਦੇ ਔਜ਼ਾਰ ਵੱਖਰੇ ਵੱਖਰੇ ਆ। ਸਾਇੰਟਿਸਟਾਂ ਨੂੰ ਪੈਸਾ ਚਾਹੀਦਾ ਹੈ, ਔਜ਼ਾਰ ਚਾਹੀਦੇ ਆ, ਅਤੇ ਬੁੱਧ ਵਾਹਿਗੁਰੂ ਬਖਸ਼ਦਾ ਹੈ, ਅਤੇ ਜਿਹੜਾ ਸੰਤ ਭਗਤ ਆ ਉਹਨੂੰ ਔਜ਼ਾਰ ਕਿਸੇ ਦੀ ਲੋੜ ਨਹੀਂ, ਉਹ ਆਪਣੀ ਸੁਰਤ ਦੇ ਨਾਲ ਹੀ ਸਾਰਾ ਗਿਆਨ। ਵੇਖੋ ਨਾ, ਹੁਣ ਆਪਾਂ ਗੱਲ ਕੀਤੀ ਆ ਕਿੱਡੀ ਸੂਖਮ ਗੱਲ ਆ ਕਿ ਬਿੰਦ ਅਤੇ ਰਕਤ ਗਾਂਹ ਜਾ ਕੇ ਆਪਾਂ ਇਹ ਵੇਖਾਂਗੇ। ਮੈਂ ਹੁਣੇ ਆਪ ਜੀ ਨਾਲ ਸ਼ੇਅਰ ਕਰੂੰਗਾ ਭਈ ਮੈਂ ਸੋਚ ਰਿਹਾ ਸੀ ਇੱਕ ਦਿਨ ਭਈ ਬਿੰਦ ਅਤੇ ਰਕਤ ਉਹਨੇ ਕਿਉਂ ਲਏ ਸਰੀਰ ਨੂੰ ਬਣਾਉਣ ਲਈ, ਉਹਨੇ ਹੋਰ ਕੋਈ ਸੈੱਲ ਕਿਉਂ ਨਾ ਲੈ ਲਿਆ? ਬਿਲਕੁਲ। ਇਹਦਾ ਜਵਾਬ ਅੱਜ ਸਾਇੰਸ ਨੂੰ ਪਤਾ ਲੱਗਾ ਵੀ ਇਹ ਕੁਦਰਤ ਦੀ ਬੜੀ ਸੋਚੀ ਸਮਝੀ ਜਿਹੜੀ ਸੀਗੀ ਸਿਸਟਮ ਉਹਦੇ ਮੁਤਾਬਕ ਹੋਇਆ। ਹੁਣ ਆਪ ਜੀ ਪੁੱਛੋ ਕਿਉਂ, ਮਤਲਬ ਆਪਣੇ ਆਪ ਨਹੀਂ ਹੋਇਆ, ਇਹ ਕਿਸੇ ਪਲਾਨਿੰਗ ਦੇ ਥਰੂ ਹੋਇਆ। ਹਰ ਆਪਾਂ ਜਿੰਨਾ ਵੀ ਸ੍ਰਿਸ਼ਟੀ ਆਪਣੀ ਦੇਖ ਰਹੇ ਹਾਂ ਸਾਰੀ, ਜੇ ਮੈਂ ਕਈ ਵਾਰ ਆਪਣੇ ਸਰੀਰ ਨੂੰ ਦੇਖਦਾ, ਪਹਿਲਾਂ ਨਹੀਂ ਸੀ ਦੇਖਦਾ ਵੀ ਹਰ ਇੱਕ ਸਰੀਰ ਦਾ ਬਕਾਇਦਾ ਅੰਗ ਜਿੱਥੇ ਹੋਣਾ ਚਾਹੀਦਾ ਵਾ, ਕਿੱਧਰ ਨੂੰ ਫੋਲਡ ਹੋਣਾ ਚਾਹੀਦਾ ਵਾ, ਹਰ ਥਾਂ ਜਿੱਥੇ ਵਾਲ ਸਾਡੇ ਬਾਡੀ 'ਤੇ ਕਿੱਥੇ ਜ਼ਰੂਰਤ ਹੈ, ਕਿੱਥੇ ਨਹੀਂ ਜ਼ਰੂਰਤ, ਮਰਦ ਨੂੰ ਜ਼ਰੂਰਤ ਨੇ, ਔਰਤ ਨੂੰ ਨਹੀਂ, ਮਤਲਬ ਹਰ ਇੱਕ ਚੀਜ਼ ਜਦੋਂ ਕਈ ਵਾਰ ਦੇਖੀਦਾ ਤਾਂ ਫਿਰ ਹੈਰਾਨ ਹੋਈਦਾ ਵੀ ਉਹ ਕਿੰਨੀ ਕੌਣ ਹੈ, ਕਿੰਨੀ ਸੋਚ ਦੇ ਨਾਲ ਉਹ ਸਾਰਾ ਕੁਛ ਜਿਹੜਾ ਹੈ। ਇਹਦਾ ਮਤਲਬ ਜਿਹੜਾ ਪਰਮਾਤਮਾ ਹੈ ਅਸੀਂ, ਉਹ ਇੱਕ ਐਸੀ ਐਨਰਜੀ ਹੈ ਜਿਹੜੀ ਕੌਨਸ਼ੀਅਸ ਆ, ਹਾਂਜੀ, ਉਹਨੂੰ ਸਭ ਪਤਾ ਹੈ ਔਰ ਉਹ ਹਰ ਇੱਕ ਜਗ੍ਹਾ ਹਾਜ਼ਰ ਹੈ ਸਾਡੇ ਅੰਦਰ ਬਾਹਰ, ਹਰ ਇੱਕ ਚੀਜ਼ ਦੇ ਅੰਦਰ ਉਹ ਪਰਮਾਤਮਾ ਜਿਹੜਾ ਵਰਤ ਰਿਹਾ ਹਰ ਮਤਲਬ ਰਮਿਆ ਹੋਇਆ ਕਿਣ-ਕਿਣ ਦੇ ਵਿੱਚੋਂ ਜਿਹੜਾ ਵਾ ਉਹ ਵਿੱਚ ਵਰਤ ਰਿਹਾ ਸਾਡੇ। ਇਸੇ ਕਰਕੇ ਹਜ਼ਾਰਾਂ ਨਾਮਾਂ ਦੇ ਵਿੱਚੋਂ ਇੱਕ ਨਾਮ ਪਰਮਾਤਮਾ ਦਾ ਰਾਮ ਵੀ ਹੈ। ਰਾਮ ਦਾ ਭਾਵ ਹੈ ਰਮਿਆ ਹੋਇਆ, ਜਿਹੜਾ ਹਰ ਇੱਕ ਜਗ੍ਹਾ ਹਾਜ਼ਰ ਹੈ, ਰਮ ਰਿਹਾ, ਉਹ ਰਮਿਆ ਹੋਇਆ। ਤੋ ਹੁਣ ਤੁਸੀਂ ਇਸ ਸਵਾਲ ਦਾ ਮੈਂ ਜਵਾਬ ਦੇਣ ਲੱਗਾ ਤੁਹਾਨੂੰ ਭਈ ਬਿੰਦ ਅਤੇ ਰਕਤ ਹੀ ਸਤਿਗੁਰੂ ਨੇ ਕਿਉਂ ਬਣਾਏ ਵੀ ਜਿਹਦੇ ਤੋਂ ਸ਼ੁਰੂਆਤ ਕਰਨਾ? ਹਾਂਜੀ, ਆਮ ਤੌਰ 'ਤੇ ਸਾਇੰਸ ਵਿੱਚ ਅਸੀਂ ਵੇਖਿਆ ਹੈ ਕਿ ਬੰਦੇ ਦੇ ਅੰਦਰ ਜਿੰਨੇ ਵੀ ਸੈੱਲ ਨੇ ਸਵਾਏ ਰਕਤ ਅਤੇ ਬਿੰਦ ਤੋਂ, ਐਗ ਅਤੇ ਸਪਰਮ ਤੋਂ, ਇਹ ਮਾਡਰਨ ਨਾਂ ਐਗ ਅਤੇ ਸਪਰਮ ਹੈ। ਠੀਕ ਹੈ ਜੀ। ਇਹਨਾਂ ਦੇ ਜਿਵੇਂ ਹੁਣ ਆਪ ਜੀ ਜੇ ਇੱਥੇ ਹੁਣ ਆਪਣੇ ਕੋਲ ਪੋਸੀਬਲ ਹੋਵੇ ਤਾਂ ਇੱਕ ਸਲਾਈਡ ਵੀ ਅਸੀਂ ਆਪਣੇ ਸਰੋਤਿਆਂ ਨੂੰ ਵਿਖਾਵਾਂਗੇ ਕਿ ਸਪਰਮ ਜਿਹੜੇ ਆ ਉਹ ਸਿੰਗਲ ਸੈੱਲ ਆ, ਮਗਰ ਪੂਛ ਜੀ ਅਗਲੇ ਪਾਸੇ ਹੈੱਡ ਆ। ਠੀਕ ਹੈ ਜੀ। ਅਤੇ ਐਗ ਜਿਹੜਾ ਇਹ ਕਾਫੀ ਵੱਡਾ ਹੈ, ਉਹਦੇ ਨੂੰ ਕਈ ਗੁਣਾ ਮਾਦਾ ਦਾ ਜਿਹੜਾ ਜਿਹਨੂੰ ਆਪਾਂ ਰਕਤ ਕਿਹਾ ਵਾ, ਹਾਂਜੀ, ਔਰ ਉਹ ਜਿਹੜਾ ਉਹਦਾ ਸਾਈਜ਼ ਵੀ ਵੱਡਾ ਹੈ। ਜਿਹੜਾ ਰਕਤ ਆ ਜਿਹੜਾ ਮਤਲਬ ਮਦਰ ਵੱਲੋਂ ਮਿਲਦਾ ਵਾ ਉਹਦਾ ਸਾਈਜ਼ ਕਾਫੀ ਵੱਡਾ, ਉਹਦਾ ਸਾਈਜ਼ ਵੱਡਾ ਉਹਦੇ ਨਾਲੋਂ, ਮਤਲਬ ਬਿੰਦ ਨਾਲੋਂ ਕਾਫੀ ਵੱਡਾ ਹੈ। ਠੀਕ ਹੈ ਜੀ। ਅਤੇ ਇਹ ਕਿਉਂ ਸਿਲੈਕਟ ਕੀਤੇ ਪਰਮਾਤਮਾ ਨੇ ਇਹਨਾਂ ਨੂੰ ਸਪੈਸ਼ਲ ਅੰਗਾਂ 'ਚ ਅੰਦਰ ਬਣਾਉਂਦਾ ਵਾ? ਠੀਕ ਹੈ, ਜਿਸ ਤਰ੍ਹਾਂ ਸਪਰਮ ਟੈਸਟੀਜ਼ ਦੇ ਵਿੱਚ ਬਣਦੇ ਆ, ਅਤੇ ਜਿਹੜੀ ਹੈਗੀ ਆ ਐਗ ਆ ਉਹ ਮਤਲਬ ਓਵੇਰੀਅਨ ਓਵਰੀ ਦੇ ਵਿੱਚ ਬਣਦਾ ਵਾ। ਹਾਂਜੀ, ਠੀਕ ਹੈ ਜੀ। ਉਹਦਾ ਕਾਰਨ ਇਹ ਹੈ ਕਿ ਸਾਇੰਸ ਤੋਂ ਪਤਾ ਲੱਗਾ ਹੈ ਕਿ ਸਾਡੇ ਹਰ ਸੈੱਲ ਦੇ ਅੰਦਰ 46 ਕ੍ਰੋਮੋਸੋਮਸ ਨੇ, 46 ਕ੍ਰੋਮੋਸੋਮ। ਠੀਕ ਹੈ ਜੀ। ਅਤੇ 46 ਸਪਰਮ ਦੇ ਅੰਦਰ ਨੇ, ਬਿੰਦ ਦੇ ਅੰਦਰ, ਮਤਲਬ ਬਰਾਬਰ ਨੇ ਦੋਨਾਂ ਦੇ, ਸੋਰੀ, ਮਤਲਬ ਵੀ ਸਾਰੇ ਸੈੱਲਾਂ 'ਚ ਬਾਕੀਆਂ ਦੇ ਵਿੱਚ 46 ਨੇ, ਅਤੇ ਬਿੰਦ ਦੇ ਵਿੱਚ ਜਿਹੜੇ ਆ ਉਹ ਅੱਧੇ ਕਰ ਦਿੰਦਾ ਪਰਮਾਤਮਾ। ਠੀਕ ਹੈ। ਠੀਕ ਹੈ ਜੀ। ਠੀਕ ਹੈ। 23 ਹੋ ਗਏ, ਅਤੇ 23 ਜਿਹੜੇ ਆ ਐਗ ਦੇ ਅੰਦਰ ਆ, ਰਕਤ ਦੇ ਅੰਦਰ ਕਰ ਦਿੰਦਾ, ਮਤਲਬ ਰਿਡਿਊਸ ਕਰ ਦਿੰਦਾ, 50-50 ਹੋ ਗਏ ਦੋਨਾਂ 'ਚ, ਅੱਧੇ ਅੱਧੇ ਕਰ ਦਿੰਦਾ। ਠੀਕ ਹੈ ਜੀ। ਜਿਸ ਲਈ ਅੱਧੇ ਕਰ ਦਿੰਦਾ ਤਾਂ ਕਿ ਜਦੋਂ ਦੋਵਾਂ ਸੈੱਲਾਂ ਨੇ ਰਕਤ ਬਿੰਦ ਮਿਲ ਪਿੰਡ ਸਰੀਆ ਕਰਨਾ, ਉਹ ਫਿਰ 46 ਬਣ ਜਾਣਾ, ਮਤਲਬ ਉਹਨਾਂ ਦੀ ਗਿਣਤੀ ਇੱਕ 46 ਰਹਿਣੀ, ਜਿਹੜੀ ਇੱਕ ਸੈੱਲ ਦੇ, ਮਤਲਬ ਜਿਹੜੀ ਤੁਸੀਂ ਦੱਸੇ ਜਿੰਨੇ, ਹਾਂ, ਇਹ ਕਿਉਂਕਿ ਜੇ 46 ਤੋਂ ਵੱਧ ਜਾਏ ਤੇ ਅਸੀਂ ਉਹਨੂੰ ਸਿੰਡਰੋਮਸ ਕਹਿੰਦੇ ਹਾਂ। ਸਿੰਡਰੋਮਸ ਹੁੰਦੇ ਆ ਵੀ ਜਿਸ ਤਰ੍ਹਾਂ ਕਈਆਂ ਦੇ ਵਿੱਚ ਵੇਖਿਆ ਗਿਆ ਹੈ ਕਿ ਕਈ ਕਾਰਨਾਂ ਕਰਕੇ 1 in 1000 ਹਜ਼ਾਰਾਂ 'ਚੋਂ ਇੱਕ ਅੱਧੇ ਬੱਚੇ ਦੇ ਇਹ ਮਤਲਬ 46 ਦੀ ਜਗ੍ਹਾ ਇੱਕ ਕ੍ਰੋਮੋਸੋਮ ਵੱਧ ਜਾਂਦਾ, 47 ਹੋ ਜਾਂਦੇ। ਅੱਛਾ ਜੀ। ਮਤਲਬ ਇੱਕ ਪੇਅਰ ਜਿਹੜਾ ਉਹ 2 ਦੀ ਬਜਾਏ 3 'ਚ ਹੋ ਜਾਂਦਾ। ਹਾਂਜੀ, ਇਹ 23 ਪੇਅਰਸ ਇਹਨਾਂ ਨੂੰ ਅਸੀਂ ਕਹਿੰਦੇ ਹਾਂ। ਠੀਕ ਹੈ। ਠੀਕ ਹੈ। ਅੱਛਾ, ਉਹ ਜਦੋਂ ਟ੍ਰਾਈਸੋਮੀ ਨਾਂ ਦੀ ਚੀਜ਼ ਆਉਂਦੀ ਆ ਅਤੇ ਉਹ ਫਿਰ ਸਰੀਰ ਦੇ ਵਿੱਚ ਵਿਕਾਰ ਪੈਦਾ ਹੋ ਜਾਂਦਾ, ਕਈ ਕਿਸਮ ਦੀ ਬਿਮਾਰੀਆਂ ਪੈਦਾ ਹੋ ਜਾਂਦੀਆਂ, ਬੱਚੇ ਦੀ ਸੁਰਤ ਨਹੀਂ ਕੰਮ ਕਰਦੀ, ਉਹਦੇ ਬ੍ਰੇਨ ਦੀ ਡਿਵੈਲਪਮੈਂਟ ਪ੍ਰੋਪਰ ਨਹੀਂ ਹੁੰਦੀ। ਇਸ ਕਰਕੇ ਅਕਾਲ ਪੁਰਖ ਨੇ ਬਿੰਦ ਅਤੇ ਰਕਤ ਨੂੰ ਇਸ ਕਰਕੇ ਸਾਜਿਆ ਕਿ ਜਿਹੜੇ 23 ਅਤੇ 23 46 ਕ੍ਰੋਮੋਸੋਮ ਬਣਾਉਣੇ ਆ ਉਹ ਪੀੜ੍ਹੀ ਦਰ ਪੀੜ੍ਹੀ 46 ਰਹਿਣ, ਮਤਲਬ ਉਹਨਾਂ ਦੀ ਗਿਣਤੀ ਵੱਧ ਨਹੀਂ ਸਕਦੀ। ਸਾਇੰਸ ਦੇ ਵਿੱਚ ਇਹਨੂੰ ਅਸੀਂ ਰਿਡਕਸ਼ਨਲ ਡਿਵੀਜ਼ਨ ਕਹਿੰਦੇ ਹਾਂ, ਮਿਓਸਿਸ ਕਹਿ ਦਿੰਦੇ ਹਾਂ।
ਜਿਤ ਜਦ ਕਿ ਬਾਕੀਆਂ ਦੇ ਵਿੱਚ ਮਾਈਟੋਸਿਸ ਹੁੰਦੀ ਹੈ ਇੱਕ ਤੋਂ ਦੋ ਸੈੱਲ ਜਦੋਂ ਬਣਦੇ ਆ। ਡਾਕਟਰ ਸਾਹਿਬ ਇੱਕ ਮੇਰੇ ਮਨ 'ਚ ਹੋਰ ਸਵਾਲ ਆਇਆ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਵੀ ਇਹ 46 ਹੀ ਰਹਿੰਦੇ ਕਿ ਜਦੋਂ ਦਾ ਮਨੁੱਖੀ ਜੀਵਨ ਮਤਲਬ ਜਦੋਂ ਦਾ ਵੀ ਪੈਦਾ ਹੋਇਆ ਜਦੋਂ ਦਾ ਹਜ਼ਾਰਾਂ ਸਾਲ ਜਾਂ ਜਦੋਂ ਦੀ ਵੀ ਇਹਦੀ ਹੋਂਦ ਹੋਈ ਉਦੋਂ ਤੋਂ ਲੈ ਕੇ ਮਤਲਬ ਸੇਮ ਹੀ ਚੱਲ ਰਿਹਾ ਵਾ ਕਿ ਜਾਂ ਇਹਦੇ 'ਚ ਕੋਈ ਤਬਦੀਲੀ ਹੋਈ ਹੈ? ਕੋਨਸਟੈਂਟ ਹੈ ਜੀ, ਇਹ ਗਿਣਤੀ 46 ਹੀ ਰਹੀ ਆ। ਗੰਢੇ ਦੇ ਵਿੱਚ ਜਿੰਨੇ ਆ ਉਹਦੇ 'ਚ ਉਨੇ ਰਹੇ ਆ, ਕਿਸੇ 'ਚ 7 ਰਹੇ ਆ, ਕਿਸੇ 'ਚ 22 ਰਹੇ ਆ, ਕਿਸੇ 'ਚ 21 ਰਹੇ, ਹਿਊਮਨ 'ਚ 46 ਆ। ਠੀਕ ਹੈ ਜੀ, ਵੱਖਰੀਆਂ ਵੱਖਰੀਆਂ ਸਪੀਸੀਜ਼ ਦਾ ਗੁਣ ਆ ਵੀ ਉਹਦੇ 'ਚ ਗੁਣ ਸੂਤਰ, ਇਹਨਾਂ ਨੂੰ ਗੁਣ ਸੂਤਰ ਵੀ ਕਹਿ ਦਿੰਦੇ ਆ ਵੀ ਉਹ ਕਿੰਨੇ ਆ। ਹੁਣ ਵੇਖੋ, ਸਤਿਗੁਰਾਂ ਨੇ ਇੱਕ ਬਚਨ ਕੀਤਾ ਹੈ ਭਈ ਬ੍ਰਹਮ ਗਿਆਨੀਓ ਆਹ ਗੱਲ ਵੀ ਨੋਟ ਕਰੋ, ਔਰ ਉਹ ਇਹਦੇ ਉੱਤੇ ਬੇਸਡ ਆ ਬਿੰਦ ਅਤੇ ਰਖਤ 'ਤੇ। ਠੀਕ ਹੈ ਜੀ, ਸਤਿਗੁਰ ਕਹਿੰਦੇ ਆ ਬਾਣੀ ਦੇ ਅੰਦਰ ਆਉਂਦਾ ਹੈ। ਡਾਕਟਰ ਸਾਹਿਬ ਇੱਕ ਮਾੜਾ ਥੋੜ੍ਹਾ ਜਿਹਾ ਆਪਾਂ ਹੋਰ ਥੋੜ੍ਹਾ ਜਿਹਾ, ਜਿੰਨੇ ਵੀ ਸਾਨੂੰ ਸਰੋਤੇ ਦੇਖ ਰਹੇ ਜਾਂ ਜਿਹੜੇ ਮੈਡੀਕਲ ਦੇ ਸਟੂਡੈਂਟ ਨੇ ਜਾਂ ਜਿਹੜੇ ਵੀ ਬੱਚੇ ਪੜ੍ਹਦੇ ਨੇ ਸਾਇੰਸ ਪੜ੍ਹ ਰਹੇ ਨੇ, ਉਹਨਾਂ ਵਾਸਤੇ ਵੀ ਇਹ ਪ੍ਰੋਗਰਾਮ ਬਹੁਤ ਜ਼ਰੂਰੀ ਹੈ ਕਿਉਂਕਿ ਡਾਕਟਰ ਸਾਹਿਬ ਜਿਹੜੀਆਂ ਗੱਲਾਂ ਦੱਸ ਰਹੇ ਨੇ ਇਹਨਾਂ ਦਾ ਜੀਵਨ ਦਾ ਤਜ਼ਰਬਾ ਵਾ, ਇਹਨਾਂ ਬਕਾਇਦਾ ਉਹ ਉਹਦੇ ਪ੍ਰੈਕਟੀਕਲ ਕਰਕੇ ਜਿਹੜੇ ਦੇਖੇ ਹੋਏ ਨੇ ਅਤੇ ਉਹ ਇਹ ਗੱਲਾਂ ਕਰ ਰਹੇ ਨੇ। ਸੋ ਇਹ ਆਮ ਪ੍ਰੋਗਰਾਮ ਨਹੀਂ ਹੈ, ਇਹਦੇ ਖਾਸ ਸਪੈਸ਼ਲ ਪ੍ਰੋਗਰਾਮ ਹੈਗਾ। ਸੋ ਇਹਦੇ ਵਾਸਤੇ ਸਪੈਸ਼ਲ ਜ਼ਰੂਰ ਸਮਾਂ ਕੱਢਿਆ ਕਰੋ। ਸਾਡਾ ਪ੍ਰੋਗਰਾਮ ਲਾਈਵ ਚੱਲ ਰਿਹਾ ਇਸ ਵੇਲੇ ਅਤੇ ਸਾਨੂੰ ਕਮੈਂਟਸ ਵੀ ਕਰਿਆ ਕਰੋ, ਕਾਲ ਵੀ ਕਰਿਆ ਕਰੋ ਮੌਕੇ 'ਤੇ ਅਗਰ ਕੋਈ ਵੀ ਸਵਾਲ ਹੈ, ਕਿਉਂਕਿ ਸਾਡੇ ਕੋਲ ਇਸ ਵੇਲੇ ਡਾਕਟਰ ਸਾਹਿਬ ਬੈਠੇ ਨੇ, ਇਹ ਪ੍ਰੋਪਰ ਜਵਾਬ ਤੁਹਾਨੂੰ ਦੇ ਸਕਦੇ ਨੇ। ਸੋ ਫਿਰ ਬੇਨਤੀ ਆ ਵੀ ਇਹ ਪ੍ਰੋਗਰਾਮ ਨੂੰ ਜ਼ਰੂਰ ਤੁਸੀਂ 7 ਤੋਂ 8 ਹੀ ਕਰਦੇ ਹਾਂ, ਜ਼ਰੂਰ ਸੁਣਿਆ ਕਰੋ। ਅਸੀਂ ਫੇਸਬੁੱਕ 'ਤੇ ਵੀ ਪਾਵਾਂਗੇ, ਯੂਟਿਊਬ 'ਤੇ ਵੀ ਸੱਚ ਦੀ ਉਡਾਨ ਦੇ ਅਧੀਨ ਅਸੀਂ ਇਸ ਪ੍ਰੋਗਰਾਮ ਨੂੰ ਜਿਹੜਾ ਵਾ ਉਹ ਪਾਵਾਂਗੇ। ਸੋ ਕਈ ਵਾਰ ਵਿੱਚ ਵਿੱਚ ਸਾਨੂੰ ਸਰੋਤਿਆਂ ਨੂੰ ਵੀ ਨਾਲ ਜੋੜਨਾ ਪੈਂਦਾ। ਸੋ ਡਾਕਟਰ ਸਾਹਿਬ ਕਈ ਵਾਰ ਦਿਲ ਨਹੀਂ ਕਰਦਾ ਵਾ, ਪਰ ਕਈ ਵਾਰ ਸਾਨੂੰ ਫਿਰ ਵੀ ਥੋੜ੍ਹਾ ਜਿਹਾ ਨਹੀਂ, ਕੋਈ ਨਹੀਂ, ਸਰੋਤਿਆਂ ਵਾਸਤੇ ਅਸੀਂ ਪ੍ਰੋਗਰਾਮ ਕਰ ਰਹੇ ਹਾਂ, ਮਨੁੱਖਤਾ ਵਾਸਤੇ ਅਸੀਂ ਕਰ ਰਹੇ ਹਾਂ। ਸੋ ਸਾਡਾ ਫਰਜ਼ ਵੀ ਬਣਦਾ ਵੀ ਸਮੇਂ-ਸਮੇਂ 'ਤੇ ਉਹਨਾਂ ਨੂੰ ਵੀ ਨਾਲ ਅਸੀਂ ਜੋੜ ਦੇ ਨਾਲ ਲੈ ਕੇ ਚੱਲੀ ਜੀ। ਬਿਲਕੁਲ, ਆਪਾਂ ਹੁਣ ਅੱਗੇ ਚੱਲਦੇ ਹਾਂ ਜੀ, ਜਿਹੜੀ ਗੱਲ ਅਸੀਂ ਕਰਦੇ ਪਏ ਸੀ। ਤੋ ਸਤਿਗੁਰੂ ਕਹਿੰਦੇ ਆ ਵੀ ਵੇਖੋ ਆਹ ਗੱਲ ਵਿਚਾਰਨ ਦੀ ਕਰੋ ਜਿਹੜੀ ਬਿੰਦ ਅਤੇ ਰਖਤ ਆ। ਹਾਂਜੀ, ਇਹਦੇ ਬਾਰੇ ਤੁਸੀਂ ਦੇਖੋ ਕਿ ਜਿਹੜਾ ਮਨੁੱਖ ਆ, ਪੁਰਖ ਆ ਜਿਹੜਾ, ਹਾਂਜੀ, ਉਹਦੇ ਵਿੱਚ ਇੱਕ ਔਰਤ ਲੁਕੀ ਹੋਈ ਹੈ। ਅੱਛਾ, ਅਤੇ ਔਰਤ ਦੇ ਵਿੱਚ ਜਿਹੜਾ ਹੈ ਇੱਕ ਮਰਦ ਲੁਕਿਆ। ਠੀਕ ਹੈ, ਇਹਨੂੰ ਸਤਿਗੁਰੂ ਦੀ ਬਾਣੀ ਇੰਝ ਕਹਿੰਦੀ ਆ, ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਪੁਰਖ ਦੇ ਵਿੱਚ ਨਾਰ ਅਤੇ ਨਾਰ ਦੇ ਵਿੱਚ ਪੁਰਖ, ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਵੇਖੋ ਗੁਰਬਾਣੀ ਸੈਲਫ ਐਕਸਪਲੇਨੇਟਰੀ ਆ। ਅੱਜ ਦੀ ਸਾਇੰਸ ਨੂੰ ਇਹ ਪਤਾ ਲੱਗਾ ਵੀ ਜਿਹੜਾ ਬਿੰਦ ਆ ਜਾਂ ਸਪਰਮ ਆ ਇਹਦੇ ਵਿੱਚ ਐਕਸ ਅਤੇ ਵਾਈ ਕ੍ਰੋਮੋਸੋਮ ਹੈ। ਹਾਂਜੀ, ਅਤੇ ਜਿਹੜਾ ਰਕਤ ਆ, ਐਗ ਆ, ਉਹਦੇ ਵਿੱਚ ਐਕਸ ਐਕਸ ਆ, ਮਤਲਬ ਉਹਦੇ ਵਿੱਚ ਮਤਲਬ ਜਿਹੜੇ ਦੋਨੋਂ ਨੇ ਇੱਕ ਹੀ ਆ, ਐਕਸ ਐਕਸ ਹੀ ਆ। ਠੀਕ ਹੈ, ਤੇ ਜਿਹੜਾ ਸੈਕਸ ਕ੍ਰੋਮੋਸੋਮਸ ਨੇ, ਹਾਂਜੀ, ਤੇਈਆਂ ਦੇ ਵਿੱਚੋਂ ਇੱਕ ਦੇ ਅੰਦਰ ਐਕਸ ਐਕਸ ਆ, ਤੇ ਬੰਦੇ ਦੇ ਤੇਈਆਂ ਦੇ ਵਿੱਚੋਂ ਇੱਕ ਦੇ ਵਿੱਚ ਐਕਸ ਵਾਈ, ਐਕਸ ਵਾਈ ਆ। ਹਾਂਜੀ, ਠੀਕ ਹੈ ਜੀ, ਇਹਨਾਂ ਨੂੰ ਸੈਕਸ ਕ੍ਰੋਮੋਸੋਮਸ ਅਸੀਂ ਕਹਿ ਦਿੰਦੇ ਹਾਂ। ਠੀਕ ਹੈ, ਹੁਣ ਇਹ ਦੇਖੋ ਜਦੋਂ ਪੁਰਖ ਮੈਂ ਨਾਰ, ਬਿੰਦ ਦੇ ਅੰਦਰ ਨਾਰ ਕਿਵੇਂ ਬਣਦੀ ਆ ਵੀ ਜਿਸ ਵੇਲੇ ਐਕਸ ਅਤੇ ਐਕਸ ਫੀਮੇਲ ਦਾ ਮਿਲ ਜਾਂਦਾ ਅਤੇ ਉਹ ਫੀਮੇਲ ਬਣ ਜਾਂਦੀ ਹੈ, ਐਕਸ ਅਤੇ ਐਕਸ ਦਾ ਜਦੋਂ ਮਤਲਬ ਦੋਨੇ ਹੋ ਜਾਂਦੇ ਨੇ। ਠੀਕ ਹੈ, ਹਾਂਜੀ, ਅੱਛਾ, ਨਾਰ ਮੈਂ ਪੁਰਖਾ। ਅੱਛਾ, ਹੁਣ ਜਦੋਂ ਦੂਸਰਾ ਐਕਸ ਫੀਮੇਲ ਦਾ ਮਰਦ ਵੱਲੋਂ ਆਏ ਵਾਈ ਨਾ ਮਿਲਦਾ ਅਤੇ ਉਹ ਮਰਦ ਪੈਦਾ ਹੋ ਜਾਂਦਾ ਔਰਤ ਦੇ ਅੰਦਰੋਂ, ਕਿਆ ਬਾਤ ਇਹ ਇਉਂ ਅਕਾਲ ਪੁਰਖ ਨੇ ਮਤਲਬ ਜਿਹੜਾ ਨਾ ਸੀਕਰਟ ਸਾਡੇ ਸਾਹਮਣੇ ਜਿਹੜਾ ਹੈ ਬਾਣੀ ਸਾਡੇ ਸਾਹਮਣੇ ਲਿਆਉਂਦੀ ਆ, ਔਰ ਅੱਜ ਸਾਇੰਸ ਨੂੰ ਇਹ ਬਿਲਕੁਲ ਚੀਜ਼ ਮਿਲੀ ਆ ਕਿ ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਇਸੇ ਤਰ੍ਹਾਂ ਪਰਮਾਤਮਾ ਨੇ ਸਾਨੂੰ ਵਿਸ਼ਵਾਸ ਦਿੱਤਾ ਹੈ ਬਾਣੀ ਨੇ ਵੀ ਧਿਆਨ ਦੇ ਰਾਹੀਂ ਅਸੀਂ ਉਸ ਅਕਾਲ ਪੁਰਖ ਤੱਕ ਪਹੁੰਚ ਸਕਦੇ ਹਾਂ। ਅਗਲੀ ਪੰਕਤੀ 'ਚ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਜੇ ਅਸੀਂ ਇਸ ਚੀਜ਼ ਨੂੰ ਪਕੜ ਲੈਂਦੇ ਹਾਂ ਤਾਂ ਸਾਡਾ ਤਾਂ ਕੰਮ ਹੈ ਵੀ ਵਾਹਿਗੁਰੂ ਨੂੰ ਯਾਦ ਕਰੀਏ, ਉਹਨੇ ਕਿਵੇਂ ਵਾਪਰਨਾ ਹੈ, ਕਿਵੇਂ ਮਿਲਣਾ ਹੈ, ਕਿਵੇਂ ਸਾਨੂੰ ਗਿਆਨ ਹੋਣਾ ਹੈ ਉਹ ਜਾਣੇ। ਠੀਕ ਹੈ ਨਾ, ਸਾਡਾ ਤਾਂ ਇਹ ਹੈ ਵੀ ਜੇ ਆਹ ਚੀਜ਼ ਵਾਪਰ ਸਕਦੀ ਜਿਹੜੀ ਸਾਇੰਸ ਨੂੰ ਅੱਜ ਪਤਾ ਲੱਗਾ, ਕਿਸੇ ਦਿਨ ਨੂੰ ਸਾਇੰਸ ਨੂੰ ਇਹ ਵੀ ਪਤਾ ਲੱਗ ਜੂਗਾ ਵੀ ਕਿਵੇਂ ਇਹ ਸਾਰੀ ਕਹਾਣੀ ਜਿਹੜੀ ਹੈ ਪਰਮਾਤਮਾ ਦੇ ਨਾਲ ਮਿਲਾਪ ਕਿਵੇਂ ਹੋ ਸਕਦਾ। ਜਿਸ ਤਰ੍ਹਾਂ ਅੱਜ ਸਾਇੰਟਿਸਟ ਡਾਕਟਰ ਸਾਹਿਬ ਉਹ ਤਾਂ ਰੱਬ ਦੀ ਹੋਂਦ ਨੂੰ ਕਿਸੇ ਸ਼ਕਤੀ ਨੂੰ ਮੰਨਦਾ ਹੀ ਨਹੀਂ, ਉਹ ਕਹਿੰਦਾ ਕੁਦਰਤ ਹੈ ਅਤੇ ਕੁਦਰਤ ਬਲਹਾਰੀ, ਕੁਦਰਤ ਵਸਿਆ ਤੇਰਾ ਅੰਤਨਾ ਚਾਹੇ, ਤੇਰਾ ਅੰਤਨਾ ਚਾਹੇ, ਕੁਦਰਤ ਹੀ ਪਰਮਾਤਮਾ ਨੇ। ਬਾਬੇ ਨਾਨਕ ਨੇ ਵੀ ਤਾਂ ਉਹੀ ਗੱਲ ਕੀਤੀ। ਇਹ ਹੈ ਜੀ ਪਰਦੇਸੀ ਸਾਹਿਬ, ਆਪ ਜੀ ਨੇ ਬੜਾ ਸੁੰਦਰ ਜਿਹੜਾ ਇਹ ਸਟੇਟਮੈਂਟ ਕਹੀ ਆ। ਉਹ ਜਿਹੜੇ ਸਾਇੰਟਿਸਟ ਆ ਨਾ, ਉਹ ਅਸਲ ਦੇ ਵਿੱਚ ਜਿਹੜੇ ਅਸਲੀ ਸਾਇੰਟਿਸਟ ਆ ਨਾ, ਜਿਨ੍ਹਾਂ ਨੇ ਓਰਿਜਿਨਲ ਡਿਸਕਵਰੀਜ਼ ਕੀਤੀਆਂ, ਹਾਂਜੀ, ਆਈਨਸਟਾਈਨ ਵਰਗੇ, ਦੋਸੇ ਵਰਗੇ, ਪ੍ਰੋਫੈਸਰ ਦੋਸੇ ਵਰਗੇ, ਉਹ ਤਾਂ ਕੁਦਰਤ ਨੂੰ ਮੰਨਦੇ ਸੀ।
ਇੱਥੋਂ ਤੱਕ ਕਿ ਆਈਨਸਟਾਈਨ ਦੇ ਤੇ ਬਚਨ ਨੇ ਭਈ ਸਾਇੰਸ ਵਿਦਆਊਟ ਰਿਲੀਜਨ ਇਜ਼ ਲੇਮ, ਠੀਕ ਹੈ ਜੀ, ਹਾਂਜੀ, ਔਰ ਰਿਲੀਜਨ ਵਿਦਆਊਟ ਸਾਇੰਸ ਉਹਦੀ ਵੀ ਗੱਲ ਨਹੀਂ ਬਣਦੀ, ਮਤਲਬ ਦੋਨਾਂ ਦਾ ਸੁਮੇਲ ਜਦ ਤੱਕ ਅਧੂਰਾ ਪੱਖ ਰਹਿ ਜਾਂਦਾ, ਅਧੂਰਾ ਪੱਖ ਰਹਿ ਜਾਂਦਾ ਰਿਲੀਜਨ, ਸੋਰੀ ਰਿਲੀਜਨ ਵਿਦਆਊਟ ਸਾਇੰਸ ਇਜ਼ ਲੇਮ। ਅਤੇ ਇਸੇ ਤਰ੍ਹਾਂ ਹੀ ਅਗਰ ਸਾਇੰਟਿਸਟ ਬਣ ਗਿਆ ਤਾਂ ਉਹਦੇ ਪਾਸ ਧਰਮ ਨਹੀਂ ਹੈ ਤਾਂ ਉਹ ਅਨਰਥ ਕਰ ਦੇਗਾ, ਬਿਲਕੁਲ, ਉਹ ਬੁਰੀ ਹਾਲਤ ਕਰ ਗਿਆ। ਇਸ ਤਰੀਕੇ ਨਾਲ ਅੱਜ ਕੱਲ੍ਹ ਮਜਾਇਲਾਂ ਜਾਂ ਦੂਜੇ ਰੂਪ ਦੇ ਵਿੱਚ ਧਮਕੀਆਂ ਮਿਲ ਰਹੀਆਂ, ਇਹ ਉਹ ਉਸੇ ਨਰਸ ਦੀ ਗੱਲ ਹੈ ਨਾ। ਆਪ ਜੀ ਦੇ ਸਵਾਲ ਦਾ ਇਹ ਜਵਾਬ ਹੈ ਕਿ ਜਿਹੜੇ ਅਸਲੀ ਵਿਦਵਾਨ ਨੇ, ਅਸਲੀ ਸਾਇੰਟਿਸਟ ਹੈ, ਉਹ ਤਾਂ ਪਰਮਾਤਮਾ ਦੀ ਹੋਂਦ ਨੂੰ ਤੇ ਉਹਦੀ ਕੁਦਰਤ ਨੂੰ ਮੰਨਦੇ ਆ। ਹਾਂਜੀ, ਜਿਹੜੇ ਮੇਰੇ ਵਰਗੇ ਹੈ ਨਾ ਵੀ ਜਿਹਨਾਂ ਨੂੰ ਪਤਾ ਨਹੀਂ ਵੀ ਸਾਇੰਸ ਕੀ ਆ, ਠੀਕ ਹੈ, ਪਰ ਉਹਨਾਂ ਨੂੰ ਇੰਨਾ ਕੁ ਪਤਾ ਵੀ ਆ ਫਲਾਣੀ ਚੀਜ਼ ਸਾਇੰਸ ਨੇ ਕੀਤੀ ਉਹਨੂੰ ਮੰਨ ਲੈਣਗੇ, ਪਰ ਜੇ ਕਹੀਏ ਵੀ ਧਰਮ ਨੇ ਉਸ ਤੋਂ ਵੀ ਪਹਿਲਾਂ ਦੱਸੀ ਆ, ਤਾਂ ਉਹਨਾਂ ਨੂੰ ਹੁਣ ਆਪਣੀ ਇਸ ਅਪਰੋਚ ਦੇ ਨਾਲ ਹੌਲੀ ਹੌਲੀ ਯਕੀਨ ਹੋਣਾ ਸ਼ੁਰੂ ਹੋਏਗਾ ਵੀ ਨਹੀਂ, ਸਭ ਤੋਂ ਪਹਿਲਾਂ ਧਰਮ ਨੇ ਹੀ ਇਹ ਗੱਲਾਂ ਕੀਤੀਆਂ। ਮੈਂ ਇਸ ਵਾਸਤੇ ਸਵਾਲ ਡਾਕਟਰ ਸਾਹਿਬ ਤੁਹਾਨੂੰ ਪੁੱਛਿਆ ਸੀ ਕਿਉਂਕਿ ਅਕਸਰ ਮੈਂ ਵੀ ਪ੍ਰੋਗਰਾਮਾਂ 'ਚ ਜਾਂਦਾ ਰਹਿੰਦਾ, ਤਰਖੀਲ ਦੂਜਿਆਂ 'ਤੇ ਵੀ ਜਾਂਦਾ, ਔਰ ਮੈਂ ਉੱਥੇ ਗੱਲਾਂ ਸੁਣਦਾ ਵਾਂ, ਅਤੇ ਉਹ ਸਾਰਾ ਕੁਛ ਕਹਿੰਦੇ ਜੀ ਸਾਰਾ ਕੁਛ ਸਾਇੰਸ ਵੱਲੋਂ ਹੋਇਆ, ਸਾਇੰਸ ਨੇ, ਬਿਲਕੁਲ ਸਾਇੰਸ ਨੇ ਬੜੀ ਤਰੱਕੀ ਕੀਤੀ ਆ, ਉਸ 'ਤੇ ਮਿਹਨਤ ਲੱਗੀ ਹੈ, ਖੋਜ ਕੀਤੀ ਹੈ, ਪਰ ਜਦੋਂ ਸਾਇੰਸ ਨਹੀਂ ਸੀ ਉੱਤੋਂ ਪਹਿਲਾਂ ਵੀ ਇਹ ਗੱਲਾਂ ਕੀਤੀਆਂ ਸੀ, ਬਿਲਕੁਲ ਜੀਵਨ ਬਾਰੇ ਗੱਲਾਂ ਕੀਤੀਆਂ। ਸਾਇੰਸ ਹੁਣ ਉਹਨਾਂ ਦੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਹੁਣ ਜਿਸ ਤਰ੍ਹਾਂ ਪ੍ਰਯੋਗਸ਼ਾਲਾ ਆ ਗਈਆਂ, ਲੈਬਾਰਟਰੀ ਆ ਗਈ, ਉਹਦੇ 'ਚ ਸਿੱਧ ਕੀਤਾ, ਪਰ ਉਹ ਕਿਹੜੀ ਲੈਬਾਰਟਰੀ ਸੀ ਜਿੱਥੇ ਉਹਨਾਂ ਨੇ ਪਹਿਲਾਂ ਹੀ ਇਹ ਸਾਰਾ ਕੁਛ ਦੱਸ ਦਿੱਤਾ, ਔਰ ਉਹਦੇ 'ਚ ਮੇਰਾ ਖਿਆਲ ਸਾਇੰਸ ਨੂੰ ਵੀ ਹੈਲਪ ਮਿਲ ਰਹੀ ਹੋਏਗੀ, ਜਿਹੜਾ ਆਪਣਾ, ਹਾਂਜੀ, ਇਹਦੇ ਵਿੱਚ ਬਹੁਤ ਜ਼ਿਆਦਾ। ਇਹਦੇ 'ਚ ਜੀ ਆਪਾਂ ਇੱਕ ਗੱਲ ਕਰਾਂਗੇ ਕਿ ਬਹੁਤ ਵੱਡੀ ਦੁਨੀਆ ਦੇ ਵਿੱਚ ਇੱਕ ਖੋਜ ਹੋਈ ਹੈ, ਵੈਸੇ ਤਾਂ ਬਹੁਤ ਸਾਰੀਆਂ ਨੇ, ਉਹਨਾਂ 'ਚੋਂ ਇੱਕ ਆ ਵੀ ਜਿਹੜੀ ਔਰਗਨ ਟ੍ਰਾਂਸਪਲਾਂਟੇਸ਼ਨ ਹੋਈ ਆ, ਜਿਹੜੇ ਅੰਗ ਬਦਲੇ ਜਾਂਦੇ ਆ, ਉਹਨਾਂ ਦਾ ਜਿਹੜਾ ਬੇਸਿਕ ਅਸੂਲ ਆ, ਬੇਸਿਕ ਪ੍ਰਿੰਸੀਪਲ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਲਿਆ ਗਿਆ, ਠੀਕ ਹੈ, ਭਾਵ ਧਰਮ ਤੋਂ ਲਿਆ ਗਿਆ, ਔਰ ਉਹਦੀ ਮਸ਼ਹੂਰੀ ਇਸ ਕਰਕੇ ਨਹੀਂ ਕਰ ਸਕੇ ਉਹ ਜਿਹੜੇ ਸਾਇੰਟਿਸਟ ਸਨ, ਪ੍ਰੋਫੈਸਰ ਦੌਸੇ ਸਾਹਿਬ। ਹਾਂ ਡਾਕਟਰ ਸਾਹਿਬ, ਤੁਸੀਂ ਸੱਚ ਇੱਕ ਦਿਨ ਇੱਕ ਗੱਲ ਵੀ ਮੈਨੂੰ ਥੋੜ੍ਹੀ ਜਿਹੀ ਸ਼ੇਅਰ ਕਰਦੇ ਪਏ ਸੀ, ਹਾਂਜੀ ਹਾਂਜੀ, ਵੀ ਡਾਕਟਰ ਦੌਸੇ ਸੀ ਵੀ ਜਿਨ੍ਹਾਂ ਨੇ ਉਹ ਕਾਫੀ ਉਹਨਾਂ ਨੇ ਗੁਰਬਾਣੀ ਤੋਂ ਸੇਧ ਲੈ ਕੇ, ਉਹ ਇੱਕ ਜੇ ਤੁਸੀਂ ਹੁਣ ਗੱਲ ਕਰ ਰਹੇ ਹੋ, ਬਿਲਕੁਲ ਜੀ, ਤੇ ਸੰਖੇਪ ਜਿਹਾ ਉਹ ਵੀ ਤੁਸੀਂ ਆਪਣੇ ਸਾਡੇ ਸਰੋਤਿਆਂ ਦੇ ਨਾਲ। ਅੱਜ ਆਪਾਂ ਕਿਉਂਕਿ ਆਪਾਂ ਚਾਹੁੰਦੇ ਹਾਂ ਵੀ ਰਾਮਕਾਰ ਦਾ ਜਿਹੜਾ ਓਰੀਜਨਲ ਸਰੂਪ ਹੈ ਨਾ, ਉਹਦੇ ਸ਼ੁਰੂਆਤ ਸਪੈਸ਼ਲ, ਮਤਲਬ ਜਿਹੜਾ ਸਪੈਸ਼ਲ ਐਪੀਸੋਡ ਆਪਾਂ ਲਾਵਾਂਗੇ, ਚਲੋ ਉਹ ਠੀਕ। ਅੱਜ ਜੇ ਇਹਨਾਂ ਸੁਣ ਲਓ ਵੀ ਜਿਹੜੇ ਰੀਅਲ ਸਾਇੰਟਿਸਟ ਆ, ਹਾਂਜੀ, ਜਿਨ੍ਹਾਂ ਨੇ ਅਸਲੀ ਖੋਜਾਂ ਕੱਢੀਆਂ, ਹਾਂਜੀ, ਜਿਸ ਤਰ੍ਹਾਂ ਜਿਹਨੇ ਪੈਨਸਲੀਨ ਕੱਢੀ, ਜਿਵੇਂ ਜੈਨਰ ਸਾਹਿਬ ਨੇ ਚੇਚਕ ਦਾ ਟੀਕਾ ਕੱਢਿਆ, ਉਹ ਤੇ ਪਰਮਾਤਮਾ ਦੀ ਹੋਂਦ ਨੂੰ ਮੰਨਦੇ ਸੀਗੇ, ਠੀਕ ਹੈ, ਪਰ ਜਿਹੜੇ ਅਖੌਤੀ ਸਾਇੰਟਿਸਟ ਨੇ ਹੁਣ ਅੱਜ ਕੱਲ੍ਹ ਦੇ ਲਾਈਟ ਵੇਟ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਹਨਾਂ ਨੇ ਕਿਉਂਕਿ ਨਾ ਉਹਨਾਂ ਧਰਮ ਪੜ੍ਹਿਆ ਨਾ ਪੂਰੀ ਤਰ੍ਹਾਂ ਸਾਇੰਸ ਹੀ ਪੜ੍ਹੀ ਆ, ਇਸ ਕਰਕੇ ਉਹਨਾਂ ਨੂੰ ਮੁਸ਼ਕਲ ਆ ਰਹੀ ਆ, ਪਰ ਜਿਹੜੇ ਪ੍ਰੋਫੈਸਰ ਸਾਹਿਬਾਨ ਯੂਨੀਵਰਸਿਟੀਆਂ ਦੇ ਵਿੱਚ ਬੈਠੇ ਆ, ਵੱਡੇ ਵੱਡੇ ਅਦਾਰਿਆਂ 'ਚ ਬੈਠੇ ਨੇ, ਉਹ ਪਰਮਾਤਮਾ ਦੀ ਹੋਂਦ ਨੂੰ ਹੂਬ ਹੂ ਮੰਨਦੇ ਆ, ਕਿਉਂਕਿ ਉਹਨਾਂ ਨੂੰ ਕੁਦਰਤ ਦੇ ਵਿੱਚ ਦਿਸਦਾ ਸਭ ਕੁਛ। ਤੋ ਹੁਣ ਆਪਾਂ ਫਿਰ ਉੱਥੇ ਚਲੀਏ ਜੀ, ਵਾਪਸ ਫਿਰ ਆਪਾਂ ਵਿੱਚੋਂ ਨਿਕਲ ਚੱਲੇ ਸੀ, ਕਈ ਵਾਰ ਹੁੰਦਾ ਗੱਲ ਦੇ ਵਿੱਚੋਂ ਗੱਲ ਫਿਰ ਦੂਸਰੇ, ਭਈ ਜਿਸ ਵੇਲੇ ਬਿੰਦ 'ਤੇ ਰਕਤ ਮਿਲ ਗਿਆ, ਹਾਂਜੀ, ਇਹਨੇ ਇਹਦੀ ਇਹਦਾ ਮੇਲ ਜਿਹੜਾ ਹੈ ਉਹ ਸਰੀਰ ਦੇ ਵਿੱਚ ਇੱਕ ਐਸੀ ਜਗ੍ਹਾ 'ਤੇ ਹੁੰਦਾ ਹੈ ਜੋ ਉਧਰ ਤੋਂ ਥੋੜ੍ਹਾ ਜਿਹਾ ਬਾਹਰ ਹੁੰਦਾ, ਨਾਲੀ ਦੇ ਵਿੱਚ ਹੁੰਦਾ, ਗਰਭ ਨਾਲੀ ਦੇ, ਠੀਕ ਹੈ ਜੀ, ਉੱਥੋਂ ਚੱਲ ਕੇ ਇਹ ਕੁਝ ਹੀ ਦਿਨਾਂ ਦੇ ਵਿੱਚ ਜਾ ਕੇ ਅਤੇ ਚੰਬੜ ਜਾਂਦਾ ਹੈ ਉਧਰ ਦੀ ਦੀਵਾਰ ਦੇ ਨਾਲ, ਜਿਹਨੂੰ ਮਾਡਰਨ ਲੈਂਗੁਏਜ ਆਪਾਂ ਸਾਇੰਸ ਦੇ ਅੰਦਰ ਯੂਟਰਸ ਵੀ ਕਹਿ ਦਿੰਦੇ ਹਾਂ, ਔਰ ਉਧਰ ਕਹਿ ਦਿੰਦੇ ਹਾਂ, ਆਮ ਭਾਸ਼ਾ 'ਚ ਮਾਤਾ ਦਾ ਪੇਟ ਕਹਿ ਦਿੰਦੇ ਹਾਂ, ਹਾਂਜੀ, ਉੱਥੇ ਜਾ ਕੇ ਨਾ ਉਹਦੇ ਨਾਲ ਚੰਬੜ ਜਾਂਦਾ ਜੀ, ਠੀਕ ਹੈ ਜੀ, ਚੰਬੜ ਕੇ ਅਤੇ ਉਹਦੇ ਨਾਲ ਆਪਣਾ ਕੁਨੈਕਸ਼ਨ ਬਣਾ ਲੈਂਦਾ ਅਤੇ ਲਟਕਦਾ ਪੁੱਠਾ ਹੈ, ਅੱਛਾ, ਅਤੇ ਫਿਰ ਇਹਦਾ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ, ਠੀਕ, ਠੀਕ ਹੈ ਜੀ। ਔਰ ਵੇਖੋ ਗੁਰਬਾਣੀ ਇਹ ਵੀ ਦੱਸਦੀ ਆ ਵੀ ਇਹ ਕੀ ਚੀਜ਼ ਬਣੀ ਹੈ ਸ਼ੁਰੂ ਦੇ ਵਿੱਚ, ਕਹਿੰਦੇ ਇੱਕ ਗਾਰਾ ਜਿਹਾ ਬਣ ਗਿਆ, ਠੀਕ ਹੈ, ਗਾਰਾ ਜਿਹਾ ਬਣ ਗਿਆ, ਔਰ ਗੁਰਬਾਣੀ ਨੂੰ ਇਸ ਤਰ੍ਹਾਂ ਕਹਿੰਦੀ ਆ, ਸ਼ਬਦ ਆਉਂਦਾ ਹੈ, ਜਲ ਕੀ ਪੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਬਸੇ ਵਿਚਾਰਾ। ਕਹਿੰਦੇ ਆ ਅੱਜ ਸਾਇੰਸ ਨੂੰ ਪਤਾ ਲੱਗਾ ਭਈ ਵਾਕਿਆ ਜਲ ਕੀ ਭੀਤ, ਭੀਤ ਮੈਨੇ ਹੁੰਦੀ ਆ ਕੰਧ ਜਾਂ ਬਾਡੀ ਕੋਈ, ਕਹਿੰਦੇ ਮੇਨ ਤਾਂ ਪਾਣੀ ਹੈ ਇਹਦੇ ਵਿੱਚ, ਵੇਲੋ ਭਗਤ ਜੀ ਉਦੋਂ ਦੱਸਦੇ ਆ ਵੀ ਇਹਦੇ 'ਚ ਅੱਜ ਪਤਾ ਲੱਗਾ ਵੀ 80% ਪਾਣੀ ਹੈ ਸਰੀਰ ਦੇ ਵਿੱਚ, ਭਗਤ ਜੀ ਉਦੋਂ ਹੀ ਦੱਸਦੇ ਆ ਕਿ ਜਲ ਕੀ ਭੀਤ, ਭਈ ਇਹ ਤਾਂ ਇੱਕ ਕਿਸਮ ਦੀ ਜਲ ਦੀ ਬਣੀ ਹੋਈ ਦੀਵਾਰ ਆ, ਹਾਂਜੀ, ਪਵਨ ਕਾ ਥੰਬਾ, ਅਤੇ ਆ ਲੰਗਸ ਨੂੰ ਆਪਾਂ ਧਿਆਨ ਨਾਲ ਵੇਖੀਏ ਨਾ, ਅਤੇ ਹਵਾ ਚੱਲ ਰਹੀ ਹੈ, ਹਵਾ ਦੀ ਥੰਮੀ ਦਿੱਤੀ ਹੋਈ ਇਹਨੂੰ ਸਾਡੇ ਸਰੀਰ, ਠੀਕ ਹੈ,
ਹਵਾ ਦੀ ਥੰਮੀ ਦਿੱਤੀ ਹੋਈ ਹੈ, ਜਿੱਦਣ ਥੰਮੀ ਕੱਢ ਲੈਂਦਾ ਹੈ ਅਸੀਂ ਆਪਣਾ ਸਰੀਰ ਤਿਆਗ ਦਿੰਦੇ ਹਾਂ, ਸਰੀਰ ਦੇ ਵਿੱਚ ਉੱਥੇ ਪਾਣੀ ਖਤਮ ਹੋ ਜਾਂਦੀ ਹੈ। ਜਲ ਕੀ ਪੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ, ਉਹ ਜਿਹੜੇ ਬਿੰਦ ਅਤੇ ਰਕਤ ਮਿਲੇ ਆ ਨਾ ਉਹਦਾ ਗਾਰਾ ਜਿਹਾ ਬਣ ਗਿਆ। ਸਾਇੰਟਿਸਟਾਂ ਨੂੰ ਅੱਜ ਪਤਾ ਲੱਗਾ, ਗਾਇਨੇਕੋਲੋਜਿਸਟਾਂ ਨੂੰ, ਵੀ ਉਹ ਐਸਾ ਮਸਾਲਾ ਪਰਮਾਤਮਾ ਨੇ ਦੋ ਸੈੱਲਾਂ ਦਾ ਤਿਆਰ ਕੀਤਾ, ਦੋ ਤੋਂ ਚਾਰ, ਚਾਰ ਤੋਂ ਅੱਠ, ਅੱਠ ਤੋਂ ਸੋਲ੍ਹਾਂ, ਸੋਲ੍ਹਾਂ ਤੋਂ 32 ਵੱਧਦੇ ਗਏ, ਕਿ ਸ਼ੁਰੂ ਵਿੱਚ ਉਹ ਸਾਰੇ ਇੱਕੋ ਜਿਹੇ ਆ, ਭਾਵ ਵੀ ਗਾਰਾ ਮਟੀਰੀਅਲ ਸਾਰੇ ਸਰੀਰ ਦਾ, ਅੱਖਾਂ ਦਾ ਵੀ ਗਾਰਾ ਉੱਥੇ ਪਿਆ ਵਾ, ਕੰਨਾਂ ਦਾ ਵੀ ਗਾਰਾ ਉੱਥੇ ਪਿਆ, ਦਿਲ ਦਾ ਵੀ ਉੱਥੇ ਪਿਆ, ਨਾੜੀਆਂ ਦੇ, ਹਰ ਇੱਕ ਕਿਸਮ ਦਾ ਬੇਸਿਕ ਜਿਹੜੀ ਚੀਜ਼ ਉੱਥੇ ਪਈ। ਠੀਕ ਹੈ, ਗਾਰਾ ਅਨਡਿਫਰੈਂਸ਼ੀਏਟਡ ਸੈੱਲਸ, ਜਿਹੜੇ ਮੇਰੇ ਵੀਰ ਸਾਇੰਟਿਸਟ ਸੁਣ ਰਹੇ ਨੇ, ਮੇਰੇ ਕਈ ਕੁਲੀਗਸ ਸੁਣ ਰਹੇ ਆ, ਅਨਡਿਫਰੈਂਸ਼ੀਏਟਡ ਸੈੱਲਸ ਮਾਸ ਇਜ਼ ਨੋਨ ਐਜ਼, ਆਪਾਂ ਪੰਜਾਬੀ ਦੇ ਵਿੱਚ ਉਹਨੂੰ ਗਾਰਾ ਕਹਿ ਸਕਦੇ ਹਾਂ, ਵੈਸੇ ਉਹ ਮਾਸ ਜਿਹਾ ਹੈ ਇੱਕ। ਇਹਦੇ ਤੋਂ ਹੁਣ ਪਰਮਾਤਮਾ ਜਿਹੜਾ ਹੈ ਇਸ ਗਾਰੇ ਤੋਂ ਹਰ ਇੱਕ ਅੰਗ ਬਣਾਉਂਦਾ, ਉਹਨੂੰ ਡਿਫਰੈਂਸ਼ੀਏਟ ਕਰਦਾ, ਪੂਰੀ ਡਿਵੈਲਪਮੈਂਟਲ ਪ੍ਰੋਸੈਸ ਸਾਇੰਸ ਦੀ ਨਜ਼ਰ 'ਚ ਆਈ ਹੈ ਵੀ ਇਸ ਗਾਰੇ ਤੋਂ ਕਿਵੇਂ ਜਿਹੜੀ ਗਾਂਹ ਕਹਾਣੀ ਚੱਲਦੀ ਹੈ, ਕਿਵੇਂ ਨੱਕ ਬਣਾਇਆ ਜਾਂਦਾ, ਕਿਵੇਂ ਕੰਨ ਬਣਾਇਆ ਜਾਂਦਾ, ਕਿਵੇਂ ਲੱਤ ਬਣਾਈ ਜਾਂਦੀ, ਕਿਵੇਂ ਸੈੱਲ ਟਿਸ਼ੂ ਬਣਾਏ ਜਾਂਦੇ ਆ, ਕਿਵੇਂ ਮਸਲਸ ਬਣਾਏ ਜਾਂਦੇ ਆ, ਕਿਵੇਂ ਨਹੁੰ ਬਣਾਏ ਜਾਂਦੇ ਆ, ਅੰਦਰੂਨੀ ਬਾਹਰੀ ਜਿੰਨੇ ਵੀ ਪਾਰਟਸ ਨੇ ਜਾਂ ਜੋ ਵੀ ਉਸ ਗਾਰੇ ਤੋਂ ਬਣਦੇ, ਉਹਦੇ ਤੋਂ ਹੀ ਸਾਰਾ ਕੁਝ ਡਿਵੈਲਪ। ਇਹ ਵੇਖੋ ਕਿੰਨੀ ਸੂਖਮ, ਸਤਿਗੁਰਾਂ ਨੇ ਰਕਤ ਬੁੰਦ ਕਾ ਗਾਰਾ ਅਤੇ ਹਾਰਡ ਮਾਸ ਕਹਿੰਦੇ, ਫਿਰ ਉਸੇ ਗਾਰੇ ਤੋਂ ਹੱਡ ਮਾਸ ਨਾੜੀਆਂ ਪਿੰਜਰ ਸਾਰਾ ਕੁਛ, ਅਤੇ ਇਹਦੇ ਵਿੱਚ ਇਹ ਉਹ ਉੱਪਰੋਂ ਜੀ ਆਪਣਾ ਪਾ ਦਿੰਦਾ, ਜਿਹੜਾ ਪੰਖੀ ਆ ਜੀਵ ਜਿਹੜਾ ਹੈ, ਬਿੰਦ ਰਕਤ ਮਿਲ ਪਿੰਡ ਸਰੀਆ, ਪੌਣ ਪਾਣੀ ਅਗਨੀ ਮਿਲ ਜੀਆ, ਜੀ ਜਾਂ ਜੋਤ ਜਿਹੜੀ ਹੈ ਪਰਮਾਤਮਾ ਆਪਣੀ ਮਰਜ਼ੀ ਦੇ ਨਾਲ ਉਹ ਵਿੱਚ ਪਾਉਂਦਾ ਹੈ। ਡਾਕਟਰ ਸਾਹਿਬ ਇੰਨਾ ਜ਼ਿਆਦਾ ਇੰਨਾ ਗਿਆਨ ਕੀਮਤੀ ਨਹੀਂ ਕਹਿ ਸਕਦਾ, ਕਿਉਂਕਿ ਜਿਹੜੀ ਚੀਜ਼ ਦੀ ਕੋਈ ਕੀਮਤ ਲੱਗ ਜੇ ਉਹ ਤਾਂ ਕੀਮਤੀ ਹੋ ਗਿਆ, ਕੀਮਤੀ ਹੋ ਗਈ, ਮਤਲਬ ਅਮੋਲਕ ਕਹਿ ਲਿਆ, ਇਹ ਨਿਰਮੋਲਕ ਹੈ ਜੀ, ਨਿਰਮੋਲਕ ਵੀ ਜਿਹਦਾ ਮੁੱਲ ਹੀ ਕੋਈ ਨਹੀਂ, ਜਿਹਦਾ ਮੁੱਲ ਮਤਲਬ ਇੰਨਾ ਕੁਛ ਪਰਮਾਤਮਾ ਨੇ ਸਾਨੂੰ ਦਿੱਤਾ ਵਾ ਔਰ ਸਾਨੂੰ ਪਤਾ ਹੀ ਨਹੀਂ, ਅਸੀਂ ਫਿਰ ਵੀ ਸ਼ਿਕਾਇਤਾਂ ਬਹਾਨੇ ਅਲਾਮੇ ਜਿਹੜੇ ਉਹਨੂੰ ਦਿੰਦੇ, ਨਿੱਕੀ ਨਿੱਕੀ ਗੱਲ 'ਤੇ ਦਿੰਦੇ ਰਹਿੰਦੇ ਹਾਂ। ਬਿਲਕੁਲ ਜੀ, ਹਾਂਜੀ, ਸੋ ਇਹ ਹੁਣ ਫਿਰ ਆਪਾਂ ਵੇਖੀਏ ਜੀ ਵੀ ਹੁਣ ਇੱਥੇ ਜਿਸ ਵੇਲੇ ਚੰਬੜ ਗਿਆ ਦੀਵਾਰ ਦੇ ਨਾਲ, ਅਤੇ ਉਹ ਰਾਮਕਾਰ ਕਿੱਥੇ ਆ? ਹਾਂਜੀ ਹਾਂ, ਹੁਣ ਅਸੀਂ ਉਸ ਪੁਆਇੰਟ ਦਰ ਵੀ ਰਾਮਕਾਰ ਦੀ ਜਿਹੜੀ ਆਪਾਂ ਗੱਲ ਕਰਦੇ ਸੀ, ਮਤਲਬ ਮਨੁੱਖੀ ਜੀਵਨ ਦੀ ਜਿਹੜਾ ਉਤਪਤੀ ਦੇ ਜਿਹੜਾ ਵੀ ਕਿਸ ਤਰ੍ਹਾਂ ਉਹਦਾ ਬਚਾਅ ਕਰਦਾ। ਇਸ ਤੋਂ ਪਹਿਲਾਂ ਮੈਂ ਮਤਲਬ ਬੇਨਤੀ ਕਰੂੰਗਾ ਭਈ ਇੱਕ ਸਲਾਈਡ ਦਿੱਤੀ ਹੈ ਨਾ ਜਿਹੜੀ ਆਪਾਂ ਉਹ ਇੱਥੇ ਸਰੋਤਿਆਂ ਨੂੰ ਵਿਖਾ ਦਿੱਤੀ ਜਾਏਗੀ ਕਿ ਸਪਰਮਸ ਅਤੇ ਐਗ ਜਿਹੜੇ ਨੇ ਉਹ ਸਿੰਗਲ ਸਿੰਗਲ ਸੈੱਲ 23-23 ਕ੍ਰੋਮੋਸੋਮਸ ਦੇ ਨਾਲ ਕਿਵੇਂ ਉਹ ਆਉਂਦੇ ਨੇ, ਇੱਕ ਦੂਸਰੇ ਦੇ ਨਾਲ ਮਿਲਦੇ ਨੇ, ਔਰ ਫਿਰ ਐਸਾ ਹੁਕਮ ਹੁੰਦਾ ਅਕਾਲ ਪੁਰਖ ਦਾ ਵੀ ਉਹ ਮਿਲੀਅਨਸ ਆਫ ਸੈੱਲਸ ਜਿਨ੍ਹਾਂ ਨੇ ਐਗ ਨੂੰ ਘੇਰਿਆ ਹੁੰਦਾ ਉਹਨਾਂ ਵਿੱਚੋਂ ਇੱਕ ਸੈੱਲ ਹੀ ਅੰਦਰ ਜਾਂਦਾ ਜਿਹਨੂੰ ਹੁਕਮ ਹੁੰਦਾ। ਠੀਕ ਹੈ, ਜਿਹਨੂੰ ਗੁਰਬਾਣੀ ਕਹਿੰਦੀ ਆ ਕਿ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹੁਕਮ ਪਿਆ ਗਰਬਾਸ। ਠੀਕ ਹੈ, ਉਹ ਹੁਕਮ ਦੇ ਵਿੱਚ ਜਿਹੜਾ ਹੈ ਉਹ ਜਿਹੜਾ ਇੱਕ ਸ਼ੁਕਰਾਣੂ ਜਾਂ ਅਣੂ ਆ ਜਾਂ ਬਿੰਦ ਆ ਉਹ ਅੰਦਰ ਜਾਂਦਾ ਜਾਂ ਸਪਰਮ ਜਾਂਦਾ, ਬਾਕੀ ਸਾਰੇ ਫਿਰ ਉਸ ਤੋਂ ਬਾਅਦ ਹੁਕਮ ਹੁੰਦਾ ਵੀ ਤੁਸੀਂ ਜਾਓ ਹੁਣ, ਉਹ ਸਾਰੇ ਪਛਾਣ ਜਾਂਦੇ। ਠੀਕ ਹੈ, ਉਹ ਤੋਂ ਫਿਰ ਗਾਰਾ ਬਣਿਆ, ਹਾਂਜੀ, ਉਹ ਚੰਬੜ ਗਿਆ ਨਾਲ ਜਿਹਨੂੰ ਆਪਾਂ ਜ਼ਾਈਗੋਟ ਕਹਿ ਦਿੰਦੇ ਹਾਂ, ਪਹਿਲੀ ਸਟੇਜ 'ਚ ਬੱਚਾ, ਅਤੇ ਡਿਫਰੈਂਸ਼ੀਏਟ ਹੋਣਾ ਸ਼ੁਰੂ ਹੋ ਗਿਆ, ਵੱਖਰੇਵੇਂ ਆਉਣੇ ਸ਼ੁਰੂ ਹੋ ਗਏ, ਅੰਗ ਬਣਨੇ ਸ਼ੁਰੂ ਹੋ ਗਏ, ਹਾਂਜੀ, ਅਤੇ ਪੁੱਠਾ ਲਮਕ ਰਿਹਾ। ਹਾਂਜੀ, ਹੁਣ ਜਦੋਂ ਪੁੱਠਾ ਲਮਕ ਰਿਹਾ ਪਰਮਾਤਮਾ ਨੇ ਉਹਨੂੰ ਲਿਵ ਬਖਸ਼ੀ ਆ। ਠੀਕ ਹੈ, ਔਰ ਜਿੱਥੇ ਮਾਤਾ ਦੇ ਨਾਲ ਇਹ ਜਦੋਂ ਡਾਕਟਰ ਸਾਹਿਬ ਜਦੋਂ ਸ਼ੁਰੂਆਤ ਹੀ ਹੁੰਦੀ ਆ, ਜਦੋਂ ਆਪਾਂ ਜਿਹੜੀ ਗੱਲ ਕੀਤੀ ਆ, ਮਤਲਬ ਉਸ ਦੌਰਾਨ ਹੀ ਉਹਦੇ ਵਿੱਚ ਇਹ ਜਿਹੜਾ ਵਾ ਮਤਲਬ ਜਾਣ ਜਾਂ ਉਹਨੂੰ ਅਨੁਭਵ ਹੋਣਾ ਸ਼ੁਰੂ ਹੋ ਜਾਂਦਾ ਜਾਂ ਮਤਲਬ ਜੁੜ ਜਾਂਦਾ ਜਾਂ ਇਹ ਬਾਅਦ ਦੀ ਗੱਲ ਹੈਗੀ? ਇਹ ਆਪਾਂ ਇਸ ਗੱਲ ਵੱਲ ਬਾਅਦ 'ਚ ਆਉਂਦੇ ਹਾਂ। ਅੱਛਾ, ਸਭ ਤੋਂ ਪਹਿਲਾਂ ਆਪਾਂ ਇਹ ਵੇਖਦੇ ਹਾਂ ਵੀ ਇਹ ਜਿਹੜਾ ਜਿਸ ਵੇਲੇ ਜੁੜ ਗਿਆ, ਹਾਂਜੀ, ਉਹਦੇ ਨਾਲ ਅਤੇ ਜਿੱਥੋਂ ਜੁੜਿਆ ਹੈ ਨਾ, ਹਾਂਜੀ, ਉਹਨੂੰ ਪਲੇਸੈਂਟਾ ਕਹਿੰਦੇ ਆ। ਅੱਛਾ ਜੀ, ਉਹਦਾ ਪੰਜਾਬੀ 'ਚ ਨਾਂ ਜੇਰ ਵੀ ਕਹਿ ਦਿੱਤਾ, ਔਰ ਜੇਰ ਤੋਂ ਬਾਅਦ ਫਿਰ ਅੰਬਲਾਈਕਲ ਕੋਰਡ ਸ਼ੁਰੂ ਹੁੰਦੀ ਹੈ, ਨਾੜੀ ਸ਼ੁਰੂ ਹੁੰਦੀ ਆ, ਹਾਂਜੀ, ਠੀਕ ਹੈ, ਜਿਹੜੀ ਕਿ ਬੱਚੇ ਨੂੰ ਸਾਰਾ ਕੁਛ ਪਹੁੰਚਾਉਂਦੀ ਆ, ਔਰ ਇਹ ਹੌਲੀ ਹੌਲੀ ਡਿਵੈਲਪ ਹੁੰਦਾ ਸਾਰਾ ਕੁਛ। ਠੀਕ ਹੈ, ਪਰ ਪਲਸੈਂਟਾ ਸ਼ੁਰੂ 'ਚ ਹੀ ਜਿਸ ਵੇਲੇ ਉਹ ਆਣ ਕੇ ਲੱਗਦਾ ਨਾਲ ਹੀ ਉਹ ਬਣਨਾ ਸ਼ੁਰੂ ਹੋ ਜਾਂਦਾ। ਮਾਤਾ ਦੇ ਅਤੇ ਬੱਚੇ ਦੇ ਕਹਿ ਲਓ ਵੀ ਜਿਹੜੀਆਂ ਪਰਤਾਂ ਹੈ ਆਪਸ ਵਿੱਚ ਨੇੜੇ ਨੇੜੇ ਹੋ ਕੇ ਜੁੜ ਜਾਂਦੀਆਂ, ਇੱਕ ਦੂਸਰੇ 'ਚ ਧੱਸ ਜਾਂਦੀਆਂ, ਇਹ ਇੰਜ ਕਹਿ ਲਓ ਇਸ ਤਰ੍ਹਾਂ। ਠੀਕ ਹੈ, ਇੰਜ ਧੱਸ ਜਾਂਦੀਆਂ, ਠੀਕ ਹੈ ਜੀ, ਕ੍ਰਿਸ ਕ੍ਰੋਸ ਕਰ ਜਾਂਦੀਆਂ ਆਪਸ ਵਿੱਚ, ਅਤੇ ਥੱਲੇ ਬੇਬੀ ਜਿਹੜਾ ਡਿਵੈਲਪ ਹੋਣਾ ਸ਼ੁਰੂ ਹੋ ਜਾਂਦਾ, ਹੌਲੀ ਹੌਲੀ ਅੰਬਲਾਈਕਲ ਕੋਰਡ ਵੀ ਬਣਨੀ ਸ਼ੁਰੂ ਹੋ ਜਾਂਦੀ ਆ, ਔਰ ਉਹਦੇ ਆਲੇ ਦੁਆਲੇ ਸੈਕ ਬਣ ਜਾਂਦਾ ਜਿਹਨੂੰ ਐਮਨਿਓਟਿਕ ਸੈਕ ਕਹਿ ਦਿੰਦੇ ਆ। ਠੀਕ ਹੈ, ਔਰ ਉਹਦੇ 'ਚ ਫਲੂਡ ਭਰ ਜਾਂਦਾ ਹੈ ਜਿਹਨੂੰ ਸ਼ਬਦ ਤੋਂ ਵੇਖੋ। ਹੁਣ ਇਹ ਫਲੂਡ ਬਾਰੇ ਵੀ ਸਤਿਗੁਰਾਂ ਨੇ ਬੜੀ ਸੁੰਦਰ ਗੱਲ ਕੀਤੀ, ਗੁਰਬਾਣੀ 'ਚ ਦਿੱਤਾ, ਗੁਰਬਾਣੀ 'ਚ ਦਿੱਤਾ ਜੀ, ਭਗਤ ਅੰਨਾ ਜੀ ਦਾ ਸ਼ਬਦ ਹੈ ਜੀ, ਜਨਨੀ ਕੇਰੇ ਉਦਰੇ ਉਦਕ ਮੈਂ, ਜਨਨੀ ਮਾਤਾ, ਕੇਰੇ ਵਿੱਚ,
ਉਧਰ ਪੇਟ ਉਦਕ ਪਾਣੀ ਭਾਵ ਵੀ ਜਨਨੀ ਦੇ ਐਮਨਿਓਟਿਕ ਫਲਿਊਡ ਉਹਦੇ ਅੰਦਰ ਪਾਣੀ ਦੇ ਅੰਦਰ ਉਸ ਫਲਿਊਡ ਦੇ ਅੰਦਰ ਪਿੰਡ ਕੀਆ ਦਸ ਦੁਆਰਾ ਵੀ ਤੇਰਾ ਦਸਾਂ ਸਰੋਤਾਂ ਵਾਲਾ ਸਰੀਰ ਬਣਾ ਦਿੱਤਾ ਪਰਮਾਤਮਾ ਨੇ ਉਸ ਮਾਸ ਤੋਂ ਉਸ ਲੋਥੜੇ ਜੇ ਤੋਂ ਉਸ ਗਾਰੇ ਤੋਂ ਹਾਂਜੀ ਠੀਕ ਹੈ ਜੀ ਬਿਲਕੁਲ ਦਸ ਸਰੋਤ ਕਿਹੜੇ ਕਿਹੜੇ ਆ ਜੀ ਦੋ ਨਾਸਕਾ ਇੱਕ ਮੂੰਹ ਦੋ ਅੱਖਾਂ ਦੋ ਕੰਨ ਗੁਦਾ ਅਤੇ ਪੈਸੇ ਜਿਹੜਾ ਯੂਰਨ ਪਾਸ ਕਰਨ ਵਾਲਾ ਇਹ ਨੌ ਆ ਅਤੇ ਦਸਵਾਂ ਗੁਪਤ ਆ ਦਸਵਾਂ ਗੁਪਤ ਰਖਾਇਆ ਦਸਵਾਂ ਗੁਪਤ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਇਹ ਵੇਖੋ ਕਿੱਡੀ ਕਲਾ ਹੈ ਵੀ ਕਿੱਥੇ ਕਿਹੜਾ ਛੇਕ ਰੱਖਣਾ ਹੈ ਠੀਕ ਹੈ ਔਰ ਇਹਦਾ ਭਗਤ ਜੀ ਖੁਲਾਸਾ ਕਰਦੇ ਆ ਕਹਿੰਦੇ ਇਹ ਕਿਸੇ ਹੋਰ ਨੇ ਨਹੀਂ ਬਣਾਇਆ ਇਹ ਉਸ ਪਰਮਾਤਮਾ ਨੇ ਬਣਾਇਆ ਤੂੰ ਜਿੱਥੇ ਮਰਜ਼ੀ ਜਾ ਕੇ ਵੇਖ ਲਾ ਇਹਦਾ ਕੋਈ ਤੈਨੂੰ ਜਵਾਬ ਨਹੀਂ ਦੇਗਾ ਵੀ ਮਾਂ ਨੇ ਬਣਾਇਆ ਜਾਂ ਫਾਦਰ ਨੇ ਬਣਾਇਆ ਜਾਂ ਦਾਦੇ ਨੇ ਬਣਾਇਆ ਇਹ ਉਸ ਅਕਾਲ ਪੁਰਖ ਨੇ ਬਣਾਇਆ ਤੇ ਆਪ ਜੀ ਕਹੋ ਤੇ ਮੈਂ ਪੂਰਾ ਸ਼ਬਦ ਸੁਣਾ ਦਿੰਦਾ ਚਾਰ ਪੰਜ ਪੰਕਤੀਆਂ ਇਸ ਤਰ੍ਹਾਂ ਕਰਦੇ ਹਾਂ ਵੀ ਇੱਕ ਬ੍ਰੇਕ ਦਾ ਸਮਾਂ ਹੋ ਗਿਆ ਸਾਡੇ ਹਾਂਜੀ ਇੱਕ ਬ੍ਰੇਕ ਲੈ ਲਈਏ ਬ੍ਰੇਕ ਤੋਂ ਬਾਅਦ ਫਿਰ ਅਸੀਂ ਇਹ ਇਸ ਗੱਲ ਨੂੰ ਫਿਰ ਕੰਟੀਨਿਊ ਰੱਖਣਾ ਜੀ ਹੁਣ ਸਾਡਾ ਇੱਕ ਛੋਟੀ ਜਿਹੀ ਬ੍ਰੇਕ ਦਾ ਸਮਾਂ ਹੋ ਰਿਹਾ ਉਸ ਤੋਂ ਬਾਅਦ ਫਿਰ ਅਸੀਂ ਜੁੜਦੇ ਹਾਂ ਤੁਸੀਂ ਵੇਖਦੇ ਰਹੋ ਆਪਣਾ ਪੰਜਾਬ ਟੀਵੀ ਤੇ ਸੱਚ ਦੀ ਉਡਾਣ ਅਸੀਂ ਥੋੜ੍ਹੀ ਦੇਰ ਬਾਅਦ ਫਿਰ ਵਾਪਸ ਆਉਂਦੇ ਸਿਲਵਰ ਸ਼ਾਪ ਤੇ ਆ ਗਈ ਹੈ ਜੀ ਚਾਂਦੀ ਦੇ ਸਮਾਨ ਦੀ ਨਿਊ ਸ਼ਿਪਮੈਂਟ ਜਿਸ ਵਿੱਚ ਸਪੈਸ਼ਲ ਚਾਂਦੀ ਦੇ ਥਾਲ ਚਾਂਦੀ ਦੇ ਬਰਤਨ ਕਲੀਚੜੀਆਂ ਚਾਂਦੀ ਦੀ ਸਪੈਸ਼ਲ ਜੁੱਤੀ ਫਾਰ ਬ੍ਰਾਈਡਸ ਐਂਡ ਗਰੂਮਸ ਸਪੈਸ਼ਲ ਚਾਂਦੀ ਦੇ ਕੜੇ ਉਹ ਵੀ ਨਾਮ ਵਾਲੇ ਤੇ ਡਿਜ਼ਾਈਨਰ ਵੀ ਚੰਚਨ ਕਰਦੀਆਂ ਝਾਂਜਰਾਂ ਸਪੈਸ਼ਲ ਚਾਂਦੀ ਦੀਆਂ ਬੈਂਗਲਸ ਰਿੰਗਸ ਇਅਰਿੰਗਸ ਬ੍ਰੇਸਲੇਟਸ ਚੇਨਸ ਪੈਂਡੈਂਟਸ ਕੁਝ ਵੀ ਲੈਣਾ ਹੋਵੇ ਨਿਊ ਸਿਲਵਰ ਸ਼ਾਪ ਵੀ ਬਾਏ ਗੋਲਡ ਐਂਡ ਸਿਲਵਰ ਔਨ ਬੈਸਟ ਪ੍ਰਾਈਸ ਨਿਊ ਸਿਲਵਰ ਸ਼ਾਪ ਨਿਊ ਸਿਲਵਰ ਸ਼ਾਪ 7955 ਟੋਰਬ੍ਰਮ ਰੋਡ ਯੂਨਿਟ ਨੰਬਰ 24 ਬ੍ਰੈਮਟਨ 9057996700 ਦੈਟਸ 7996700 ਫਿਰ ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ ਆਪਣਾ ਪੰਜਾਬ ਟੀਵੀ ਵੇਖ ਰਹੇ ਸਮੂਹ ਜਿੰਨੇ ਵੀ ਦਰਸ਼ਕ ਸਾਨੂੰ ਦੇਖਦੇ ਨੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਫਿਰ ਡਾਕਟਰ ਸਾਹਿਬ ਫਿਰ ਅਸੀਂ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਅਤੇ ਫਿਰ ਆਪਾਂ ਜਿੱਥੋਂ ਗੱਲ ਛੱਡੀ ਸੀ ਉੱਥੋਂ ਆਪਾਂ ਅੱਗੇ ਚੱਲੀਏ ਹਾਂਜੀ ਮੈਂ ਦੱਸ ਰਿਹਾ ਸੀ ਜੀ ਭਈ ਪਰਦੇਸੀ ਸਾਹਿਬ ਸਤਿਗੁਰੂ ਦੀ ਬਾਣੀ ਇਸ ਚੀਜ਼ ਦੀ ਨਿਸ਼ਾਨਦੇਹੀ ਕਰਦੀ ਹੈ ਵੀ ਇਹ ਸਾਰਾ ਕੁਛ ਜਿਹੜਾ ਹੈ ਇਹ ਮਾਤਾ ਦੇ ਉਦਰ ਵਿੱਚ ਹੋ ਰਿਹਾ ਹਾਂਜੀ ਤੋ ਭਗਤ ਧੰਨਾ ਜੀ ਦਾ ਆਪਾਂ ਸ਼ਬਦ ਵਿਚਾਰ ਰਹੇ ਸਾਂ ਉਹ ਕਹਿੰਦੇ ਨੇ ਵੀ ਤੂੰ ਬੇਸ਼ੱਕ ਸੰਸਾਰ 'ਚ ਸਾਰੇ ਖੰਡ ਬ੍ਰਹਿਮੰਡ 'ਚ ਘੁੰਮ ਕੇ ਦੇਖ ਲਾ ਇਹ ਜਿਹੜੀ ਚੀਜ਼ ਆ ਇਹ ਕੇਵਲ ਅਤੇ ਕੇਵਲ ਪਰਮਾਤਮਾ ਕਰ ਰਿਹਾ ਹੈ ਔਰ ਤਿੰਨ ਉਦਾਹਰਣਾਂ ਦਿੰਦੇ ਆ ਯੂਨੀਵਰਸਿਟੀ ਦੇ ਕਾਲਜ ਦੇ ਜਾਂ ਸਕੂਲ ਦੇ ਪ੍ਰੋਫੈਸਰ ਵਾਂਗੂ ਜਾਂ ਟੀਚਰ ਵਾਂਗੂ ਅੱਛਾ ਜੀ ਕਿ ਦੇਖ ਇਹਨਾਂ ਇਹਨਾਂ ਕਿਰਿਆਵਾਂ ਵੱਲ ਦੇਖ ਤੈਨੂੰ ਆਪਣੇ ਆਪ ਪਤਾ ਲੱਗ ਜੂ ਵੀ ਇਹ ਸਾਰਾ ਕੁਛ ਪਰਮਾਤਮਾ ਕਰ ਰਿਹਾ ਉਹਨਾਂ 'ਚੋਂ ਦੋ ਪੰਕਤੀਆਂ ਇਸ ਚੀਜ਼ ਦੇ ਨਾਲ ਸੰਬੰਧਿਤ ਨੇ ਪਰ ਆਪਾਂ ਸਾਰਾ ਸ਼ਬਦ ਸੁਣਾ ਦਿੰਦੇ ਹਾਂ ਆਪਣੇ ਸਰੋਤਿਆਂ ਨੂੰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰੇ ਚਿਤ ਚੇਤਸ ਕੀਨਾ ਦਿਆਲ ਦਮੋਦਰ ਬਿਭੇ ਨਾ ਜਾਨਸ ਕੋਈ ਜੇ ਤਾਵੇਂ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋ ਹੋਈ ਕਹਿੰਦੇ ਵੀ ਧੰਨਿਆ ਆ ਦੇਖ ਜੋ ਕੁਛ ਬ੍ਰਹਿਮੰਡ ਦੇ ਵਿੱਚ ਹੋ ਰਿਹਾ ਨਾ ਇਹਨੂੰ ਹੋਰ ਕੋਈ ਨਹੀਂ ਪਰਮਾਤਮਾ ਹੀ ਕਰ ਰਿਹਾ ਜਿੱਥੇ ਮਰਜ਼ੀ ਜਾ ਕੇ ਵੇਖ ਧੰਨਾ ਜੀ ਕਹਿ ਰਹੇ ਨੇ ਭਗਤ ਧੰਨਾ ਜੀ ਜਿਹੜੇ ਇੱਕ ਦਿਨ ਵੀ ਕਾਲਜ ਨਹੀਂ ਗਏ ਨਾ ਸਕੂਲ ਮੈਂ ਇਹੋ ਹੀ ਸਵਾਲ ਤੁਹਾਨੂੰ ਕਰਨ ਲੱਗਾ ਸੀ ਪਰ ਸੁਰਤ ਉਹਨਾਂ ਦੀ ਪਰਮਾਤਮਾ ਦੇ ਵੀ ਮਤਲਬ ਇਹ ਬਿਲਕੁਲ ਹੀ ਕਿਸੇ ਸਕੂਲ ਕਾਲਜ ਇਹਨਾਂ ਨੂੰ ਵੱਖਰੀ ਗਿਆਨ ਵੀ ਨਹੀਂ ਸੀ ਪਰ ਆਹ ਜਿਹੜਾ ਗਿਆਨ ਇਹ ਲਿਖ ਰਹੇ ਨੇ ਹਾਂਜੀ ਇਹ ਵੇਖੋ ਕਿੱਡਾ ਸਿਰੇ ਦਾ ਗਿਆਨ ਆ ਔਰ ਤਕਰੀਬਨ ਮੋਟਾ ਲਾ ਲਓ ਤੁਸੀਂ 750 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਤੋਂ ਵੀ ਪਹਿਲਾਂ ਦੀ ਇਹ ਗੱਲ ਆ ਔਰ ਸਤਿਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ ਆਪ ਉਹਨਾਂ ਉਹਨਾਂ ਸਥਾਨਾਂ 'ਤੇ ਗਏ ਔਰ ਸਾਡੇ ਵਾਸਤੇ ਉਹ ਬਾਣੀ ਇਕੱਤਰ ਕੀਤੀ ਜਿਹੜੀ ਸਤਿਗੁਰ ਦੇ ਆਸ਼ੇ ਮੁਤਾਬਕ ਸੀ ਹਾਂਜੀ
ਰੇ ਚਿਤ ਚੇਤ ਸਕੀਨਾ ਦਿਆਲ ਦਮੋਦਰ ਬਿਬਹੇ ਨਾ ਜਾਨਸ ਕੋਈ ਜੇ ਤਾ ਮੈਂ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋ ਹੋਈ। ਹੁਣ ਪਹਿਲੀ ਉਦਾਹਰਣ ਦਿੰਦੇ ਆ ਕਿ ਹਿਊਮਨ ਬੋਡੀ 'ਚ ਜੋ ਕੁਛ ਹੋ ਰਿਹਾ, ਹਾਂਜੀ, ਜਿੱਥੇ ਆਪਾਂ ਅੱਜ ਗੱਲ ਕਰ ਰਹੇ ਹਾਂ, ਜਿੱਥੇ ਆਪਾਂ ਰਾਮਕਾਰ ਦੀ ਗੱਲ ਲਿਆ ਰਹੇ ਹਾਂ। ਜਨਨੀ ਕੇਰੇ ਉਧਰ ਉਦਕ ਮੈਂ ਦੱਸਿਆ, ਉਧਰ ਮੈਨੇ ਪੇਟ, ਉਦਕ ਮੈਨੇ ਪਾਣੀ, ਜਿਹਨੂੰ ਐਮਨਿਓਟਿਕ ਫਲੂਡ ਕਹਿ ਦਿੰਦੇ ਹਾਂ ਮਾਡਰਨ ਭਾਸ਼ਾ ਦੇ ਵਿੱਚ। ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ ਦਿਆ ਹਾਰ ਅਗਨ ਮੈਂ ਰਾਖੇ ਐਸਾ ਖਸਮ ਹਮਾਰਾ। ਹੁਣ ਭਗਤ ਜੀ ਨੇ ਕਈ ਚੀਜ਼ਾਂ ਕਹਿ ਦਿੱਤੀਆਂ, ਵੇਖੋ ਜਿਹਨੂੰ ਲੱਭਦਿਆਂ ਲੱਭਦਿਆਂ ਆਹ ਦਿਨ ਆ ਗਿਆ ਔਰ ਜਿਸ ਵੇਲੇ ਉਹ ਪ੍ਰਾਪਤ ਹੋਈ ਪਰ ਅਜੇ ਤੱਕ ਆਪਣੀ ਸੰਗਤ ਤੱਕ ਇਹ ਗੱਲ ਨਹੀਂ ਪਹੁੰਚ ਸਕੀ ਵੀ ਇਹ ਅਗਨੀ ਕੀ ਚੀਜ਼ ਹੈ। ਦੇ ਆਹਾਰ ਅਗਨਮੈ ਰੱਖ ਹੈ ਐਸਾ ਖਸਮ ਹਮਾਰਾ। ਕਹਿੰਦੇ ਨੇ ਭਈ ਇਹ ਜਿਹੜਾ ਦਸਾਂ ਸਰੋਤਾਂ ਵਾਲਾ ਸਰੀਰ ਆ ਇਹਨੂੰ ਉੱਥੇ ਆਹਾਰ ਵੀ ਪਹੁੰਚਾਇਆ, ਰੋਟੀ ਪਾਣੀ ਵੀ ਪਹੁੰਚਾਇਆ ਔਰ ਉੱਥੇ ਇੱਕ ਕਿਸਮ ਦੀ ਅਗਨੀ ਹਾਜ਼ਰ ਸੀ। ਇਹ 'ਚ ਵੀ ਆਪਾਂ ਆਵਾਂਗੇ ਵੀ ਅਗਨੀ ਸੀ ਉਹਦੇ ਤੋਂ ਵੀ ਦੇ ਆਹਾਰ ਅਗਨਮੈ ਰੱਖੇ ਐਸਾ ਖਸਮ ਹਮਾਰਾ। ਐਸਾ ਮਾਲਕ ਹੈ ਸਾਡਾ ਵਾਹਿਗੁਰੂ ਵੀ ਜਿਹੜੀ ਮਾਤਾ ਦੇ ਪੇਟ ਵਿੱਚ ਜਿਹਨੂੰ ਵਿਦਵਾਨਾਂ ਨੇ ਜਠਰਾ ਅਗਨੀ ਕਿਹਾ ਹੈ ਉਹਦੇ ਵਿੱਚ ਵੀ ਬਚਾਇਆ। ਅਤੇ ਸਾਡੇ ਵਿਦਿਆਰਥੀ ਪੁੱਛ ਲੈਂਦੇ ਆ ਸਾਨੂੰ ਵੀ ਦੱਸੋ ਜੀ ਡਾਕਟਰ ਸਾਹਿਬ ਭਈ ਬੋਡੀ ਦਾ ਟੈਂਪਰੇਚਰ ਤਾਂ 37 ਡਿਗਰੀ ਆ, ਹਾਂਜੀ ਸਾਰੀ ਦਾ ਹੀ, ਹਾਂਜੀ, ਅਤੇ 37 ਡਿਗਰੀ ਉੱਤੇ ਅਗਨੀ ਕੀ ਅਸਰ ਕਰ ਸਕਦੀ ਆ? ਠੀਕ ਹੈ, ਕਿਹੜੀ ਅਗਨੀ ਹੋਈ? ਇਹ ਬੜਾ ਮਤਲਬ ਇਹ ਸਟੂਡੈਂਟ ਸਾਨੂੰ ਪੁੱਛਦੇ ਆ, ਠੀਕ ਹੈ ਜੀ, ਠੀਕ ਹੈ। ਔਰ ਸੰਗਤ ਵੀ ਕਈ ਵਾਰੀ ਪੁੱਛਦੀ ਹੈ ਔਰ ਸੰਗਤ ਨੂੰ ਆਮ ਤੌਰ 'ਤੇ ਅਸੀਂ ਇਹ ਕਹਿ ਦਿੰਦੇ ਹਾਂ ਵੀ ਜਠਰਾ ਅਗਨੀ ਜਿਹੜੀ ਹੈ ਨਾ ਉਹ ਆ ਜਠਰਾ ਅਗਨੀ, ਪਰ ਜਠਰਾ ਅਗਨੀ ਕਿਆ ਪੂਰਾ ਮਤਲਬ ਪਤਾ ਨਹੀਂ ਲੱਗਦਾ, ਖੁੱਲਦੀ ਨਹੀਂ ਗੱਲ, ਖੁੱਲਦੀ ਨਹੀਂ, ਹਾਂਜੀ। ਹੁਣ ਜਿਵੇਂ ਜਿਵੇਂ ਸਾਇੰਸ ਸਤਿਗੁਰਾਂ ਦੇ ਮਗਰ ਖੋਜ ਕਰਦੀ ਆਈ ਉਹਨਾਂ ਦੀ ਵੀ ਸੁਰਤ ਜਿਹੜੀ ਸੀ ਪਦਾਰਥ ਦੇ ਅੰਦਰ ਗਈ। ਵੇਖੋ ਇੱਧਰ ਪਦਾਰਥ ਦੇ ਅੰਦਰ ਸੁਰਤ ਆ ਅਤੇ ਮਾਇਆ ਦਾ ਕੰਮ ਆ, ਪਰ ਉਹ ਇਹਨਾਂ ਸਾਇੰਟਿਸਟਾਂ ਨੇ ਵੀ ਲੱਭਿਆ ਭਈ ਵੇਖੀਏ ਸਹੀ ਵੀ ਅਗਨੀ ਕਿੱਥੇ ਆ, ਕੀ ਆ, ਇਹ ਕਿਹੜੀ ਚੀਜ਼ ਆ? ਆਪਾਂ ਸ਼ਬਦ ਕੰਪਲੀਟ ਕਰਕੇ ਇਹਦੇ ਵੱਲ ਆਵਾਂਗੇ, ਠੀਕ ਹੈ ਜੀ। ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ ਦੇਹ ਹਾਰ ਅਗਨ ਮੈਂ ਰੱਖੇ ਐਸਾ ਖਸਮ ਹਮਾਰਾ। ਕੁੰਮੀ ਜਲ ਮੈਂ ਤਨ ਤਿਸ ਬਾਹਰ ਪੰਖ ਖੀਰ ਤਿੰਨ ਨਾਹੀਂ। ਇਹ ਹੁਣ ਦੂਸਰੀ ਉਦਾਹਰਣ ਦਿੰਦੇ ਆ ਮਨੁੱਖ ਤੋਂ ਬਾਅਦ, ਜਾਨਵਰ ਦੀ ਉਦਾਹਰਣ ਦਿੰਦੇ ਆ। ਅੱਛਾ ਭਈ ਪਰਮਾਤਮਾ ਹੀ ਸਭ ਕੁਛ ਕਰ ਰਿਹਾ। ਕੁੰਮੀ ਜਲ ਮੈਂ ਕੁੰਮੀ ਜਲ ਮੈਂ ਤਨ ਤਿਸ ਬਾਹਰ ਪੰਖ ਖੀਰ ਤਿੰਨ ਨਾਹੀਂ। ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ। ਕਹਿੰਦੇ ਇੱਥੇ ਵੀ ਇਹ ਇੱਥੇ ਵੀ ਵਾਹਿਗੁਰੂ ਕਰ ਰਿਹਾ ਇਸ ਚੀਜ਼ ਨੂੰ ਵੀ ਆਪਾਂ ਖੋਲ੍ਹਾਂਗੇ ਵੀ ਜਾਨਵਰ ਦੀ ਇਗਜ਼ਾਮਪਲ ਜਿਹੜੀ ਦਿੱਤੀ ਕੀ ਮਤਲਬ ਹੈ ਇਹਦਾ। ਫਿਰ ਇੱਕ ਹੋਰ ਤੀਸਰੀ ਉਦਾਹਰਣ ਦਿੰਦੇ ਪੱਥਰ ਦੇ ਕੀੜੇ ਦੀ, ਸੈਲ ਪੱਥਰ ਮੈਂ ਜਿਹਨੂੰ ਕਹਿੰਦੇ ਨੇ, ਹਾਂਜੀ। ਪਾਖਣ ਕੀਟ ਗੁਪਤ ਹੋਏ ਰਹਿਤਾ, ਪੱਥਰ ਦਾ ਕੀੜਾ ਉਹ 'ਚ ਗੁਪਤ ਰਹਿੰਦਾ, ਹਾਂਜੀ। ਤਾਚੋ ਮਾਰਗ ਨਾਹੀਂ, ਨਾ ਹੀ ਉਹਦੇ ਅੰਦਰ ਆਉਣ ਜਾਣ ਦਾ ਖੁਰਾਕ ਲਈ ਕੋਈ ਰਸਤਾ, ਵੀ ਟਰੱਕ ਅੰਦਰ ਰਸ ਦੇ ਲਾਹ ਹੋਵੇ ਜਿਹੜੀ ਉਹ ਖਾਂਦਾ ਰਹੇ, ਕੋਈ ਦਰਵਾਜ਼ਾ ਨਹੀਂ, ਡੋਰ ਕੋਈ ਨਹੀਂ ਹੈ, ਨਾ ਕੋਈ ਗੇਟ ਖੁੱਲਦਾ ਉੱਥੇ। ਪਾਖਣ ਕੀਟ ਗੁਪਤ ਹੋਏ ਰਹਿਤਾ, ਤਾਚੋ ਮਾਰਗ ਨਾਹੀਂ, ਕਹੇ ਤੰਨਾ ਪੂਰਨ ਤਾਹੂ ਕੋ ਮਤਰੇ ਜੀ ਡਰਾਹੀ। ਕਹਿੰਦਾ ਇਹ ਤਾਂ ਉਹ ਪੂਰਨ ਆ ਜਿਹੜਾ ਵਾਹਿਗੁਰੂ ਆ ਉਹ ਕੰਮ ਕਰ ਰਿਹਾ। ਹੁਣ ਆਪਾਂ ਵਾਪਸ ਆਈਏ ਵੀ ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ। ਭਗਤ ਜੀ ਇਹ ਕਹਿੰਦੇ ਆ ਭਈ ਮਾਤਾ ਦੇ ਪੇਟ ਅੰਦਰ ਤੇਰਾ ਸੁੰਦਰ ਸਰੀਰ ਥਾਪ ਦਿੱਤਾ, ਪਰੰਤੂ ਉੱਥੇ ਅਗਨੀ ਸੀ ਉੱਥੋਂ ਤੇਰੀ ਰੱਖਿਆ ਕੀਤੀ। ਸਭ ਤੋਂ ਡੇਂਜਰਸ ਅਗਨੀ ਆ, ਕਿਉਂਕਿ ਸਾੜ ਸਕਦੀ ਆ। ਪਰ ਸਵਾਲ ਇਹ ਪੈਦਾ ਹੋਇਆ ਭਈ ਅਗਨੀ ਕੀ ਆ, ਇਹਨੂੰ ਹੁਣ ਆਪਾਂ ਗੁਰਬਾਣੀ 'ਚੋਂ ਥੋੜ੍ਹਾ ਜਿਹਾ ਹੋਰ ਵਾਚਦੇ ਹਾਂ। ਮੇਰੇ ਵੀ ਇਹੋ ਮਨ 'ਚ ਆ ਰਿਹਾ ਵੀ ਉਹ ਕਿਹੜੀ ਅਗਨੀ ਆ
ਜਿਹਦੀ ਗੱਲ ਕੀਤੀ ਜਾ ਰਹੀ ਗੁਰਬਾਣੀ ਵੀ ਕਰ ਰਹੀ ਆ ਅਤੇ ਸਾਇੰਸ ਵੀ ਕਰ ਰਹੀ ਹੈ ਅਤੇ ਉਹ ਹੁਣ ਤੁਸੀਂ ਸਾਨੂੰ ਥੋੜ੍ਹਾ ਜਿਹਾ ਖੁੱਲ੍ਹ ਕੇ ਦੱਸੋ ਵੀ ਉਹ ਅਗਨੀ ਕਿਹੜੀ ਹੈਗੀ। ਇੱਥੋਂ ਤੱਕ ਜੀ ਇਸ ਅਗਨੀ ਨੂੰ ਬਹੁਤ ਸਾਰੇ ਸ਼ਬਦਾਂ ਦੇ ਵਿੱਚ ਕਿਹਾ ਗਿਆ। ਗੁਰੂ ਅਰਜਨ ਦੇਵ ਜੀ ਇਹਦਾ ਬੜਾ ਸੁੰਦਰ ਬਿਓਰਾ ਦਿੰਦੇ ਆ ਇਸ ਅਗਨੀ ਦਾ ਔਰ ਰਾਮਕਾਰ ਦਾ ਵੀ ਐਟ ਦੀ ਸੇਮ ਟਾਈਮ। ਠੀਕ ਹੈ। ਸੋ ਇੱਕ ਮਤ ਸਾਰੇ ਭਗਤਾਂ ਸੰਤਾਂ ਨੇ ਕਿਹਾ ਭਈ ਕੋਈ ਰਾਮਕਾਰ ਇਸ ਬੱਚੇ ਨੂੰ ਬਚਾ ਰਹੀ ਆ ਔਰ ਜਿਹੜਾ ਸ਼ੁਰੂ ਦਾ ਸਰੂਪ ਹੈ ਰਾਮਕਾਰ ਦਾ ਉਹ ਬੱਚੇ ਨੂੰ ਪ੍ਰਾਪਤ ਆ ਜਿਹੜਾ ਕਿ ਬਾਅਦ ਦੇ ਵਿੱਚ ਉਹਦੇ ਸਰੀਰ 'ਚ ਨਾਲ ਨਾਲ ਚੱਲਣਾ ਹੈ ਥੋੜ੍ਹੀ ਜਿਹੀ ਉਹਦੀ ਸ਼ਕਲ ਸ਼ਬਾਤ ਬਦਲ ਜਾਂਦੀ ਹੈ। ਤੋ ਸਤਿਗੁਰੂ ਕਹਿੰਦੇ ਆ ਆਪਣੀ ਨਿਤਨੇਮ ਬਾਣੀ ਦਾ ਸ਼ਬਦ ਹੈ ਜੀ ਤਿੱਥੇ ਤੂੰ ਸਮਰੱਥ ਜਿੱਥੇ ਕੋਏ ਨਾ ਹੋਏ ਨਾ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ। ਇਹ ਹੁਣ ਨਿਸ਼ਾਨਦੇਹੀ ਹੈ ਨਿਸ਼ਾਨਦੇਹੀ ਆ ਵੀ ਪੂਰਾ ਦੱਸਦੇ ਆ ਵੀ ਕਿੱਥੇ ਆ ਜਿਵੇਂ ਆਪਾਂ ਕੋਈ ਪੈਣੀਆਂ ਦੀ ਮਿਣਤੀ ਕਰਕੇ ਦੱਸੀਏ ਨਾ ਵੀ ਫਲਾਣੇ ਕੁਰੇ 'ਚ ਫਲਾਣੀ ਪੈਲੀ ਹੈ ਹਾਂਜੀ ਆਹ ਮਰਲੇ ਇੱਥੇ ਪਏ ਆਹ ਮਰਲੇ ਉੱਥੇ ਪਏ ਪਿਆ ਇੱਥੇ ਪਿਆ ਇਸ ਤਰ੍ਹਾਂ ਸਤਿਗੁਰੂ ਦੱਸਦੇ ਆ ਭਈ ਤਿੱਥੇ ਤੂੰ ਸਮਰੱਥ ਜਿੱਥੇ ਕੋਏ ਨਾ ਹੈ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ। ਇੱਥੇ ਫੇ ਅਗਨੀ ਕਹੀ ਹੈ ਭਈ ਮਾਂ ਦੇ ਪੇਟ ਵਿੱਚ ਤੇਰੀ ਰੱਖ ਕੰਮ ਕਰ ਰਹੀ ਆ। ਇਸ ਰੱਖ ਨੂੰ ਰਾਮਕਾਰ ਵੀ ਕਿਹਾ ਗਿਆ ਤਾਤੀ ਵਾ ਉਹਨਾਂ ਲੱਗੀ ਭਾਰ ਬ੍ਰਹਮ ਸਰਣਾਈ ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ। ਲਓ ਰੱਖ ਤਾਂ ਸਾਨੂੰ ਅੰਦਰ ਪ੍ਰਾਪਤ ਆ ਅਤੇ ਅਸੀਂ ਇੱਧਰੋਂ ਟੂਣੇ ਟਪਾਉਣੇ ਵਾਲਿਆਂ ਕੋਲੋਂ ਰੱਖ ਜਿਹੜੀ ਲੱਭਦੇ ਫਿਰਦੇ ਹਾਂ ਬਾਬਿਆਂ ਕੋਲ ਨਕਲੀ ਪਖੰਡੀਆਂ ਕੋਲ ਪਖੰਡੀਆਂ ਕੋਲੋਂ ਰੱਖ ਲੱਭਦੇ ਫਿਰਦੇ ਹਾਂ ਪਾ ਦੇਗਾ ਅਤੇ ਸਾਡੀ ਰੱਖਿਆ ਹੋਏਗੀ ਸਾਡੀ। ਸੋ ਸੰਗਤ ਜੀ ਸਾਰਾ ਕੁਝ ਸਾਡੇ ਅੰਦਰ ਹੀ ਹੈ। ਰੱਖ ਤਾਂ ਤੁਹਾਨੂੰ ਬਚਪਨ 'ਚ ਹੀ ਪਰਮਾਤਮਾ ਨੇ ਦਿੱਤੀ ਆ ਔਰ ਉਸ ਤੋਂ ਬਾਅਦ ਤੁਹਾਡੇ ਸਰੀਰ ਦੇ ਵਿੱਚ ਉਹ ਹਾਜ਼ਰ ਆ ਰਾਮਕਾਰ ਦੇ ਸਰੂਪ ਦੇ ਨਾਲ ਅਤੇ ਇਹ ਰੱਖ ਜਿਹੜੀ ਆ ਇਹਦੇ ਅਸੀਂ ਦਰਸ਼ਨ ਆਪ ਜੀ ਨੂੰ ਅੱਜ ਕਰਾਉਣੇ ਆ। ਇਸ ਰੱਖ ਬਾਰੇ ਗੁਰਬਾਣੀ ਦੇ ਅੰਦਰ ਬਹੁਤ ਸਾਰੇ ਬਚਨ ਹਨ ਮੈਂ ਇੱਕ ਦੋ ਆਪ ਜੀ ਨਾਲ ਹੋਰ ਸਾਂਝੇ ਕਰ ਲਾਂ ਤਾਂ ਕਿ ਸ਼ੰਕੇ ਤੋਂ ਆਪਾਂ ਨਿਕਲ ਸਕੀਏ। ਸਤਿਗੁਰ ਦੀ ਬਾਣੀ ਕਹਿੰਦੀ ਆ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੈਨੂੰ ਪੜ੍ਹ ਕੇ ਬੜਾ ਆਨੰਦ ਆਉਂਦਾ ਜੀ ਗਾ ਕੇ ਹੋਰ ਵੀ ਆਨੰਦ ਆਉਂਦਾ। ਅਸਲ ਵਿੱਚ ਜਦੋਂ ਤੁਸੀਂ ਉਹ ਧੁਨੀ ਜਿਹੜੀ ਜਾਂਦੀ ਹੈ ਨਾ ਅੰਦਰ ਜਦੋਂ ਤੇ ਉਹਦਾ ਆਨੰਦ ਹੀ ਵੱਖਰਾ ਹੁੰਦਾ। ਬਿਲਕੁਲ ਗਾ ਕੇ ਤੇ ਜਿਹੜਾ ਆਨੰਦ ਆਉਂਦਾ ਉਹ ਤੁਸੀਂ ਵੇਖ ਲਓ ਜਿਸ ਤਰ੍ਹਾਂ ਤੁਹਾਨੂੰ ਵਧੀਆ ਕੰਫਰਟੇਬਲ ਤੁਸੀਂ ਮਹਿਸੂਸ ਹੁੰਦੇ ਤੁਸੀਂ ਉਸ ਤਰ੍ਹਾਂ ਕਰੋ। ਸਾਡੇ ਸਰੋਤਿਆਂ ਨੂੰ ਵੀ ਆਨੰਦ ਆ ਰਿਹਾ ਹੋਵੇਗਾ ਔਰ ਬਹੁਤ ਘੱਟ ਇਹੋ ਜਿਹੇ ਡਾਟਸਾ ਪ੍ਰੋਗਰਾਮ ਸਾਨੂੰ ਵੇਖਣ ਨੂੰ ਮਿਲਦੇ ਨੇ ਜਿਹਦੇ ਵਿੱਚ ਅਗਰ ਇਸ ਤਰੀਕੇ ਦੇ ਨਾਲ ਗੁਰਬਾਣੀ ਦੀ ਗੱਲ ਕੀਤੀ ਜਾਵੇ ਸਾਇੰਸ ਦੀ ਗੱਲ ਕੀਤੀ ਜਾਵੇ ਤਾਂ ਮੇਰਾ ਖਿਆਲ ਹੈ ਵੀ ਇਹ ਹੌਲੀ ਹੌਲੀ ਚੈਪਟਰ ਜਿਤਨਾ ਸ਼ੁਰੂ ਹੋ ਚੁੱਕਿਆ ਵਾ ਸਾਡੇ ਸਰੋਤੇ ਹੋਰ ਵੀ ਜੁੜਨਗੇ ਸਾਡੇ ਬੱਚੇ ਵੀ ਜੁੜਨਗੇ। ਸੋ ਅਸੀਂ ਇਹੋ ਹੀ ਬੇਨਤੀ ਕਰਦੇ ਹਾਂ ਵੀ ਵੱਧ ਤੋਂ ਵੱਧ ਇਸ ਪ੍ਰੋਗਰਾਮ ਨੂੰ ਸੁਣੋ ਅਤੇ ਅੱਗੇ ਸ਼ੇਅਰ ਵੀ ਕਰੋ ਤਾਂ ਜੋ ਜਿਹੜੀਆਂ ਕੁਛ ਅਸੀਂ ਬਿਲਕੁਲ ਜਿਸ ਤਰ੍ਹਾਂ ਗੁਰਬਾਣੀ ਨੂੰ ਕਈ ਕਹਿ ਦਿੰਦੇ ਨੇ ਜੀ ਇਹ ਮਤਲਬ ਬੰਦਾ ਬੋਰ ਹੁੰਦਾ ਹੈ ਨਾ। ਸੋ ਜਦੋਂ ਹੌਲੀ ਹੌਲੀ ਨੂੰ ਪਤਾ ਲੱਗਿਆ ਵੀ ਗੁਰਬਾਣੀ ਨੇ ਤਾਂ ਸਾਰਾ ਕੁਛ ਪਹਿਲਾਂ ਦੱਸਿਆ ਹੋਇਆ। ਬਿਲਕੁਲ ਜੀ ਬਿਲਕੁਲ। ਇਹਨਾਂ ਨੂੰ ਤਾਂ ਮੇਰਾ ਖਿਆਲ ਆ ਵੀ ਇਹ ਜਦ ਤੱਕ ਦੁਨੀਆਂ ਤੱਕ ਰਹੇਗੀ ਇਹ ਗੁਰਬਾਣੀ ਜਿੰਨੀ ਇਹ ਸਾਰੇ ਹੱਲ ਹੀ ਨਹੀਂ ਹੋ ਸਕਦਾ ਜਿੰਨਾ ਕੁਛ ਉਹਦੇ 'ਚ ਦਿੱਤਾ ਗਿਆ। ਬਿਲਕੁਲ ਜੀ। ਨਾਲੇ ਆਪਾਂ ਵਾਰ ਵਾਰ ਦੱਸ ਰਹੇ ਹਾਂ ਵੀ ਸਾਇੰਸ ਦੇ ਵਿੱਚ ਤਾਂ ਕਦੇ ਵੀ ਰਿਸਰਚ ਪੂਰਨ ਨਹੀਂ ਹੁੰਦੀ, ਉਹ 'ਚ ਸਾਨੂੰ ਸਮੇਂ ਸਮੇਂ ਸੁਧਾਰ ਕਰਨੇ ਪੈਂਦੇ ਆ। ਪਰ ਜੋ ਰਾਮਕਾਰ ਜਿਸ ਤਰ੍ਹਾਂ ਜਾਂ ਹੋਰ ਸਤਿਗੁਰਾਂ ਨੇ ਬਚਨ ਕੀਤੇ ਆ ਸਰੀਰ ਦੇ ਬਾਰੇ ਉਹ ਸਦਾ ਲਈ ਅਟੱਲ ਨੇ, ਉਹਨਾਂ 'ਚ ਕੋਈ ਤਬਦੀਲੀ ਹੋਣ ਦੀ ਲੋੜ ਨਹੀਂ। ਔਰ ਅਸੀਂ ਵਾਰ ਵਾਰ ਇਹ ਵੀ ਕਹਿੰਦੇ ਹਾਂ ਕਿਉਂਕਿ ਕਈ ਸੱਜਣ ਕਈ ਵਾਰੀ ਮਹਿਸੂਸ ਕਰਦੇ ਆ ਸਤਿਗੁਰ ਦੀ ਬਾਣੀ ਦੇ ਉੱਤੇ ਹੋਰ ਖੋਜ ਦੀ ਲੋੜ ਨਹੀਂ, ਇਹਨੂੰ ਤਾਂ ਕੇਵਲ ਮਨ 'ਚ ਸਮਝਣ ਅਤੇ ਵਸਾਉਣ ਦੀ ਲੋੜ ਆ। ਜਿਵੇਂ ਸਤਿਗੁਰ ਕਹਿੰਦੇ ਨਾ ਭਈ ਸਤਿਗੁਰ ਨੂੰ ਸਭ ਕੋਈ ਵੇਖਦਾ ਜੇਤਾ ਜਗਤ ਸੰਸਾਰ ਡਿੱਠਿਆਂ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ। ਸਾਨੂੰ ਸ਼ਬਦ ਵਿਚਾਰ ਕਰਨ ਲਈ ਇਹ ਜਿਹੜਾ ਅਸੀਂ ਆਸਰਾ ਲਿਆ ਵਾ ਸੈਂਟੀਫਿਕ ਈਡੀਅਮ ਦਾ, ਇਹ ਸਿਰਫ ਅਤੇ ਸਿਰਫ ਇਸ ਕਰਕੇ ਲਿਆ ਹੈ ਵੀ ਖੋਜ ਦੀ ਹੋਰ ਲੋੜ ਨਹੀਂ, ਬਾਣੀ ਪੂਰਨ ਹੈ ਆਪਣੇ ਆਪ 'ਚ ਸੰਪੂਰਨ ਹੈ ਇਹਦੇ ਤੇ ਮਤਲਬ ਵਿੱਚ ਹੋਰ ਕੁਛ ਨਹੀਂ, ਵਾਧ ਘਾਟ ਦੀ ਕਿਸੇ ਦੀ ਲੋੜ ਨਹੀਂ, ਨਾ ਕਿਸੇ ਖੋਜ ਦੀ ਲੋੜ ਹੈ ਅਤੇ ਸਤਿਗੁਰਾਂ ਨੇ ਤਤ ਗਿਆਨ ਸਾਨੂੰ ਦਿੱਤਾ। ਸਿਰਫ ਇਹਨੂੰ ਸਮਝ ਕੇ ਸ਼ਬਦ ਦੇ ਨਾਲ ਜੁੜਨ ਦੀ ਲੋੜ ਆ ਅਤੇ ਇਸ ਢੰਗ ਨਾਲ ਵੀ ਜਿਸ ਵੇਲੇ ਵਿਦਿਆਰਥੀ ਇਹ ਸਮਝੇਗਾ ਜਾਂ ਵਿਦਿਆਰਥੀ ਦੇ ਮਾਤਾ ਪਿਤਾ ਸਮਝਣਗੇ ਭਈ ਇਹ ਬਾਣੀ ਪੂਰਨ ਹੈ, ਵੇਖੋ ਜੋ ਕੁਛ ਬਾਣੀ ਨੇ ਕਿਹਾ ਅੱਜ ਸਾਇੰਸ ਨੂੰ ਇਨ ਬਿਨੋ ਮਿਲਿਆ ਔਰ ਜੁਗਾਂ ਜੁਗਾਂਤਰਾਂ ਤੱਕ ਕਦੇ ਸਾਰੀ ਉਮਰ ਮਿਲਦਾ ਹੀ ਰਹੇਗਾ, ਸਾਰੇ ਸੰਸਾਰ ਦੇ ਵਿੱਚ ਇਹ ਸਦਾ ਸੱਚ ਹੁੰਦਾ ਰਹੇਗਾ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਵਰਤਦਾ ਰਹੇਗਾ। ਤੋ ਆਪ ਜੀ ਸਰਵਣ ਕਰੋ ਸਤਿਗੁਰੂ ਦੀ ਬਾਣੀ ਇਸ ਅਗਨੀ ਬਾਰੇ, ਇਹਨੂੰ ਮਹਾ ਅਗਨਮੀ ਕਿਹਾ ਗਿਆ। ਠੀਕ ਹੈ। ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨ, ਜਦੋਂ ਜੀਵ ਦੀ ਰਚਨਾ ਕੀਤੀ ਮਾਤ ਗਰਭ ਦੇ ਵਿੱਚ ਸਥਾਪਨ ਕੀਤਾ। ਰਚੰਤ ਜੀ ਰਚਨਾ
ਮਾਤ ਗਰਭੇ ਅਸਥਾਪਨ ਸਾਸ ਸਾਸ ਸਿਮਰੰਤ ਨਾਨਕ ਮਹਾਯਗਨ ਨਾ ਬਿਨਾਸਨ। ਕਹਿੰਦੇ ਵਾਹਿਗੁਰੂ ਨੇ ਤੈਨੂੰ ਸਵਾਸ ਸਵਾਸ ਨਾਮ ਜਪਣ ਲਾ ਦਿੱਤਾ, ਕਿਉਂਕਿ ਬੱਚਾ ਸੀ, ਉਹਨੂੰ ਆਪ ਕਿਰਪਾ ਕੀਤੀ ਵਾਹਿਗੁਰੂ ਨੇ, ਅਤੇ ਉਸ ਕਰਕੇ ਹੀ ਤੂੰ ਬਚਿਆ ਰਿਹਾ। ਸਵਾਸ ਸਵਾਸ ਸਿਮਰੰਤ ਨਾਨਕ ਮਹਾਅਗਨ, ਉਹ ਜਿਹੜੀ ਜਠਰਾ ਅਗਨੀ ਹੈ ਮਾਂ ਦੇ ਪੇਟ 'ਚ, ਜਿਹੜੀ ਆਪਾਂ ਵੇਖਣ ਜਾ ਰਹੇ ਵੀ ਕੀ ਆ, ਉਹਦੇ ਤੋਂ ਬਚਿਆ ਰਹੇ ਹੋ। ਸੰਸਕ੍ਰਿਤ ਮਤਲਬ ਜਿਹੜੀ ਗੁਰੂ ਉਹਦੇ ਵਿੱਚ ਸਹਿਸਕ੍ਰਿਤੀ ਭਾਸ਼ਾ, ਸੰਸਕ੍ਰਿਤ ਭਾਸ਼ਾ ਥੋੜ੍ਹੀ ਜਿਹੀ ਉਸ ਪਾਸੇ ਨੂੰ ਇਹਦਾ ਟਿਲਟਿਆ। ਫਿਰ ਉੱਥੇ ਕੀ ਆ, ਮੁੱਖ ਤਲੇ ਪੈਰ ਉੱਪਰੇ, ਵੇਖੋ ਹੁਣ ਪੂਰਾ ਕਿਹਾ ਵੀ ਤੇਰਾ ਸਰੀਰ ਸਿਰ ਪੈਰ ਉੱਪਰੇ, ਮੁੱਖ ਤਲੇ ਪੈਰ ਉੱਪਰੇ ਵਸੰਦੋਂ ਕੁਹਥੜੇ ਥਾਏ। ਤੂੰ ਔਖੇ ਥਾਂ 'ਤੇ ਵਸ ਰਿਹਾ ਸਾਂ, ਕੁਹਥੜਾ ਹੀ ਹੋਵੇ ਨਾ ਵੀ ਬੰਦੇ ਨੂੰ ਮੂੰਹ ਦਾ ਲਟਕਾਇਆ ਹੋਵੇ, ਉਹਦਾ ਕੀ ਹਾਲ ਹੋਏਗਾ, ਪਰ ਵਾਹਿਗੁਰੂ ਆਪ ਰੱਖਿਆ ਕਰ ਰਿਹਾ। ਨਾਨਕ ਸੋ ਧਣੀ ਕਿਉਂ ਵਿਸਾਰਿਓ ਉਧਰੇ ਜਿਸ ਦੇ ਨਾਏ। ਕਹਿੰਦੇ ਜਿਸ ਵੇਲੇ ਮਨੁੱਖ ਬਾਹਰ ਆ ਗਿਆ, ਬੰਦਾ ਬਣ ਗਿਆ, ਅਤੇ ਯਾਦ ਕਰਾਉਂਦੇ ਸਤਿਗੁਰੂ ਵੀ ਉੱਥੇ ਤੇਰੀ ਆਹ ਹਾਲਤ ਸੀ, ਤੈਨੂੰ ਮਹਾਂਅਗਨ ਤੋਂ ਉਸ ਚੀਜ਼ ਨੇ ਬਚਾਇਆ ਜਿਹੜੀ ਵਾਹਿਗੁਰੂ ਨੇ ਤੇਰੇ 'ਤੇ ਬਖਸ਼ਿਸ਼ ਕੀਤੀ ਸੀ, ਅਤੇ ਅੱਜ ਤੂੰ ਉਹਨੂੰ ਭੁੱਲ ਗਿਆ, ਸਾਨੂੰ ਯਾਦ ਕਰਾਉਂਦੇ ਆ ਵਾਹਿਗੁਰੂ। ਸੋ ਇਹਨੂੰ ਅਗਨ, ਮਹਾਂਅਗਨ ਵਗੈਰਾ ਵਗੈਰਾ ਸ਼ਬਦਾਂ ਦੇ ਨਾਲ ਕਿਹਾ। ਤੋ ਆਪਾਂ ਵਾਪਸ ਚਲੀਏ ਜੀ ਨਿਸ਼ਾਨਦੇਹੀ ਵਾਲੇ ਸ਼ਬਦ 'ਤੇ, ਜਿੱਥੇ ਸਤਿਗੁਰੂ ਅਰਜਨ ਦੇਵ ਜੀ ਦੁਬਾਰਾ ਇਸ ਚੀਜ਼ ਨੂੰ ਪੱਕਿਆਂ ਕਰਦੇ ਆ ਵੀ ਇਹ ਚੀਜ਼ ਕਿੱਥੇ ਪਈ ਹੈ, ਤੈਨੂੰ ਗਰਭ ਕਾਲ ਵਿੱਚ ਕਿੱਥੇ ਪ੍ਰਾਪਤ ਹੈ ਜਿਹੜੀ ਜਿਹੜੀ ਹੈਗੀ ਆ ਆਪਣੀ ਰਾਮਕਾਰ ਹੈ। ਰਾਮਕਾਰ, ਠੀਕ ਹੈ ਜੀ। ਤਿੱਥੇ ਤੂੰ ਸਮਰੱਥ ਜਿੱਥੇ ਕੋਏ ਨਾਹੇ, ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ, ਸੁਣ ਕੇ ਜੰਮ ਕੇ ਦੂਤ ਨਾਏ ਤੇਰੇ ਛੱਡ ਜਾਹੇ। ਕਹਿੰਦੇ ਜਿਹੜੇ ਜਮਦੂਤਾਂ ਨੇ ਆਣ ਕੇ ਤੈਨੂੰ ਉੱਥੇ ਖਰਾਬ ਕਰਨਾ ਸੀ ਨਾ, ਇਹਦਾ ਵੀ ਸਾਇੰਸ 'ਚੋਂ ਸਾਨੂੰ ਜਵਾਬ ਮਿਲਿਆ ਜੀ ਵੀ ਸਤਿਗੁਰੂ ਨੇ ਜਮਦੂਤ ਕਿਹੜੀ ਚੀਜ਼ ਵੱਲ ਇਸ਼ਾਰਾ ਕੀਤਾ ਹੈ। ਜਮਦੂਤ ਇੱਕ ਤਾਂ ਪ੍ਰਤੱਖ ਜਮਦੂਤ ਹੁੰਦੇ ਆ, ਠੀਕ ਹੈ ਜੀ, ਜਦੋਂ ਅਸੀਂ ਸਾਡਾ ਐਂਡ ਹੁੰਦਾ ਹੈ, ਜਦੋਂ ਸਾਨੂੰ ਵਾਹਿਗੁਰੂ ਦੇ ਹੁਕਮ ਮੁਤਾਬਕ ਅਸੀਂ ਅਕਾਲ ਚਲਾਣੇ ਕਰਦੇ ਹਾਂ, ਉਸ ਵੇਲੇ ਪਰਮਾਤਮਾ ਦੀ ਇੱਕ ਸ਼ਕਤੀ ਹੈ ਜਿਹੜੀ ਸਾਡੀ ਜਿੰਦ ਨੂੰ ਕੱਢ ਕੇ ਲੈ ਕੇ ਜਾਂਦੀ ਹੈ, ਠੀਕ ਹੈ। ਪਰ ਇਹੋ ਜਿਹੇ ਜਮਦੂਤ ਉੱਥੇ ਵੀ ਰੱਖ ਤਾਂ ਦੇਣੀ ਪਈ ਵੀ ਉੱਥੇ ਬੜੇ ਆਲੇ ਦੁਆਲੇ ਦੇ ਘੁੰਮ ਰਹੇ ਆ, ਆਖੋ ਸ਼ਬਦ ਤੋਂ ਸਾਫ਼ ਜ਼ਾਹਰ ਹੋ ਰਿਹਾ। ਕਿਉਂਕਿ ਇੱਕ ਇਨਫੋਰਮੇਸ਼ਨ ਜਿਹੜੀ ਆ ਉਹ ਮੈਂ ਭੁੱਲ ਰਿਹਾ ਸੀ, ਇਹ ਆਪਾਂ ਕਮਿਊਨਿਟੀ ਦੀ ਜ਼ਰੂਰੀ ਹੈ, ਮੇਰੇ ਜ਼ਰੂਰ ਜੀ ਇੰਨਾ ਜ਼ਿਆਦਾ ਰਾਸਾ ਆ ਰਿਹਾ ਸੀ ਵੀ ਉਹ ਸਾਰਾ ਕੁਛ ਤੁਹਾਡੇ ਵੱਲ ਧਿਆਨ ਚੱਲੇ ਗਿਆ। ਤੁਸੀਂ ਕਮਰਸ਼ੀਅਲ ਬ੍ਰੇਕ ਨਾ ਨਾ ਭੁੱਲਿਆ ਕਰੋ, ਸੁਰਤ ਜੋੜ ਕੇ ਰੱਖਿਆ ਕਰੋ। ਲਓ ਜੀ ਇੱਕ ਕਮਿਊਨਿਟੀ ਦੀ ਅਨਾਊਂਸਮੈਂਟ ਹੈ ਜੀ, ਨਾਈਨਥ ਗੁਰੂ ਨਾਨਕ ਕਾਰ ਰੈਲੀ ਅਤੇ ਪਿਕਨਿਕ ਹੋ ਰਹੀ ਹੈ ਜੀ 24 ਸਤੰਬਰ ਨੂੰ, ਅਤੇ ਇਹ ਤੁਸੀਂ ਵਧੇਰੇ ਜਾਣਕਾਰੀ ਵਾਸਤੇ ਬਲਬੀਰ ਸੰਧੂ ਜੀ ਪੰਜਾਬ ਸਪੋਰਟਸ ਤੋਂ ਜਿਹੜੇ ਉਹਨਾਂ ਨਾਲ ਤੁਸੀਂ ਕਾਲ 'ਤੇ ਵੀ ਕੰਟੈਕਟ ਕਰ ਸਕਦੇ ਹੋ। 416-551-2998 ਫਿਰ ਮੈਂ ਦੁਹਰਾ ਰਿਹਾ ਜੀ, 19ਵਾਂ ਗੁਰੂ ਨਾਨਕ ਕਾਰ ਰੈਲੀ ਅਤੇ ਪਿਕਨਿਕ ਜਿਹੜੀ ਹੋ ਰਹੀ ਕਰਵਾਈ ਜਾ ਰਹੀ ਹੈ ਜੀ, ਸੰਡੇ ਦਾ ਦਿਨ ਹੈ 24 ਸਤੰਬਰ ਨੂੰ ਇਹ ਹੋ ਰਹੀ ਆ, 10 ਵਜੇ ਹੋਏਗੀ, ਅਤੇ ਸਟਾਰਟਿੰਗ ਪੁਆਇੰਟ ਇਹਦਾ ਹੈਗਾ ਜੀ 3430 ਡੇਅਰੀ ਰੋਡ ਈਸਟ ਮਿਸੀਸਾਗਾ। ਅਤੇ ਤੁਸੀਂ ਵਧੇਰੇ ਜਾਣਕਾਰੀ ਵਾਸਤੇ ਬਲਬੀਰ ਸੰਧੂ ਜੀ ਪੰਜਾਬ ਸਪੋਰਟਸ ਤੋਂ ਨੇ, ਇਹਨਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ 416-451-2928 'ਤੇ। ਇਹ ਜਿਨ੍ਹਾਂ ਜਿਨ੍ਹਾਂ ਨੇ ਇਸ ਈਵੈਂਟ ਦੇ ਵਿੱਚ ਹਿੱਸਾ ਲੈਣਾ ਉਹ ਇਹਨਾਂ ਨਾਲ ਕੰਟੈਕਟ ਕਰ ਲੈਣ ਅਤੇ ਇਹਨਾਂ ਨੂੰ ਆਪਣਾ ਨਾਮ ਵੀ ਨੋਟ ਕਰਾ ਦੇਣ। ਅਤੇ ਇਹ 10 ਵਜੇ 24 ਸਤੰਬਰ ਨੂੰ ਇਹ ਸ਼ੁਰੂ ਹੈ ਜੀ, 10 ਵਜੇ ਦਾ ਸਵੇਰ ਦਾ ਟਾਈਮ। ਹਾਂਜੀ ਡਾਕਟਰ ਸਾਹਿਬ। ਹਾਂਜੀ, ਤੋ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਜਿਨ੍ਹਾਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਸ਼੍ਰੀ ਰਾਮਸਰ 'ਚ ਬਹਿ ਕੇ, ਉਹ ਸਤਿਗੁਰੂ ਦੱਸ ਰਹੇ ਆ ਵੀ ਜਿਹੜੀ ਗਰਭਕਾਲ ਦਾ ਅਵਸਥਾ ਹੈ ਬੱਚੇ ਦੀ, ਇੱਥੋਂ ਹੀ ਇਹਨੂੰ ਰੱਖ ਦੇ ਦਿੱਤੀ ਗਈ ਅਕਾਲ ਪੁਰਖ ਵੱਲੋਂ। ਔਰ ਰੱਖ ਕਿਵੇਂ ਦਿੱਤੀ ਵੀ ਇਹ ਸਵਾਸ ਸਵਾਸ ਨਾਮ ਜਪ ਰਿਹਾ ਸੀ, ਆਪ ਹੀ ਇਹਨੂੰ ਬਾਣੀ ਦੇ ਨਾਲ ਲਾ ਦਿੱਤਾ ਅਕਾਲ ਪੁਰਖ ਨੇ, ਕਿਉਂਕਿ ਇਹਦੀ ਤਾਂ ਸੁਰਤ ਕੰਮ ਨਹੀਂ ਸੀ ਕਰ ਸਕਦੀ। ਜਿੱਥੇ ਸਤਿਗੁਰ ਗਾਰੇ ਦੇ ਨਾਲ ਇਹਦੀ ਡਿਵੈਲਪਮੈਂਟ ਕਰ ਰਿਹਾ ਅਨਡਿਫਰੈਂਸ਼ੀਏਟਡ ਸੈਲਸ ਤੋਂ, ਨਾਲ ਨਾਲ ਇਹਨੂੰ ਬਾਣੀ ਦੇ ਦਿੱਤੀ ਤਾਂ ਕਿ ਜਿਹੜੀਆਂ ਇੱਥੇ ਔਕੜਾਂ ਆਉਣੀਆਂ ਹੈ ਉਹਨਾਂ ਦਾ ਸਾਹਮਣਾ ਕਰ ਸਕੇ ਉਸ ਰੱਖ ਦੇ ਰਾਹੀਂ, ਉਸ ਰਾਮਕਾਰ ਦੇ ਰਾਹੀਂ। ਉਹਦੀ ਨਿਸ਼ਾਨਦੇਹੀ ਇਸ ਸ਼ਬਦ ਕਰਦਾ, ਤਿੱਥੇ ਤੂੰ ਸਮਰੱਥ ਜਿੱਥੇ ਕੋਏ ਨਾਹੇ, ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ, ਸੁਣ ਕੇ ਜੰਮ ਕੇ ਦੂਤ ਨਾਏ ਤੇਰੇ ਛੱਡ ਜਾਹੇ। ਔਰ ਹੋਰ ਕੀ ਆ ਉੱਥੇ, ਇੱਕ ਤਾਂ ਜਮਦੂਤਾਂ ਦਾ ਡਰ ਆ, ਇੱਕ ਅੱਗ ਦਾ ਡਰ ਇਹਨੂੰ, ਤੀਸਰਾ ਭੌਜਲ ਬਿਖਮਸਗਾ, ਬੜੇ ਡੂੰਘੇ ਦਰਿਆ ਦੇ ਵਿੱਚ ਤੂੰ ਭਵਜਲ ਦੇ ਵਿੱਚ ਸਮੁੰਦਰ ਦੇ ਵਿੱਚ ਆ। ਉਹ ਸਮੁੰਦਰ ਕੀ ਆ, ਬੱਚੇ ਵਾਸਤੇ ਉਹ ਜਿਹੜਾ ਪਾਣੀ ਆ ਨਾ ਥੋੜ੍ਹਾ ਜਿਹਾ ਸਿਰ ਡੇਢ ਸਿਰ ਪਾਣੀ ਜਿਹੜਾ ਲੀਟਰ ਦੇ ਕਰੀਬ ਐਮਨੀਓਟਿਕ ਫਲੂਇਡ, ਉਹਨੂੰ ਸਤਿਗੁਰ ਨੇ ਭਵਜਲ ਕਿਹਾ ਇੱਥੇ।
ਭਈ ਇਹ ਜਿਹੜਾ ਅੰਦਰ ਤੇਰੇ ਵਾਸਤੇ ਇਹ ਭਵਜਲ ਦੇ ਬਰਾਬਰ ਆ ਕਿਉਂਕਿ ਇਹਦੇ 'ਚ ਡੁੱਬ ਕੇ ਤੇਰੀ ਮੌਤ ਹੋ ਸਕਦੀ ਹੈ ਇਸ ਕਰਕੇ ਤੈਨੂੰ ਰੱਖਿਆ ਰਾਮਕਾਰ ਜਿਹੜੀ ਆ ਦਿੱਤੀ ਹੋਈ ਆ ਭੌਜਲ ਬਿਖਮਸ ਗਾ ਲੇਕਿਨ ਗੁਰ ਸ਼ਬਦੀ ਪਾਰ ਪਾਹੇ ਹਾਂਜੀ ਗੁਰੂ ਦੇ ਸ਼ਬਦ ਨਾਲ ਜਿਹਦੇ ਨਾਲ ਤੈਨੂੰ ਜੋੜਿਆ ਉਹਦੇ ਨਾਲ ਤੂੰ ਪਾਰ ਲੰਘ ਜਾਏਗਾ ਇਹ ਸਾਨੂੰ ਹੁਣ ਯਾਦ ਰੱਖਣਾ ਚਾਹੀਦਾ ਸੀਗਾ ਨਹੀਂ ਤਾਂ ਜਿਵੇਂ ਸਤਿਗੁਰੂ ਨੇ ਬਾਅਦ 'ਚ ਬਾਣੀ 'ਚ ਯਾਦ ਕਰਾਇਆ ਉਹ ਯਾਦ ਕਰਨਾ ਚਾਹੀਦਾ ਸੀ ਅੱਜ ਪਰਦੇਸੀ ਸਾਹਿਬ ਕਾਰਨ ਇਹ ਹੋਇਆ ਕਿ ਅਸੀਂ ਆਪਣੇ ਮੂਲ ਸਰੂਤ ਬਾਣੀ ਨਾਲੋਂ ਟੁੱਟ ਚੁੱਕੇ ਨਾਮ ਨਾਲੋਂ ਟੁੱਟ ਮਤਲਬ ਅਸੀਂ ਭੁੱਲ ਚੁੱਕੇ ਹਾਂ ਵੀ ਅਸੀਂ ਅਸਲ ਕੌਣ ਆ ਵੀ ਸਾਡੀ ਕੀ ਹੋਂਦ ਆ ਹਾਂਜੀ ਸਾਡਾ ਕਰਮ ਕੀ ਆ ਸਾਡਾ ਧਰਮ ਕੀ ਧਰਮ ਕੀ ਆ ਸਾਰਾ ਕੁਛ ਅਸੀਂ ਜਿਹੜਾ ਵਿਸਰ ਚੁੱਕੇ ਹਾਂ ਵਿਸਰ ਚੁੱਕੇ ਇਸੇ ਕਰਕੇ ਆਪਾਂ ਇੱਥੇ ਕੋਸ਼ਿਸ਼ ਕਰ ਰਹੇ ਹਾਂ ਭਈ ਸਤਿਗੁਰ ਦੀ ਬਾਣੀ ਜਿਹੜਾ ਸਾਨੂੰ ਵਾਰ ਵਾਰ ਉੱਥੋਂ ਦੀ ਅਵਸਥਾ ਦਾ ਯਾਦ ਕਰਾ ਰਹੀ ਹੈ ਜਿੱਥੇ ਸਾਡੇ ਪਾਸ ਬਾਣੀ ਸੀ ਨਾਮ ਸੀ ਅਤੇ ਅਸੀਂ ਬਚ ਗਏ ਅੱਗ ਤੋਂ ਵੀ ਬਚ ਗਏ ਭਵਜਲ ਤੋਂ ਵੀ ਬਚ ਗਏ ਸਾਨੂੰ ਰਾਮਕਾਰ ਪ੍ਰਾਪਤ ਸੀ ਸਾਨੂੰ ਰੱਖ ਪ੍ਰਾਪਤ ਸੀ ਮਹਾਂ ਅਗਨੀ ਤੋਂ ਵੀ ਬਚ ਗਏ ਜਾਂ ਅਗਨੀ ਤੋਂ ਵੀ ਬਚ ਗਏ ਜਠਰਾ ਅਗਨੀ ਤੋਂ ਵੀ ਬਚ ਗਏ ਅਤੇ ਜੇ ਅਸੀਂ ਉਦੋਂ ਬਚ ਗਏ ਜਦੋਂ ਸਾਡੀ ਸੁਰਤੀ ਨਹੀਂ ਸੀ ਕੰਮ ਕਰਦੀ ਤਾਂ ਹੁਣ ਤਾਂ ਅਸੀਂ ਸਭ ਕੁਛ ਸਮਝਦੇ ਹਾਂ ਸਾਰਾ ਕੁਛ ਪੜ੍ਹ ਸਕਦੇ ਹਾਂ ਲਿਖ ਸਕਦੇ ਹਾਂ ਵੇਖ ਸਕਦੇ ਹਾਂ ਜੱਜਮੈਂਟ ਡਾਕਟਰ ਸਾਹਿਬ ਸਾਡਾ ਸਮਾਂ ਵੀ ਜਿਹੜਾ ਵਾ ਉਹ ਲਗਭਗ ਸਮਾਪਤੀ ਵੱਲ ਹੀ ਆ ਓਕੇ ਦੋ ਤਿੰਨ ਮਿੰਟ ਸਾਡੇ ਕੋਲ ਰਹਿ ਗਏ ਨੇ ਕੋਈ ਗੱਲ ਨਹੀਂ ਆਪਾਂ ਇਸ ਤਰ੍ਹਾਂ ਜੀ ਕਿ ਕਿਉਂਕਿ ਇਹ ਇੱਕ ਐਸਾ ਟੌਪਿਕ ਹੈ ਜਿਹਨੂੰ ਆਪਾਂ ਡਿਟੇਲ ਦੇ ਨਾਲ ਦੱਸਣਾ ਚਾਹੁੰਦੇ ਹਾਂ ਸੰਗਤ ਨੂੰ ਤੂੰ ਇਹ ਸ਼ਬਦ ਕੰਪਲੀਟ ਕਰਕੇ ਆਪਾਂ ਸਮਾਪਤੀ ਕਰਦੇ ਹਾਂ ਅਤੇ ਸਰੋਤਿਆਂ ਦੀ ਉਹ ਜਿਹੜੀ ਹੈਗੀ ਪ੍ਰਸ਼ਨ ਉੱਥੇ ਖੜਾ ਰਹਿਣਾ ਵੀ ਅੱਜ ਵੀ ਇਹ ਰਾਮਕਾਰ ਸਾਥੋਂ ਲੁਕਾ ਗਏ ਨੇ ਤੋ ਪ੍ਰਭੂ ਦਾ ਹੁਕਮ ਹੀ ਐਸਾ ਜੀ ਕਿਉਂਕਿ ਇਹ ਚੀਜ਼ਾਂ ਦੱਸਣੀਆਂ ਉਸ ਤੋਂ ਪਹਿਲਾਂ ਜ਼ਰੂਰੀ ਨੇ ਤੋ ਸੁਣ ਕੇ ਜੰਮ ਕੇ ਦੂਤ ਨਾ ਏ ਤੇਰੇ ਛੱਡ ਜਾਹੇ ਭੌਜਲ ਬਿਖ ਮਸਗਾ ਗੁਰਸ਼ਬਦ ਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਏ ਇਹਦਾ ਮਤਲਬ ਹੈ ਵੀ ਉੱਥੇ ਇਹਨੂੰ ਅੰਮ੍ਰਿਤ ਪ੍ਰਾਪਤ ਸੀ ਇਹਨੂੰ ਪਿਆਸ ਲੱਗੀ ਸੀ ਇਹਨੇ ਬਚਣਾ ਸੀ ਇਹਦੀ ਲੋੜ ਸੀ ਇਹ ਨਾਮ ਜਪ ਰਿਹਾ ਸੀ ਅਤੇ ਇਹ ਅੰਮ੍ਰਿਤ ਛੱਕ ਰਿਹਾ ਸੀ ਅੰਮ੍ਰਿਤ ਦਾ ਮਤਲਬ ਹੁੰਦਾ ਹੈ ਜਿਹੜਾ ਮ੍ਰਿਤੂ ਤੋਂ ਰਹਿਤ ਕਰਦਾ ਇਸ ਕਰਕੇ ਇਹਦਾ ਉੱਥੇ ਬਚਾਅ ਹੋ ਗਿਆ ਅਤੇ ਹੁਣ ਆਪਾਂ ਇੱਕ ਸਲਾਈਡ ਦੀ ਹੈਲਪ ਦੇ ਨਾਲ ਇਹਨਾਂ ਨੂੰ ਪਹਿਲੇ ਜਿਹੜੇ ਰਾਮਕਾਰ ਦੇ ਦਰਸ਼ਨ ਆ ਉਹ ਆਪਾਂ ਕਰਾਉਂਦੇ ਹਾਂ ਜੀ ਜਿੱਥੇ ਬੱਚਾ ਜੁੜਿਆ ਹੈ ਇਹ ਸ਼ਬਦ ਇਹ ਦੱਸ ਰਿਹਾ ਹੈ ਕਿ ਉੱਥੇ ਉਸ ਬੱਚੇ ਦੇ ਪਾਸ ਇੱਕ ਐਸੀ ਬੈਰੀਅਰ ਹੈ ਜਿੱਥੇ ਪਲਸੈਂਟੇ ਦੇ ਨਾਲ ਜੁੜਿਆ ਹੈ ਪਲਸੈਂਟੇ ਦੇ ਰਾਹੀਂ ਮਾਤਾ ਦੇ ਪੇਟ ਦੇ ਵਿੱਚ ਬੱਚਾ ਜੁੜਿਆ ਹੈ ਜਦੋਂ ਇਹ ਸਲਾਈਡ ਵੇਖੀ ਜਾਏਗੀ ਜੀ ਸਰੋਤੇ ਦੇਖਣਗੇ ਕਿ ਹਰੇ ਰੰਗ ਦਾ ਜਿਹੜਾ ਹਿੱਸਾ ਹੈ ਉਹ ਮਾਤਾ ਦਾ ਹਿੱਸਾ ਹੈ ਇਹ ਇੱਕ ਕ੍ਰੋਸ ਸੈਕਸ਼ਨ ਹੈ ਪਲਸੈਂਟਾ ਦਾ ਜਿੱਥੇ ਬੱਚਾ ਜਿਹੜਾ ਹੈ ਨਾੜੂਏ ਦੇ ਰਾਹੀਂ ਜੇਰ ਨਾੜੂਆ ਜਿਹੜਾ ਉਹ ਜੇਰ ਦੇ ਵਿੱਚ ਖਤਮ ਹੁੰਦਾ ਅਤੇ ਜੇਰ ਜਿਹੜੀ ਆ ਉਹ ਜੁੜੀ ਹੋਈ ਹੈ ਜੀ ਮਾਤਾ ਦੇ ਪੇਟ ਦੇ ਨਾਲ ਉਦਰ ਦੇ ਨਾਲ ਜਾਂ ਯੂਟਰਸ ਦੇ ਨਾਲ ਹਰੇ ਰੰਗ ਦੇ ਵਿੱਚ ਮਾਤਾ ਦਾ ਹਿੱਸਾ ਵਿਖਾਇਆ ਗਿਆ ਔਰ ਲਾਲ ਟਿਮਕਣਿਆਂ ਵਾਲਾ ਜਿਹੜਾ ਹਿੱਸਾ ਹੈ ਉਹ ਬੱਚੇ ਵਾਲਾ ਪਾਸਾ ਹੈ ਔਰ ਇਹ ਦੇਖੋ ਇਹ ਪੂਰੀ ਲਾਈਨ ਬਣੀ ਹੋਈ ਹੈ ਜਿਵੇਂ ਲਾਲ ਟਿਮਕਣਿਆਂ ਦਾ ਪੋਚਾ ਫੇਰਿਆ ਹੋਵੇ ਇਹ ਵੱਖਰੇ ਵੱਖਰੇ ਪ੍ਰੋਟੀਨ ਉੱਥੇ ਬੱਚੇ ਦੀ ਰੱਖਿਆ ਕਰ ਰਹੇ ਹਨ ਇਹ ਰੱਖ ਹੈ ਜਿਹੜੀ ਕਿ ਪਰਮਾਤਮਾ ਨੇ ਇਹਨੂੰ ਖੁਸ਼ ਹੋ ਕੇ ਨਾਮ ਜਪਣ ਕਰਕੇ ਉਹਦੇ ਇਵਜ ਵਿੱਚ ਦਿੱਤੀ ਆ ਔਰ ਇਹ ਪ੍ਰੋਟੀਨਸ ਦੀ ਲੇਅਰ ਆ ਪੂਰੀ ਦੀ ਪੂਰੀ ਇੱਥੇ ਜਿਹੜੀ ਹੈ ਤਾਂ ਕਿ ਜਿਹੜਾ ਜਮਾਂ ਦਾ ਹਮਲਾ ਹੋਣਾ ਹੈ ਉਹ ਵੀ ਆਪਾਂ ਅਗਲੀ ਵਾਰੀ ਡਿਸਕਸ ਕਰਾਂਗੇ ਕਿ ਜਮਦੂਤ ਕੀ ਨੇ ਹਾਂਜੀ ਕਿਹੜੀ ਅਗਨੀ ਹੈ ਜਿਹਨੇ ਇਹਨੂੰ ਸਾੜਨਾ ਹੈ ਹਾਂਜੀ ਔਰ ਬੱਚੇ ਦੇ ਵਿੱਚ ਅਤੇ ਮਾਤਾ ਦੇ ਵਿੱਚ ਇਹ ਇੱਕ ਦੀਵਾਰ ਜਾਂ ਰੱਖਿਆ ਜਾਂ ਰਾਮਕਾਰ ਜਿਹੜੀ ਹੈ ਸਥਾਪਿਤ ਹੋ ਚੁੱਕੀ ਆ ਬਚਪਨ ਤੋਂ ਹੀ ਬੱਚੇ ਨੂੰ ਬਚਪਨ ਨਹੀਂ ਕਹਿ ਲਓ ਇਹਨੂੰ ਸ਼ੁਰੂ ਤੋਂ ਗਰਭਕਾਲ ਦੀ ਅਵਸਥਾ ਤੋਂ ਔਰ ਇਸ ਨੇ ਇਹਦੀ ਰੱਖਿਆ ਕਰਨੀ ਆ ਔਰ ਇਹ ਵੇਖੋ ਇਹ ਇਹਦਾ ਫਿਜ਼ੀਕਲ ਸਰੂਪ ਹੈ ਇਹ ਇਸ ਰਾਮਕਾਰ ਦਾ ਫਿਜ਼ੀਕਲ ਸਰੂਪ ਹੈ ਸ਼ੁਰੂ ਦਾ ਸਥੂਲ ਸਰੂਪ ਹੈ ਇਹਦਾ ਮਤਲਬ ਜੋ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਸਾਂ ਕਿ ਸਾਨੂੰ ਵਾਹਿਗੁਰੂ ਨੇ ਰਾਮਕਾਰ ਦਿੱਤੀ ਹੈ ਅੱਜ ਅਸੀਂ ਉਹ ਬਾਣੀ ਦੀ ਹੈਲਪ ਨਾਲ ਅਤੇ ਸਾਇੰਸ ਦੀ ਹੈਲਪ ਨਾਲ ਉੱਥੇ ਪਹੁੰਚ ਗਏ ਹਾਂ ਵੀ ਉਹ ਅਸੀਂ ਵੇਖਣ ਵਿੱਚ ਔਰ ਆਪਣੇ ਸਰੋਤਿਆਂ ਨੂੰ ਵਿਖਾਉਣ ਦੇ ਵਿੱਚ ਕਾਮਯਾਬ ਹੋਈਏ ਤਾਂ ਕਿ ਸਾਨੂੰ ਯਕੀਨ ਹੋ ਜਾਏ ਵੀ ਇਹ ਰਾਮਕਾਰ ਕੋਈ ਅਖੌਤੀ ਨਹੀਂ ਇਹ ਸੱਚਮੁੱਚ ਹੈ ਔਰ ਉੱਥੇ ਉਹਦੀ ਰੱਖਿਆ ਕਰ ਰਹੀ ਹੈ ਜਿਵੇਂ ਆਪ ਜੀ ਨੇ ਸੁਣਿਆ ਹੈ ਆਪਾਂ ਦੁਬਾਰਾ ਉਹ ਪੰਕਤੀਆਂ ਦੁਹਰਾ ਦਿੰਦੇ ਹਾਂ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਣਾਈ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਪਾਏ
ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਪਾਈ ਵਾਹਿਗੁਰੂ। ਇਸ ਦੇ ਨਾਲ ਹੀ ਦੋਸਤੋ ਸਾਡਾ ਅੱਜ ਪ੍ਰੋਗਰਾਮ ਸਮਾਪਤ ਹੁੰਦਾ ਔਰ ਇੰਨਾ ਆਨੰਦ ਆ ਰਿਹਾ ਸੀ ਸਮੇਂ ਦਾ ਪਤਾ ਹੀ ਨਹੀਂ ਲੱਗਿਆ ਕਦੋਂ ਇੱਕ ਘੰਟਾ ਜਿਹੜਾ ਵਾ ਉਹ ਨਿਕਲ ਗਿਆ ਅਤੇ ਜਿਸ ਤਰੀਕੇ ਨਾਲ ਡਾਕਟਰ ਸਾਹਿਬ ਹਰ ਇੱਕ ਸ਼ਬਦ ਨੂੰ ਖੋਲ੍ਹ ਕੇ ਗੁਰਬਾਣੀ ਦੇ ਅਨੁਸਾਰ ਅਤੇ ਜੋ ਸਾਡਾ ਜੀਵਨ ਸ਼ੁਰੂਆਤ ਹੁੰਦੀ ਹੈ ਕਿਹੜੇ ਕਿਹੜੇ ਕਿਸ ਤਰੀਕੇ ਨਾਲ ਸ਼ੁਰੂਆਤ ਹੁੰਦੀ ਹੈ ਕਿਹੜੀ ਸਾਡੀ ਪ੍ਰੋਟੈਕਸ਼ਨ ਪਰਮਾਤਮਾ ਨੇ ਦਿੱਤੀ ਹੋਈ ਮਾਤਾ ਦੇ ਗਰਭ ਦੇ ਵਿੱਚ ਔਰ ਇੱਥੋਂ ਅਗਲੀ ਵਾਰ ਜਿਹੜਾ ਵਾ ਫਿਰ ਅਸੀਂ ਅੱਗੇ ਇੱਥੋਂ ਹੀ ਫਿਰ ਅੱਗੇ ਸ਼ੁਰੂ ਹੋਵਾਂਗੇ ਅਤੇ ਇਹਨਾਂ ਨੂੰ ਦੇਖਦੇ ਰਹਿਣਾ ਅਸੀਂ ਫੇਸਬੁੱਕ 'ਤੇ ਵੀ ਇਹਨੂੰ ਜਿਹੜਾ ਵਾ ਸ਼ੇਅਰ ਕਰਾਂਗੇ ਤੁਸੀਂ ਵੀ ਆਪਣੇ ਸੁਝਾਅ ਵੀ ਦੇਣੇ ਜੇ ਚੰਗੇ ਲੱਗੇ ਫਿਰ ਵੀ ਦੱਸਣੇ ਕਿਤੇ ਕਮੀਆਂ ਨੇ ਉਹ ਵੀ ਸਾਨੂੰ ਦੱਸਿਓ ਕਿਉਂਕਿ ਅਸੀਂ ਅਜੇ ਹੁਣੇ ਪ੍ਰੋਗਰਾਮ ਸ਼ੁਰੂ ਕੀਤਾ ਪਰ ਅੱਜ ਡਾਕਟਰ ਸਾਹਿਬ ਇਸ ਤਰ੍ਹਾਂ ਲੱਗਿਆ ਵਾ ਵੀ ਜਿਸ ਤਰ੍ਹਾਂ ਇੱਕ ਸੰਗਤ ਹੋ ਰਹੀ ਹੈ ਅਰਦਾਸ ਕਰੀਏ ਜੀ ਆਪਾਂ ਕਿਉਂਕਿ ਸਤਿਗੁਰੂ ਦੀ ਬਾਣੀ ਆ ਅਗਾਧ ਬੋਧ ਆ ਬੇਅੰਤ ਗਲਤੀਆਂ ਹੁੰਦੀਆਂ ਨੇ ਸਾਡੇ ਕੋਲੋਂ ਔਰ ਅੱਜ ਵੀ ਹੋਈਆਂ ਨੇ ਔਰ ਸੰਗਤ ਸਾਨੂੰ ਸੰਗਤ ਪਰਮਾਤਮਾ ਦਾ ਰੂਪ ਹੈ ਔਰ ਪਰਮਾਤਮਾ ਜੀ ਅੱਗੇ ਵੀ ਸਾਡੀ ਇਹੋ ਅਰਦਾਸ ਹੈ ਅਕਾਲ ਪੁਰਖ ਕੇ ਕਿ ਸਾਨੂੰ ਸਮਤ ਬਖਸ਼ਣ ਅੱਗੇ ਤੋਂ ਸਾਡੀਆਂ ਗਲਤੀਆਂ ਸੁਧਾਰਨ ਸੰਗਤ ਸਾਨੂੰ ਮਾਫ਼ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।